ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ, ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ 27 ਮਈ 2023 ਤੇ 1 ਵਜਣ ਦੇ ਵਿੱਚ ਪੂਰੇ 15 ਮਿੰਟ ਬਠਿੰਡਾ ਮੁਲਤਾਨੀਆ ਰੋਡ ਤੇ ਡੀ ਡੀ ਮਿੱਤਲ ਟਾਵਰ ਤੇ ਅੱਜ ਫੋਨ ਆਇਆ ਵੀ ਇੱਥੇ ਯਾਰ ਬੜੀ ਪੁਲਿਸ ਆਈ ਹੋਈ ਆ, ਯਾਰ ਭਾਜੀ ਦੇਖੋ ਕੀ ਚੱਕਰ ਕੀ ਹੈ, ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ। ਅਸੀਂ ਆਏ, ਅਸੀਂ DSP ਸਾਹਿਬ ਨਾਲ ਗੱਲ ਕੀ ਕਰਨ ਦੀ ਕੋਸ਼ਿਸ਼ ਕੀਤੀ, ਇਹ ਲੋਕ ਬਿਜ਼ੀ ਸੀ ਪਰ ਹੁਣ ਥੋੜਾ ਟਾਈਮ ਲੱਗਿਆ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਇਹ ਜਿਹੜੀ ਚੈਕਿੰਗ ਚੱਲ ਰਹੀ ਹੈ, ਕੋਈ ਖਾਸ ਵਜ੍ਹਾ? ਨਹੀਂ, ਆਪਣਾ ਰੂਟੀਨ 'ਚ ਵੀ ਚੈਕਿੰਗ ਕਰਦੇ ਰਹਿੰਦੇ ਹੁੰਦੇ ਹਾਂ ਜਿੱਥੇ ਕਿਤੇ ਸ਼ੱਕੀ ਕੋਈ ਚੀਜ਼ ਆਉਂਦੀ ਹੈ ਜਾਂ ਸ਼ੱਕੀ ਗੱਲਾਂ ਆਉਂਦੀਆਂ ਨੇ। ਇੱਥੇ ਸਾਨੂੰ ਪਤਾ ਕਿ ਕੁਝ ਟੈਨੈਂਟਸ ਰਹਿੰਦੇ ਨੇ, ਅਸੀਂ ਪ੍ਰੋਪਰਲੀ ਇਹਨਾਂ ਨੂੰ ਇਹੀ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਉਹ ਆਪਣੀ ਵੈਰੀਫਿਕੇਸ਼ਨ ਪੁਲਿਸ ਤੋਂ ਕਰਵਾਉਣ। ਕੋਈ ਕਿਸੇ ਨੇ ਵੀ ਆਪਣਾ ਮਕਾਨ ਕਿਰਾਏ 'ਤੇ ਦੇਣਾ ਜਾਂ ਦੁਕਾਨ ਕਿਰਾਏ 'ਤੇ ਦੇਣੀ ਹੈ ਤਾਂ ਪੁਲਿਸ ਤੋਂ ਪਹਿਲਾਂ ਵੈਰੀਫਿਕੇਸ਼ਨ ਹੋਵੇ, ਉਸ ਤੋਂ ਬਾਅਦ 'ਚ ਹੀ ਉਹਨੂੰ ਕਿਰਾਏ 'ਤੇ ਦਿੱਤਾ ਜਾਵੇ ਤਾਂ ਜੋ ਕੋਈ ਵੀ ਗਲਤ ਅੰਸਰ ਕਿਤੋਂ ਬਾਹਰੋਂ ਆ ਕੇ ਇੱਥੇ ਠਹਿਰ ਨਾ ਕਰ ਸਕੇ। ਬਿਲਕੁਲ ਉਹੀ ਹੈ, ਬਿਕੋਜ਼ ਇੱਥੇ ਪਹਿਲਾਂ ਵੀ ਬੜੀ ਪਹਿਲਾਂ ਕੰਟਰੋਵਰਸੀ ਖੜੀ ਹੋਈ ਸੀ ਹੈ ਨਾ, ਜਾਂ ਇੱਥੇ ਆਪਾਂ ਕਹਿ ਲਈ ਵੀ ਜ਼ਿਆਦਾ ਫਲੈਟਸ ਜਿਹੜੇ ਕਿਰਾਏ 'ਤੇ ਦਿੱਤੇ ਹੋਏ ਆ, ਕੋਈ ਤੁਹਾਨੂੰ ਸੂਹ ਲੱਗੀ ਸੀ, ਕੋਈ ਖਬਰ ਆਈ ਸੀ ਉਹਦੇ ਨਾਲ ਰਿਲੇਟਡ ਆ ਜਾਂ ਵੈਸੇ? ਨਹੀਂ, ਵੈਸੇ ਰੂਟੀਨ 'ਚ ਅਸੀਂ ਚੈੱਕ ਕਰਦੇ ਰਹਿੰਦੇ ਹਾਂ। ਸਾਨੂੰ ਇਹੀ ਹੁੰਦਾ ਵੀ ਜਿਹੜੇ ਵੈਰੀਫਾਈਡ ਲੋਕ ਨੇ ਉਹਨਾਂ ਦਾ ਸਾਨੂੰ ਕੋਈ ਇਸ਼ੂ ਨਹੀਂ, ਪਰ ਜੇ ਕੋਈ ਨਵਾਂ ਆ ਕੇ ਇੱਥੇ ਰਹਿੰਦਾ ਤਾਂ ਉਹ ਇੱਕ ਵਾਰੀ ਪੁਲਿਸ ਵੈਰੀਫਿਕੇਸ਼ਨ ਅਸੀਂ ਜਿੱਥੇ ਸੰਬੰਧਿਤ ਥਾਣੇ ਦਾ ਉਹ ਪਹਿਲਾਂ ਰਹਿਸ਼ੀ ਹੈ, ਉੱਥੇ ਕੋਈ FIR ਤਾਂ ਨਹੀਂ ਰਜਿਸਟਰ, ਕਿਤੋਂ ਭਗੌੜਾ ਤਾਂ ਨਹੀਂ, ਕਿਤੋਂ PO ਤਾਂ ਨਹੀਂ, ਕੋਈ ਇਹੋ ਜਿਹਾ ਬੰਦਾ ਇੱਥੇ ਰਹਿੰਦਾ ਨਾ ਹੋਵੇ, ਉਸ ਨੂੰ ਚੈਕਿੰਗ ਕਰਨ ਲਈ ਅਸੀਂ ਸਪੈਸ਼ਲੀ ਇਹ ਕਰ ਰਹੇ ਹਾਂ। ਸਰ ਕੱਲਾ ਇਹੀ ਏਰੀਆ ਜਾਂ ਬਠਿੰਡੇ ਦੇ ਹੋਰ ਏਰੀਆਸ 'ਚ ਵੀ ਆਪਾਂ ਕੋਈ ਚੈਕਿੰਗ? ਨਹੀਂ, ਬਾਕੀ ਏਰੀਆਸ ਵੀ ਜਿੱਥੇ ਮਹਿਣਾ ਚੌਂਕ 'ਚ ਵੀ ਕੁਝ PGs ਹੈਗੇ ਨੇ ਜਾਂ ਜਿੱਥੇ ਕਾਲਜਿਸ ਦੇ ਨੇੜੇ ਕੋਈ PGs ਹੈਗੇ ਨੇ ਜਿਵੇਂ ਅਜੀਤ ਰੋਡ 'ਤੇ, ਉਹ ਸਿਵਲ ਲਾਈਨਸ ਦੀ ਫੋਰਸ ਕਰ ਰਹੀ ਹੈ, ਉਹ ਸਾਰੇ ਜਿੱਥੇ ਵੀ PGs ਵਗੈਰਾ ਜਾਂ ਟੈਨੈਂਟਸ ਹੈਗੇ ਨੇ ਉਹਨਾਂ ਨੂੰ ਵੈਰੀਫਾਈ ਲਈ ਅਸੀਂ ਇਹ ਸਪੈਸ਼ਲ ਮੁਹਿੰਮ ਪੂਰੇ ਜ਼ਿਲ੍ਹੇ 'ਚ ਚੱਲੀ ਹੋਈ ਹੈ। ਓਕੇ, ਥੈਂਕ ਯੂ ਸਰ। ਦੇਖੋ, DSP ਸਾਹਿਬ ਨੇ ਆਪਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਦੱਸੀ, ਇਹ ਦੱਸਿਆ ਵੀ ਬਾਕੀ ਪੁਲਿਸ ਹੈ ਜਿਹੜੀ ਉਹ ਆਪਣੀ ਡਿਊਟੀ ਹੈ ਇਸ ਤਰੀਕੇ ਨਾਲ ਨਿਭਾ ਰਹੀ ਹੈ, ਤੇ ਇਹ ਡੀ ਮਿੱਤਲ ਟਾਵਰ ਦੇ ਵਿੱਚ ਆਪਾਂ ਖੜੇ ਹਾਂ, ਹੁੰਦਾ ਹੈ ਨਾ, ਆਬਵੀਅਸ ਹੈ, ਜਦੋਂ ਵੀ ਕੋਈ ਬੰਦਾ ਪੁਲਿਸ ਦੀ ਵਰਦੀ ਦੇਖਦਾ ਤਾਂ ਇੱਕੋਦਮ ਥੋੜਾ ਜਿਹਾ ਤੁਹਾਨੂੰ ਹੋ ਜਾਂਦਾ ਯਾਰ ਪਤਾ ਨਹੀਂ ਕਿਉਂ ਆਈ ਹੈ ਯਾਰ, ਪਰ ਗੱਲ ਉਹਦੇ ਪਿੱਛੇ ਕੀ ਹੁੰਦੀ ਹੈ, ਇੱਕ ਰੂਟੀਨ ਦੀ ਚੈਕਿੰਗ ਹੈ। ਹਾਂ, ਇਹ ਗੱਲ ਬਹੁਤ ਅੱਛੀ ਹੈ ਕਿ ਬਿਕੋਜ਼ ਇਹਦੇ ਵਿੱਚ ਕਾਫੀ ਫਲੈਟਸ ਹੈ, ਜਿਵੇਂ ਇੱਥੇ ਅਮਿਤ ਜੀ ਬੈਠੇ ਨੇ, ਦੀਪਕ ਜੀ ਭਰਾ ਹੁਣ ਸਾਡੇ ਇਹ ਖੜੇ ਨੇ, ਅਮਿਤ ਜੀ ਥੋੜਾ ਇਧਰਲੇ ਪਾਸੇ ਆ ਜਾਈਏ ਆਪਾਂ, ਬਿਕੋਜ਼ ਉੱਥੇ ਧੁੱਪ ਹੈ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ? ਹਾਂਜੀ ਸਰ। ਜਿਸ ਤਰ੍ਹਾਂ DSP ਸਾਹਿਬ ਨੇ ਗੱਲ ਕੀਤੀ ਹੈ ਕਿ ਇੱਕ ਰੂਟੀਨ ਚੈਕਿੰਗ ਹੈ, ਹਨਾ, ਹੁਣ ਜਿਵੇਂ ਜਿਹੜੇ ਲੋਕ ਤਾਂ ਇੱਥੇ ਆਲਰੇਡੀ ਰਹਿੰਦੇ ਨੇ, ਜਿਹੜੇ ਪੱਕੇ ਰਹਿੰਦੇ ਨੇ ਜਾਂ ਜਿਹੜੇ ਰੈਂਟ ਤੇ ਰਹਿੰਦੇ ਨੇ, ਉਹਨਾਂ ਦੇ ਜਿਹੜੇ ਡਾਕੂਮੈਂਟਸ ਜਾਂ ਕੋਈ ਵੈਰੀਫਿਕੇਸ਼ਨ ਦੀ ਉਹਨਾਂ ਨੇ ਗੱਲ ਕੀਤੀ, ਤੁਸੀਂ ਤਾਂ ਆਪ ਇੱਥੇ ਬੜੇ ਜਿਹੜੇ ਫਲੈਟਸ ਕਿਰਾਏ ਤੇ ਦਿੰਨੇ ਹੋ, ਏਰੀਆ ਕਹਿ ਲੋ ਵੀ ਕਾਫੀ ਹੱਦ ਤੱਕ ਤੁਹਾਡੇ ਅੰਡਰ ਹੀ ਹੈ, ਕੀ ਕਰਦੇ ਹੋ ਫਾਰਮੈਲਿਟੀਜ਼? ਸਰ, ਉਹਦੇ ਲਈ ਜਿਵੇਂ ਆਧਾਰ ਕਾਰਡ, ਰੈਂਟ ਐਗਰੀਮੈਂਟ, ਕੁਛ ਇਹਨਾਂ ਨੇ ਸਾਨੂੰ ਕਿਹਾ ਵੀ ਪੁਲਿਸ ਦੀ ਵੈਰੀਫਿਕੇਸ਼ਨ ਕਰਵਾਓ, ਜਾਂ ਜ਼ਿਆਦਾ ਸਾਡੇ ਕੋਲ ਜ਼ਿਆਦਾ ਬੈਂਕ ਵਾਲੇ ਜਾਂ ਰਿਫੈਂਡਰੀ ਵਾਲੇ ਇੰਪਲਾਈਜ਼ ਆ, ਉਹਨਾਂ ਦੀ ਵੀ ਉਸ ਤਰ੍ਹਾਂ ਕਰਵਾ ਲਾਂਗੇ ਜਿਹੜਾ ਵੀ ਕੁਛ ਹੋਊਗਾ। ਵੈਸੇ 80-90% ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਪ੍ਰਾਈਵੇਟ ਸੈਕਟਰ ਦੇ ਬੰਦੇ ਨੂੰ ਦੇਈਏ ਹੀ ਨਾ ਕਿਸੇ ਨੂੰ। ਕਿਸੇ ਟਾਈਮ ਕੋਈ ਬਾਹਰਲੇ ਬ੍ਰੋਕਰ ਦੇ ਥਰੂ ਜੇ ਬੰਦਾ ਆ ਵੀ ਜਾਂਦਾ, ਅਸੀਂ ਉਹਨੂੰ ਬਹੁਤ ਜ਼ਿਆਦਾ ਉਹਨੂੰ ਲੈਂਦੇ ਹਾਂ, ਫਿਰ ਉਸ ਹਿਸਾਬ ਨਾਲ ਦੇਖ ਕੇ ਥਾਣੇ 'ਚ ਵੀ ਜਾਂਦੇ ਹਾਂ, ਕਹਿੰਦੇ ਵੀ ਹੈ, ਪੁਲਿਸ ਨੂੰ ਅਗਾਹ ਵੀ ਕਰਦੇ ਹਾਂ ਨਾਲ। ਦੇਖੋ, ਉਹੀ ਹੈ ਵੈਰੀਫਿਕੇਸ਼ਨ ਦੀ ਜਿਹੜੀ ਗੱਲ ਕੀਤੀ ਹੈ, ਬਿਕੋਜ਼ ਇੱਥੇ ਨੋ ਡਾਊਟ ਛੋਟਾ ਜਿਹਾ ਏਰੀਆ, ਇੱਕ ਪਾਰਕ ਵੀ ਇੱਥੇ, ਲੇਡੀਜ਼ ਵੀ ਬੈਠਦੀਆਂ ਨੇ, ਕਈ ਵਾਰੀ ਆਪਾਂ ਇਹ ਸੁਣਦੇ ਹਾਂ ਵੀ ਇੱਥੇ ਆਊਟਸਾਈਡਰਸ ਆ ਜਾਂਦੇ। ਦੀਪਕ, ਤੁਹਾਡੀ ਤਾਂ ਇੱਥੇ ਦੁਕਾਨ ਹੈ ਛੋਟੀ ਜਿਹੀ, ਚਲੋ ਮਿਹਨਤ ਕਰਕੇ ਰੋਟੀ ਖਾ ਰਹੇ ਹੋ, ਤਾਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਫਿਰ ਉਦੋਂ ਤੁਹਾਨੂੰ ਦੇਖਣੀਆਂ ਪੈਂਦੀਆਂ? ਬਹੁਤ ਦੇਖਣੀ ਪੜਤੀ ਹੈ, ਲੜਕੇ ਵਗੈਰਾ ਕਈ ਆ ਜਾਂਦੇ ਹੈ, ਉਹ ਪਰੇਸ਼ਾਨ ਕਰਦੇ ਹੈ, ਕੋਈ ਲੇਡੀਜ਼ ਬੈਠ ਨਹੀਂ ਪਾਤੀ ਪਾਰਕ ਮੇਂ, ਇਸ ਚੱਕਰ ਮੇਂ ਸਾਰੇ ਇਕੱਠੇ ਹੋਏ ਥੇ, ਮਾਪੇ ਕੋਈ ਪ੍ਰੋਬਲਮ ਆਤੀ ਜੈਸੇ ਸਾਰੇ ਇਕੱਠੇ ਹੋਏ ਥੇ, ਬੈਠੇ ਹੋਗੇ ਕੋਈ ਲੜਕੇ ਬੈਠੇ ਹੋਗੇ ਕਿ ਲੇਡੀਜ਼ ਬੈਠੀ ਹੋਤੀ ਹੈ, ਫਿਰ ਸਾਰੇ ਕਰਕੇ ਬੋਲਤੇ ਭਾਈ ਯਾ ਨਾ ਬੈਠੋ, ਲੇਡੀਜ਼ ਬੈਠੀ ਬੱਚੇ ਖੇਲ ਰਹੇ ਹੈ, ਅੱਛਾ ਨਹੀਂ ਲੱਗਤਾ, ਇਸ ਲਈ ਸਭ ਉਨਕੇ ਆ ਕੇ ਫਲੈਟ ਮੇਂ ਮਾਲਿਕ ਕੋ ਓਨਰ ਕੋ ਬੋਲਤੇ ਹੈ। ਇੱਕ ਮੈਨੂੰ ਥੋੜਾ ਦੀਪਕ ਜੀ, ਥੋੜਾ ਤੁਸੀਂ ਦੱਸੋ ਵੀ, ਚਲੋ ਠੀਕ ਹੈ ਮੁੰਡੇ ਆ ਕੇ ਬਹਿ ਜਾਂਦੇ ਨੇ, ਕੋਈ ਉਹ ਮਾੜੀ ਗੱਲ ਵੀ ਨਹੀਂ ਵੈਸੇ ਜੇ ਆ ਕੇ, ਕੋਈ ਹੁੱਲੜਬਾਜ਼ੀ ਤਾਂ ਨਹੀਂ ਨਾ ਕਰਦੇ? ਸਰ, ਕਲਚਰ ਹੀ ਇਸ ਤਰ੍ਹਾਂ ਦਾ ਹੋਇਆ ਹੋਇਆ ਜੀ ਪੰਜਾਬ ਦਾ, ਕੱਲੇ ਉਰੇ ਨਹੀਂ, ਸਾਰੇ ਪੰਜਾਬ 'ਚ ਹੁੱਲੜਬਾਜ਼ੀ ਹੈ, ਸ਼ਹਿਰ ਦਾ ਕੋਈ ਕੋਨਾ ਲੈ ਲਓ ਤੁਸੀਂ ਜਿੱਥੇ ਨਹੀਂ ਹੁੱਲੜਬਾਜ਼ੀ ਹੁੰਦੀ। ਉਹ ਠੀਕ ਹੈ, ਆਪਾਂ ਸਿਰਫ DD ਮਿੱਤਲ ਟਾਵਰ ਦੀ ਗੱਲ ਕਰੀਏ, ਵੀ ਤੁਸੀਂ ਜਿਹੜੀ ਕਹਿ ਰਹੇ ਵੀ ਆਊਟਸਾਈਡਰਸ ਆ ਜਾਂਦੇ ਨੇ ਤੇ ਉਹ ਇੱਥੇ ਪਾਰਕ 'ਚ ਬਹਿ ਜਾਂਦੇ ਨੇ, ਉਸ ਵੇਲੇ ਕੋਈ ਹੁੱਲੜਬਾਜ਼ੀ ਹੁੰਦੀ ਬਾਬੂ ਜੀ? ਹਾਂ, ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਅਸੀਂ ਫਿਰ ਨਾ ਕੰਟਰੋਲ ਵੀ ਕਰਨ ਦੀ ਕੋਸ਼ਿਸ਼ ਕਰਨੇ ਆ, ਅਸੀਂ ਜਿਹੜੇ ਸਾਡੀ ਇੱਕ ਮੀਟਿੰਗ ਐਸੋਸੀਏਸ਼ਨ ਬਣੀ ਹੋਈ ਹੈ, ਅਸੀਂ ਫਿਰ ਸਾਰੇ ਉਸੇ ਵਟਸਐਪ ਤੇ ਮੈਸੇਜ ਭੇਜ ਕੇ ਜਿੰਨੇ ਵੀ ਮੈਕਸੀਮਮ ਅਵੇਲੇਬਲ ਹੁੰਦੇ ਨੇ ਸਾਰੇ ਆ ਕੇ ਕੰਟਰੋਲ ਕਰਨੇ ਆ, ਤੇ ਫਿਰ ਜਿਹੜੇ ਮਾਲਕ ਹੁੰਦੇ ਨੇ ਉਹਨਾਂ ਨੂੰ ਸਲਾਹ ਕਰਨੇ ਆ, ਉਹ ਸਾਡੀ ਗੱਲ ਨੂੰ ਮੰਨ ਵੀ ਲੈਂਦੇ ਨੇ ਸਰ ਇੱਕ ਮੈਨੂੰ ਥੋੜਾ ਹੋਰ ਥੋੜੀ ਜਿਹੀ ਜਾਣਕਾਰੀ ਦਿਓ ਵੀ, ਠੀਕ ਹੈ ਜਿਹੜੇ ਆਊਟਸਾਈਡਰ ਆਉਂਦੇ ਨੇ ਤੁਹਾਡੇ ਬਾਹਰ, ਉੱਥੇ ਸਿਕਿਉਰਿਟੀ ਵਾਲੇ ਬੈਠੇ, ਕੀ ਸਿਕਿਉਰਿਟੀ ਵਾਲੇ ਚੈੱਕ ਨਹੀਂ ਕਰਦੇ, ਕੀ ਸਿਸਟਮ, ਕੀ ਕਿਸ ਤਰੀਕੇ ਨਾਲ ਆਊਟਸਾਈਡਰ ਆਉਂਦਾ, ਕੀ ਇਹਨਾਂ ਨੂੰ ਪਤਾ ਨਹੀਂ ਲੱਗਦਾ,
ਥੋੜੀ ਜਿਹੀ ਪ੍ਰੋਬਲਮ ਹੈਗੀ ਹੈ, ਅਸੀਂ ਮਿੱਤਲ ਸਾਹਿਬ ਨੂੰ ਵੀ ਕਹਾਂਗੇ ਜਾ ਕੇ ਵੀ ਸਾਨੂੰ ਥੋੜੀ ਸਿਕਿਉਰਿਟੀ ਟਾਈਟ ਕਰ ਦਿਓ। ਬਾਕੀ ਇਹਦੇ ਸਿੰਗਲ ਹੀ ਗੇਟ ਬਣੇ ਆ ਜਿਹਦੇ ਵਿੱਚ ਇਨਡੋਰ ਆਊਟਡੋਰ ਹੈ, ਕੋਈ ਇਹ ਨਹੀਂ ਵੀ ਇਹਦੇ ਕੋਈ ਚਾਰ ਗੇਟ ਬਣੇ ਆ। ਅੱਛੀ ਗੱਲ ਹੈ ਬ੍ਰਦਰ, ਦੇਖੋ ਇੱਕ ਗੇਟ ਤੋਂ ਆਣਾ ਉਹਦਾ ਤੁਹਾਡੇ ਲਈ ਬਹੁਤ ਵਧੀਆ, ਤੁਹਾਨੂੰ ਫਾਇਦਾ ਉਹਦਾ। ਹਾਂ ਗੱਲ ਕਰ, ਕੋਸ਼ਿਸ਼ ਕਰੀ ਜਾਂਦੇ ਹਾਂ ਜੀ। ਦੇਖੋ ਬਿਲਡਿੰਗ ਵੱਡੀ ਹੈ, 550 ਫਲੈਟ ਹੈ, ਨੰਬਰ ਆਫ ਬਹੁਤ ਜ਼ਿਆਦਾ ਬੰਦੇ ਰਹਿ ਰਹੇ ਆ, ਸਾਰੇ ਪਰਿਵਾਰਾਂ ਦੀ ਕੋਸ਼ਿਸ਼ ਹੋ ਜਾਂਦੀ ਵੱਧ ਤੋਂ ਵੱਧ ਫੈਮਿਲੀ ਨੂੰ ਦਈਏ, ਜਾਂ ਕੋਈ ਗੌਰਮੈਂਟ ਸੈਕਟਰ ਦੇ ਬੰਦੇ ਨੂੰ ਦਈਏ, ਜਾਂ ਕਿਸੇ ਵਧੀਆ ਵੀ ਐਂ ਲੱਗੇ ਵੀ ਬੰਦਾ ਲਾਈਵਲ ਆ ਉਹਨੂੰ ਦਈਏ, ਦੂਸਰੇ ਬੰਦੇ ਨੂੰ ਅਸੀਂ ਅਵੋਇਡ ਕਰਦੇ ਹਾਂ। ਚਲੋ ਅੱਛੀ ਗੱਲ ਹੈ ਜੀ। ਦੇਖੋ ਗੱਲ ਇਹ ਸੀਗੀ ਕਿ ਅੱਜ ਇੱਥੇ ਡੀ ਡੀ ਮਿੱਤਲ ਟਾਵਰ ਦੇ ਵਿੱਚ ਇਹ ਇੱਕ ਰੂਟੀਨ ਦੀ ਚੈਕਿੰਗ ਹੈ ਜਿਹੜੀ ਉਹ ਚੱਲ ਰਹੀ ਹੈ, ਫਲੈਟਸ ਦੇ ਵਿੱਚ ਜਾ ਰਹੇ ਨੇ, ਕਿਉਂਕਿ ਕਈ ਵਾਰੀ ਲੱਗਦਾ ਹੁੰਦਾ ਨਾ ਬਿਕੋਜ਼ ਜਿਹੜੇ ਆਊਟਸਾਈਡਰ ਆਏ। ਹਾਂਜੀ, ਕੀ ਨਾਮ ਬ੍ਰਦਰ ਤੁਹਾਡਾ? ਇਹ ਸਰ ਹੁਣ ਰਿਫਾਈਨਰੀ ਵਾਲੇ ਆਇਆ ਭਾਈ ਸਾਹਿਬ, ਇਹਨਾਂ ਨੂੰ ਕੋਟ ਸ਼ਮੀਰ ਕੰਮ ਮਿਲਿਆ ਜਿਹੜਾ ਪਲਾਂਟ ਲੱਗ ਰਿਹਾ ਬਰਾਜ ਵਾਲਾ, ਇਹਨਾਂ ਨੇ ਸਾਰਾ ਸ਼ਹਿਰ ਛੱਡ ਕੇ ਸਾਡਾ ਡੀ ਡੀ ਮਿੱਤਲ ਟਾਵਰ ਚੋਇਸ ਕੀਤਾ, ਪਹਿਲਾਂ ਵੀ ਰਹਿ ਕੇ ਗਏ ਆ, ਦੁਬਾਰੇ ਫੇਰ ਆ ਗਏ, ਇਹ ਕਹਿੰਦੇ ਵੀ ਸੂਰੇ ਰਵਾਂਗੇ ਹੋਰ ਹੀ ਰਹਿੰਦੇ। ਬਾਕੀ ਇਹਨਾਂ ਤੋਂ ਪੁੱਛ ਲਓ ਤੁਸੀਂ। ਹਾਂਜੀ ਪਲੀਜ਼। ਸਿਕਿਉਰਿਟੀ ਬੜੀ ਮਤਲਬ ਕੋਈ ਟੈਂਸ਼ਨ ਨਹੀਂ ਆਪਣਾ, ਹਮ ਲੋਕ ਡਿਊਟੀ ਪੇ ਜਾਤੇ ਸ਼ਾਮ ਕੋ ਆਤੇ ਆਪਣਾ ਫਲੈਟ ਮੇਂ ਯੇ ਕਰਤੇ ਸਰ। ਚਲੋ ਉਹ ਤੁਸੀਂ ਪਹਿਲਾਂ ਵੀ ਰਹੇ ਹੋ, ਪਰ ਦੇਖੋ ਜਿਹੜੀ ਆਮੀ ਜੀ ਨੇ ਗੱਲ ਕੀਤੀ, ਨੋ ਡਾਊਟ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਥੋੜਾ ਜਿਹਾ ਇਹ ਹੈ, ਦੇਖੋ ਕਾਫੀ ਉਧਰੋਂ ਜੇ ਆਪਾਂ ਦੇਖ ਲਈਏ ਇੱਕ ਵਾਰੀ ਕਾਈਂਡਲੀ, ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਜਿਹੜਾ ਨਾ ਇਹ ਥੋੜਾ ਜਿਹਾ ਆਪ ਮੰਨਦੇ ਨੇ ਵੀ ਹਾਂਜੀ ਇਹ ਇੱਥੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ, ਬਿਕੋਜ਼ ਇੱਕੋ ਗੇਟ ਹੈ ਹੈ ਨਾ ਕੁਛ। ਯੈਸ 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 ਜੀ ਕੁਛ ਤੁਸੀਂ ਦੇਖਿਆ ਲਾਈਵ, ਤਿੰਨ ਮੁੰਡੇ ਸੀ ਇਸ ਚਾਰ ਆਈ ਥਿੰਕ ਇਹ ਜਿਹੜਾ ਬਲਾਕ ਹੈ ਇਸ ਬਲਾਕ ਚੋਂ ਉਹਨਾਂ ਨੂੰ ਲੈ ਕੇ ਆਏ ਨੇ ਬਲਾਕ 6। ਸੋ ਦੇਖਦੇ ਹਾਂ ਕੀ ਮਸਲਾ, ਤੁਸੀਂ ਲਾਈਵ ਦੇਖਦੇ ਰਹੋ ਤੇ ਕਾਈਂਡਲੀ ਇਹਨੂੰ ਸ਼ੇਅਰ ਕਰਦੇ ਰਹੋ ਕੀ ਹੈ ਕੀ ਮਸਲਾ। ਜੀ ਪੁਲਿਸ ਹਮਲਾ ਸਾਰਾ ਇੱਥੇ ਪੂਰੀਆਂ ਚੈਕਿੰਗ ਚੱਲ ਰਹੀ ਹੈ, ਅੱਛੀ ਗੱਲ ਹੈ। ਜਿਹੜਾ ਵੀ ਆਉਂਦਾ ਜਾਂਦਾ ਉਹਨੂੰ ਪੁੱਛ ਗਿੱਛ ਹੋ ਰਹੀ ਹੈ ਵੀ ਜਿੱਥੇ ਕੋਈ ਜਾ ਰਿਹਾ ਕਿੱਥੇ ਕੀ ਹੈ। ਚਾਰ ਆਪਾਂ ਸਰ ਐਕਸਕਿਊਜ਼ ਮੀ, ਹੁਣ ਜਿਹੜੇ ਲੋਕ ਆ ਰਹੇ ਉਹਨਾਂ ਨੂੰ ਤੁਸੀਂ ਰੋਕ ਰਹੇ ਹੋ ਫਿਲਹਾਲ? ਨਹੀਂ ਉਹ ਡਿਊਟੀ ਤੋਂ ਨਾ ਕਰੂਗਾ, ਉਹਨਾਂ ਨਾਲ ਹੋ ਗਈ, ਜਸਟ ਇਹ ਬੱਚੇ ਆਏ ਸੀ ਲਾਈਵ ਚੱਲ ਰਿਹਾ ਤਾਂ ਹੀ ਮੈਂ ਤੁਹਾਨੂੰ ਪੁੱਛ ਰਿਹਾ ਸੀਗਾ, ਕੋਈ ਉੱਪਰ ਜਾਣ ਨਹੀਂ ਦੇਣਾ ਕੋਈ ਨੀਚੇ ਆਉਣ। ਬਹੁਤ ਅੱਛੀ ਗੱਲ ਹੈ ਜੀ, ਇਹੀ ਗੱਲ ਹੈ। ਦੇਖੋ ਇਹ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਦੋਂ ਸਰਚ ਅਭਿਆਨ ਚੱਲ ਰਿਹਾ ਜਾਂ ਕੁਛ ਵੀ ਹੈ ਨਾ, ਆਪਣੇ ਰੂਟੀਨ ਦੀ ਚੈਕਿੰਗ ਹੈ ਜਿਹੜੀ ਉਹ ਜਿਸ ਤਰ੍ਹਾਂ ਡੀਐਸਪੀ ਸਾਹਿਬ ਨੇ ਗੱਲ ਕੀਤੀ ਸੀਗੀ ਤਾਂ ਉਹਦੇ ਵਿੱਚ ਇਹੀ ਹੈ ਵੀ ਜਿਹੜੇ ਆਊਟਸਾਈਡਰਸ ਨੇ ਜਾਂ ਇੱਥੋਂ ਦੇ ਜੋ ਵੀ ਹੈ ਇੱਥੋਂ ਆ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਥੱਲੇ ਜਾਣ ਨਹੀਂ ਦੇਣਾ, ਆਣ ਨਹੀਂ ਦੇਣਾ ਅਤੇ ਕਿਸੇ ਨੂੰ ਉੱਪਰ ਜਾਣ ਨਹੀਂ ਦੇਣਾ। ਸੋ ਇਸ ਕਰਕੇ ਆਪਾਂ ਦੇਖਦੇ ਹਾਂ ਇੱਕ ਵਾਰੀ ਫਿਰ, ਕੋਸ਼ਿਸ਼ ਕਰਦੇ ਹਾਂ ਕਿ ਹੋ ਕੀ ਰਿਹਾ, ਬਿਕੋਜ਼ ਹੁਣੇ ਹੀ ਤੁਸੀਂ ਦੇਖ ਹੀ ਲਿਆ ਡੀ ਡੀ ਮਿੱਤਲ ਟਾਵਰ ਬਠਿੰਡਾ ਉਹਦੇ ਵਿੱਚ ਆਪਾਂ ਆਏ ਹਾਂ ਔਰ ਪੂਰਾ ਕੋਸ਼ਿਸ਼ ਕਰਦੇ ਹਾਂ ਅਗਾਂਹ ਕੀ ਹੁੰਦਾ ਕੀ ਨਹੀਂ ਹੁੰਦਾ। ਸੋ ਇਸ ਕਰਕੇ ਵਾਪਸ ਅਸੀਂ ਫਿਰ ਉੱਥੇ ਆਏ ਹਾਂ ਜਿੱਥੋਂ ਸ਼ੁਰੂ ਕੀਤਾ ਸੀ। ਇਸ ਕਰਕੇ ਚੈਕਿੰਗ ਚੱਲ ਰਹੀ ਹੈ, ਹਾਲੇ ਵੀ ਉਹ ਬਲਾਕ ਹੈ ਜਿਹੜਾ ਉਧਰੋਂ ਦੀ ਚਾਰ ਕੁ ਮੁੰਡੇ ਸੀ ਸ਼ਾਇਦ, ਕਿਉਂ ਲੈ ਕੇ ਗਏ ਕੀ ਲੈ ਕੇ ਗਏ ਆਈ ਡੋਂਟ ਨੋ, ਪਰ ਸੀ ਉਹ ਆਪਾਂ ਲਾਈਵ ਦੇਖਿਆ। ਕੋਸ਼ਿਸ਼ ਕਰਦੇ ਹਾਂ ਕੀ ਹੈ ਕੀ ਨਹੀਂ ਹੈ, ਪਰ ਕੁਛ ਨਾ ਕੁਛ ਤਾਂ ਜ਼ਰੂਰ ਹੈ, ਹੈ ਨਾ। ਸੋ ਦੇਖਦੇ ਹਾਂ ਕਿਉਂਕਿ ਇੱਥੇ ਲੋਕ ਬਹੁਤ ਰਹਿੰਦੇ ਨੇ, ਚੱਲ ਰਹੀ ਹੈ
ਕਿਉਂਕਿ ਹਲੇ ਤੁਸੀਂ ਦੇਖਦੇ ਰਹੋ ਲਾਈਵ। ਮੇਰੀ ਕੋਸ਼ਿਸ਼ ਇਹ ਹੈ, ਮੇਰੇ ਪੱਤਰਕਾਰ ਭਰਾ ਵੀ ਖੜੇ ਨੇ ਸਾਰੇ ਇਹ, ਤੇ ਇਹ ਆਪਾਂ ਹੁਣੇ ਦੇਵ ਜੀ ਪੁਲਿਸ ਵਾਲੇ ਭਰਾ ਜਿਹੜੇ ਨੇ ਕੁਛ ਬੱਚਿਆਂ ਨੂੰ ਲੈ ਕੇ ਗਏ, ਕੀ ਤੁਹਾਨੂੰ ਕੀ ਲੱਗਦਾ ਕਿੰਨੇ ਜਣੇ? ਉਹ ਤਾਂ ਚਾਰ ਜਣੇ ਸੀਗੇ ਜੀ, ਚਾਰ ਸੀ ਬੱਚੇ, ਕੋਈ ਹੋਣਾ ਸ਼ੱਕੀ ਬਾਹਰਲੇ ਹੋਣੇ, ਆਊਟਸਾਈਡਰ ਹੋਣੇ ਤਾਂ ਲੈ ਕੇ ਗਏ ਆ। ਕੋਈ ਗੇਟ ਤੇ ਵੀ ਖੜ ਕੇ ਚੈਕਿੰਗ ਹੋ ਰਹੀ ਹੈ ਵੀ ਕੋਈ ਬਾਹਰ ਲਾ ਰਿਹਾ ਜਾਂ ਇੱਥੇ ਰਹਿਣ ਵਾਲਾ ਨਹੀਂ ਹੈਗਾ, ਤੇ ਇੱਥੇ ਆਏ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਉਂਕਿ ਕਈ ਵਾਰੀ ਹੁੰਦਾ ਵੀ ਆਊਟਸਾਈਡਰ ਆ ਜਾਂਦਾ ਉਹਦੇ ਕੋਲ ਕੁਛ ਇਸ ਤਰ੍ਹਾਂ ਦਾ, ਕਿਉਂ ਸਰ? ਹਾਂ ਬਿਲਕੁਲ, ਆਊਟਸਾਈਡਰ ਆ ਜਾਂਦੇ ਉਦੋਂ ਪ੍ਰੋਬਲਮ ਇੱਥੇ ਥੋੜੀ ਕ੍ਰੀਏਟ ਹੋ ਜਾਂਦੀ ਹੈ। ਹਾਂ ਉਹਨਾਂ ਨੂੰ ਲੈ ਕੇ ਗਏ ਨੇ, ਜ਼ਰੂਰੀ ਨਹੀਂ ਕਿ ਉਹ ਬੱਚੇ ਗਲਤ ਹੋਣ, ਪਰ ਇੱਕ ਵਾਰੀ ਲੈ ਕੇ ਗਏ ਨੇ, ਹੈ ਨਾ। ਇਸ ਕਰਕੇ ਚਲੋ ਅਸੀਂ ਤੁਹਾਨੂੰ ਦਿਖਾਇਆ, ਉਹ ਬਾਕੀ ਉਹ ਇਨਵੈਸਟੀਗੇਸ਼ਨ ਕਰਨਗੇ। ਬਾਕੀ ਹਲੇ ਵੀ ਜੋ ਹੈ ਇਹ ਸਾਰਾ ਇੱਥੇ ਚੱਲ ਰਿਹਾ ਡੀ ਡੀ ਮਿੱਤਲ ਟਾਵਰ ਦੇ ਵਿੱਚ। ਅੱਛੀ ਗੱਲ ਹੈ, ਦੇਖੋ ਜੀ ਐਪੀਸੋਡ ਜੋ ਵੀ ਚੈਕਿੰਗ ਹੋ ਰਹੀ ਹੈ ਇਹ ਸਾਡੇ ਲਈ, ਮਤਲਬ ਇਸ ਡੀ ਡੀ ਮਿੱਤਲ ਟਾਵਰ ਲਈ ਬਹੁਤ ਵਧੀਆ ਹੋ ਰਿਹਾ ਹੈ। ਇਹ ਲੇਡੀਜ਼ ਫੈਮਿਲੀਜ਼ ਜਿਹੜੀਆਂ ਇੱਥੇ ਰਹਿ ਰਹੀਆਂ ਨੇ ਪਰਮਾਨੈਂਟ, ਉਹਨਾਂ ਨੂੰ ਬੜੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਨੇ। ਇਹ ਜਿਹੜਾ ਵਿਜ਼ਿਟ ਹੋ ਰਹੀ ਹੈ ਨਾ ਇਹ ਬਿਲਕੁਲ ਜਿਹੜੇ ਇੱਥੋਂ ਦੇ ਰੈਜ਼ੀਡੈਂਟ ਨੇ ਉਹਨਾਂ ਲਈ ਨੋ ਡਾਊਟ ਇੱਕ ਅੱਛੀ ਗੱਲ ਹੈ, ਕਿਉਂਕਿ ਉਹਦੇ ਪਿੱਛੇ ਰੀਜ਼ਨ ਇਹ ਹੈ ਵੀ ਦੇਖੋ ਇਹ ਨਾ ਇਹ ਸਾਰੀ ਜਿਹੜੀ ਕਲੋਨੀ ਹੈ ਆਪਾਂ ਕਹਿ ਲਈਏ ਇਹ ਟਾਵਰਸ ਨੇ, ਹੈ ਨਾ, ਇਹ ਕਵਰਡ ਨੇ, ਇਹ ਐਂ ਕਹਿ ਲਓ ਵੀ ਸਾਰੇ ਚਾਰੋਂ ਪਾਸੇ ਚਾਰ ਦੀਵਾਰੀ ਹੈ, ਹੈ ਨਾ, ਛੋਟਾ ਜਿਹਾ ਏਰੀਆ, ਇੱਕੋ ਹੀ ਇਹਦੀ ਐਂਟਰੈਂਸ ਔਰ ਉਹੀ ਐਗਜ਼ਿਟ ਹੈ, ਠੀਕ। ਤਾਂ ਓਬਵੀਅਸ ਹੈ ਫਿਰ ਇਹ ਸਾਰੇ ਲੋਕ ਜਿਹੜੇ ਨੇ, ਕੋਈ ਇਹ ਤਾਂ ਹੈ ਨਹੀਂ ਵੀ ਇੱਕ ਪਾਸਿਓਂ ਆ ਕੇ ਦੂਸਰੇ ਪਾਸਿਓਂ ਬੰਦਾ ਚਲਾ ਜਾਏਗਾ, ਹੈ ਨਾ, ਉੱਥੋਂ ਹੀ ਆਉਂਦੇ। ਹਾਂ ਜਿਵੇਂ ਅੱਜ ਸਿਕਿਉਰਿਟੀ ਵਾਲੇ ਚੈਕਿੰਗ ਕਰ ਰਹੇ ਨੇ, ਹੈ ਨਾ, ਰੋਕ ਰਹੇ ਨੇ ਵੀ ਨਹੀਂ ਜਾਣਾ ਜੀ, ਜੇ ਇਸੇ ਤਰੀਕੇ ਨਾਲ ਰੂਟੀਨ ਦੇ ਵਿੱਚ ਇਹ ਕੰਮ ਹੋਵੇ, ਇਹ ਹੋਵੇ ਵੀ ਹਾਂਜੀ ਠੀਕ ਹੈ ਜੀ, ਵੀ ਜਿਹੜਾ ਵੀ ਬੰਦਾ ਆਉਂਦਾ ਉਹਨੂੰ ਪੁੱਛਿਆ ਜਾਵੇ ਵੀ ਹਾਂਜੀ ਕਿੱਥੇ ਚੱਲੇ ਹੋ ਜੀ, ਅਤੇ ਫਲੈਟ ਨੰਬਰਾਂ ਦੇ ਵਿੱਚ ਆਈ ਥਿੰਕ ਇਹਨਾਂ ਕੋਲ ਇੰਟਰਕੋਮ ਲੱਗੇ ਹੋਣੇ ਚਾਹੀਦੇ, ਜਿੱਥੋਂ ਤੱਕ ਮੈਨੂੰ ਲੱਗਦਾ, ਜਿਸ ਤਰ੍ਹਾਂ ਦੀ ਇਹਨਾਂ ਦੀ ਪ੍ਰੋਬਲਮਸ ਨੇ ਨਾ, ਇੰਟਰਕੋਮ ਲੱਗੇ ਉੱਥੋਂ ਨੰਬਰ ਪੁੱਛਿਆ ਜਾਵੇ ਵੀ ਕਿੰਨੇ ਨੰਬਰ ਫਲੈਟ, ਹਾਂਜੀ ਭੇਜ ਦਈਏ, ਉਹਦੀ ਆਈ ਡੀ ਰੱਖੀ ਜਾਵੇ, ਫਿਰ ਹੈ ਨਾ ਉਹ ਸਾਰਾ ਕੁਛ ਇਹ ਹੋ ਸਕਦਾ, ਬਿਕੋਜ਼ ਇਹ ਕਰ ਸਕਦੇ ਨੇ ਮੈਨੇਜ, ਆਈ ਥਿੰਕ ਸੋ। ਬਾਕੀ ਇਹਨਾਂ ਨੂੰ ਲੋਕਾਂ ਨੂੰ ਪਤਾ, ਪਰ ਸਾਡਾ ਕੀ ਹੁੰਦਾ ਵੀ ਅਸੀਂ ਤਾਂ ਖਬਰ ਦਿਖਾਉਣੀ ਹੁੰਦੀ ਹੈ, ਜਿਵੇਂ ਤੁਸੀਂ ਉਹ ਦੇਖੋ ਇਹ ਇਹ ਕਾਫੀ ਉਹ ਫਲੈਟਸ ਨੇ, ਇਹਦੇ ਮਾਲੇ ਬਹੁਤ ਨੇ, ਪਰ ਫਿਰ ਵੀ ਇੱਥੇ ਜਿਹੜੀ ਹੈ ਚੈਕਿੰਗ ਹਲੇ ਵੀ ਚੱਲ ਰਹੀ ਹੈ। ਔਰ ਤੁਸੀਂ ਦੇਖਿਆ ਹੀ ਹੈ ਚਾਰ ਮੁੰਡਿਆਂ ਨੂੰ ਫਿਲਹਾਲ ਇੱਥੋਂ, ਯੰਗ ਸੀਗੇ, ਉਹਨਾਂ ਨੂੰ ਲੈ ਕੇ ਗਏ ਨੇ। ਡੀ ਐਸ ਪੀ ਸਾਹਿਬ ਨੇ ਦੱਸਿਆ ਵੀ ਇਹ ਰੂਟੀਨ ਦੀ ਇੱਕ ਚੈਕਿੰਗ ਹੈ, ਪਰ ਕੀ ਹੁੰਦਾ ਨੋ ਡਾਊਟ ਬਠਿੰਡੇ 'ਚ ਬਹੁਤ ਪੀ ਜੀ ਨੇ, ਬਿਕੋਜ਼ ਐਜੂਕੇਸ਼ਨ ਹੱਬ ਹੈ ਇਹ, ਹੈ ਨਾ, ਐਜੂਕੇਸ਼ਨ ਹੱਬ ਹੈ ਤਾਂ ਬੜੇ ਪੀ ਜੀ ਹੈ। ਕਿਸੇ ਵੇਲੇ ਬਠਿੰਡੇ ਨੂੰ ਲੋਕ ਕਹਿੰਦੇ ਹੁੰਦੇ ਸੀ ਵੀ ਬਠਿੰਡੇ ਨਹੀਂ ਜਾਣਾ, ਪਰ ਹੁਣ ਲੋਕ ਬਠਿੰਡੇ ਆ ਕੇ ਬਹੁਤ ਖੁਸ਼ ਹੁੰਦੇ ਆ। ਇਹ ਜਿਹੜਾ ਡੀ ਡੀ ਮਿੱਤਲ ਟਾਵਰ ਹੈ ਇਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਨਾ ਉਹ, ਇੱਕ ਮਿੰਟ ਮੈਂ ਦੇਖ ਲਵਾਂ ਸ਼ਾਇਦ, ਓਕੇ ਮੈਨੂੰ ਲੱਗਿਆ ਸੀ ਸ਼ਾਇਦ ਡੀ ਐਸ ਪੀ ਸਾਹਿਬ ਜਾ ਰਹੇ, ਪਰ ਉਹਨਾਂ ਤੋਂ ਪੁੱਛ ਲਈਏ, ਪਰ ਪਹਿਲਾਂ ਵੀ ਗੱਲ ਹੋਈ ਸੀ, ਸੋ ਇਸ ਕਰਕੇ ਚਲੋ। ਹਾਂ ਮੈਂ ਤੁਹਾਨੂੰ ਗੱਲ ਕਰਿਆ ਸੀ ਵੀ ਇੱਥੇ ਬਠਿੰਡੇ ਦੇ ਵਿੱਚ ਪੀ ਜੀ ਬਹੁਤ ਨੇ, ਅਤੇ ਪੀ ਜੀਆਂ ਦੇ ਵਿੱਚ ਕਦੋਂ ਕਿਹੜਾ ਬੱਚਾ ਕਿਵੇਂ ਰਹਿੰਦਾ, ਕੌਣ ਕੌਣ ਰਹਿੰਦਾ, ਨੋ ਡਾਊਟ ਡਾਟਾ ਚਾਹੀਦਾ ਉਹਦਾ, ਹੈ ਨਾ, ਸੰਬੰਧਿਤ ਜਿੰਨੇ ਥਾਣੇ ਨੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਜੀ ਸਾਡਾ ਆਹ ਪੀ ਜੀ ਹੈ, ਪੀ ਜੀ ਦੇ ਵਿੱਚ ਇੰਨੇ ਬੱਚੇ ਸਾਡੇ ਜਿਹੜੇ ਰਹਿੰਦੇ ਨੇ, ਜਾਂ ਕੋਈ ਆਊਟਸਾਈਡਰ ਸਪੋਜ਼ ਕੋਈ ਨਵਾਂ ਆਉਂਦਾ ਤਾਂ ਉਹ ਸੰਬੰਧਿਤ ਥਾਣੇ 'ਚ ਪਤਾ ਹੋਣਾ ਚਾਹੀਦਾ, ਹੈ ਨਾ। ਬਾਕੀ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਹੈ, ਗੱਡੀ ਫਿਰ ਉੱਥੇ ਲੱਗ ਗਈ ਹੈ, ਔਰ ਦੇਖਦੇ ਹਾਂ ਅਗਾਂਹ ਹੁਣ ਕੀ ਚੱਲਦਾ। ਫਿਲਹਾਲ ਆਪਾਂ ਡੀ ਡੀ ਮਿੱਤਲ ਟਾਵਰ ਦੇ ਵਿੱਚ ਖੜ੍ਹੇ ਹਾਂ, ਇੱਥੇ ਪੁਲਿਸ ਦੀ ਚੈਕਿੰਗ ਹੈ ਜਿਹੜੀ ਆ ਇਹ ਚੱਲ ਰਹੀ ਹੈ। ਲੋਕ ਜਿਹੜੇ ਨੇ ਜਿਹੜੇ ਇੱਥੋਂ ਦੇ ਰੈਜ਼ੀਡੈਂਟ ਨੇ, ਪਰਮਾਨੈਂਟ ਰੈਜ਼ੀਡੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਖੁਸ਼ ਹੈ, ਉਹਨਾਂ ਵੀ ਹਾਂ ਯਾਰ ਅੱਛੀ ਗੱਲ ਹੈ ਕਿ ਯਾਰ ਇਹ ਪੁਲਿਸ ਦੀ ਜਿਹੜੀ ਚੈਕਿੰਗ ਹੋ ਰਹੀ ਹੈ ਇਹ ਸਾਡੇ ਫਾਇਦੇ ਲਈ ਹੋ ਰਹੀ ਹੈ, ਇਹ ਅੱਛੀ ਗੱਲ ਹੈ। ਸੋ ਇਸ ਕਰਕੇ ਤੁਸੀਂ ਇਹ ਦੇਖ ਲਓ ਹਾਂ ਦੇਖੋ ਤੁਸੀਂ ਮੈਂ ਕਿਉਂਕਿ ਲਾਈਵ ਤੁਹਾਨੂੰ ਤਾਂ ਹੀ ਦਿਖਾ ਰਿਹਾ
ਵੀ ਯਾਰ ਇੱਥੋਂ ਦੇਖੋ ਅਸੀਂ ਡੀ ਡੀ ਮਿੱਤਲ ਟਾਵਰ 'ਚ ਖੜ੍ਹੇ ਹਾਂ, ਜਿਹੜੇ ਲੋਕ ਨਵੇਂ ਜੁੜੇ ਆ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਇੱਥੇ ਪੁਲਿਸ ਦੀ ਚੈਕਿੰਗ ਚੱਲ ਰਹੀ ਹੈ। देखो आपके बेनिफिट के लिए फर्स्ट ऑफ ऑल, ठीक। हाँ नहीं नहीं रंजिश का कुछ नहीं है, आप थोड़ा प्लीज आप नाम भी रिकॉर्ड मत करो प्लीज। अच्छा चलो, बिकॉज हम लोग लाइव कर रहे हैं, नहीं करें आप बताओ। हम लोग लाइव कर रहे हैं, बताइए। पता है यहाँ दिक्कत यही है कि यहाँ पे ना सारे लोग एक के पीछे लग जाते हैं, अगर कोई भी बोलता है ना कुछ। आप नाम नहीं लोगी, मेरी आप बात सुनिए, आप जस्ट जो प्रॉब्लम्स हैं, गंदगी नशा वशा सब है यहाँ पे, टोटली सब कुछ है। क्या प्रॉब्लम्स आती हैं यहाँ पे? और नहीं, यहाँ पे सब कुछ है, यहाँ पे प्रोस्टिट्यूशन है, और प्रोस्टिट्यूशन इस नाम को करके कि ये लीगल हो गया है, उनको ये नहीं पता रेजिडेंशियल एरिया में ये सब चीजें लीगल नहीं है। ये बस बाहर इनको एक अलग से स्थान दो, वहाँ वो लीगल करो। पर इन लोगों की मती इतनी भ्रष्ट हो गई है ना, ये सोच रहे हैं कि रेजिडेंशियल एरिया में प्रोस्टिट्यूशन कमर्शियल ये सब लीगल है। तो यहाँ पे ये सारी चीज है, क्या नशा लगा लो, क्या प्रोस्टिट्यूशन लगा लो, सब चीज यहाँ डीडी मिट्टल में एंटर कर। राजेश कुमार नाम है जी मेरा। ऐसे किन्ने बार ऐसा इंसिडेंट हो गए, कोई खबर नहीं ले रहा, कोई इतने कोई पूछगिछ नहीं है, पता नहीं की कुछ हो रहा। सोसाइटी बनी कुछ, वो सारी टोटियां भज गए सारे, कोई आधार कार्ड जे पता कर दिया था। 40 बार इतने किसी का कोई मोटरसाइकिल चकाया, किसी का कुछ चकाया गया, कोई इतने कोई माई बाप है ही नहीं गा जी। भाजी कंप्लेट असि इन्हों को कर देंगे, जेडे साडे डीडी मित्तल टावर आले, कोई सुनवाई नहीं हैगी। सारा काम हो रहा है, सब कुछ हो रहा है। यहाँ पे ना अगर कोई कोशिश भी करता है ना, तो लिटरली यही बात बोली जाती है कि आप सेफ रहो, आप बच के रहो, क्योंकि ये ज्यादा हावी हो गया है। इट मीन्स हम कहना ये चाह रहे हैं, यहाँ पे अब नॉर्मल लोगों की ये सोसाइटी नहीं रही है, यहाँ पे कमर्शियल लोग है ना, उनकी सोसाइटी बन गई है ये। और यहाँ पे रात को आप देखो कोई ना कोई गंदगी होती है। और दूसरी बात, यहाँ पे ना ये ब्रॉड माइंड वाला जो है ना, वो फुकरापंथी और इनमें इनको सिमिलैरिटी नहीं पता चल रही है। गंदगी धड़ल्ले से हो रही है और वो स्मार्टनेस बनी हुई है। ये तो 2-3 साल से हो रहा है यहाँ पे, दो तीन पुलिस की चेकिंग में हमें तो नहीं पता ना। आप पुलिस क्या वेरीफाई कर रही है? अगर पुलिस वेरीफाई कर रही है कि कुछ धमाके होने हैं भटिंडा में, या कुछ होना है, या वो होना है, वो छुपे हैं, पर यहाँ पे तो सब कुछ है। यहाँ पे ऑलरेडी गैंगस्टर भी पकड़े गए हुए हैं, यहाँ पे भी पकड़े हुए हैं, यहाँ पे मर्डर करके भी छुपे हुए हैं, यहाँ पे हथियार वाले भी छुपे हुए हैं, नशे वाले भी छुपे हुए हैं, सभी छुपे हुए हैं। आप किस चीज को वेरीफाई करोगे? वेरीफाई तो सब चीज यहाँ से निकालो ना। ये तो अच्छी बात है कि आज पुलिस यहाँ पे आई है, तो वो लोग पूरा देख रहे हैं कि कौन लोग आउटसाइडर हैं। जैसे कि अभी 4 लड़के हैं जो इनको भी वो लेके गए। प्लीज थोड़ा पीछे मत होइए, बिकॉज सभी माइक्स को आगे आना पड़ता है काइंडली जी। नेड़े है। और दूसरी बात भैया, वैसे तो मेजोरिटी के साथ ही आप लोगों को भी इंटरव्यू लेना चाहिए, क्योंकि मैं आपको सही बताऊं, हम लोग ना बहुत पहले ही ये सब चीजें निकालते थे, पर अभी आप जैसे अब एक मेरा या एक भैया का इंटरव्यू ले रहे हो ना, अगर हम प्रोमिनेंट हुए ना, तो ये हमारे लिए भी है। सुनिए सुनिए, मैं आपको बताता हूँ, आप लोग आपसे नहीं अकेले, आपसे पहले मिस्टर अमित से बात कर चुके हैं, आपसे पहले दीपक से बात कर चुके हैं, आपसे ये बाबूजी हैं, तो आप इंटरव्यू लीजिए यहाँ पे। हाँ, उनसे पूछो भाई, गंद नहीं पवाते भैया, उनसे पूछो। कई लोग नहीं है गलत, पर ये है कि कई लोग गलत भी है। क्यों डाल रहे हैं वो पीजीज को, क्यों आईलेट्स के, क्यों अजीत रोड बना दिया ये दूसरा डीडी मित्तल यहाँ पे जाके पुलिस रहती है। मैडम सर की नाम थोड़ा? सर गौरव बठला जी। ਗੌਰਵ ਸਾਹਿਬ, ਇਹ ਜਿਹੜਾ ਹੁਣ ਇਥੋਂ ਦਾ ਜਿਸ ਤਰ੍ਹਾਂ ਸਾਡੇ ਛੋਟੀ ਭੈਣ ਹੋਰਾਂ ਨੇ ਦੱਸਿਆ, ਬੜੀਆਂ ਪ੍ਰੋਬਲਮਸ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਨੇ, ਕਿਸ ਟਾਈਪ ਦੀਆਂ ਪ੍ਰੋਬਲਮਸ ਨੇ? ਸਰ ਪ੍ਰੋਬਲਮਸ ਤਾਂ ਟਾਈਮ ਟੂ ਟਾਈਮ ਸਰ ਜਾਂ ਤਾਂ ਪਾਰਕਿੰਗ ਦੀ, ਕਦੇ ਕੋਈ ਮਤਲਬ ਕਿਸੇ ਹੋਰ ਦੀ ਪਾਰਕਿੰਗ 'ਚ ਗੱਡੀ ਲਾ ਕੇ ਚਲੇ ਜਾਂਦੇ ਆ ਸਰ। ਕਈ ਵਾਰ ਸਰ ਆਪਾਂ ਕਹਿ ਸਕਦੇ ਹਾਂ ਵੀ ਗਲਤ ਜਿਹੜੇ ਬੰਦੇ ਹੈਗੇ ਜੀ, ਉਸ ਤਰ੍ਹਾਂ ਦੀ ਵੀ ਕਈ ਵਾਰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਸਰ। ਕਈ ਵਾਰ ਰਾਤ ਨੂੰ ਜਿਵੇਂ ਆਪਾਂ ਦੇਖਦੇ ਹਾਂ ਜੀ, ਕਈ ਸ਼ਰਾਰਤੀ ਤੱਤ ਬਾਹਰੋਂ ਆ ਜਾਂਦੇ ਆ ਜੀ, ਡਰਿੰਕ ਡਰੂੰਕ ਕਰਕੇ, ਉਸ ਤਰ੍ਹਾਂ ਦੀ ਪ੍ਰੋਬਲਮ ਤਾਂ ਫੇਸ ਕਰਨੀ ਪੈਂਦੀ ਹੈ ਸਰ ਇੱਥੇ।
ਸਰ ਪੁਲਿਸ ਦੀ ਚੈਕਿੰਗ ਚੱਲ ਰਹੀ ਮੈਨੂੰ ਹੁਣੇ ਪਤਾ ਲੱਗਿਆ ਜੀ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਲੇਕਿਨ ਪਤਾ ਲੱਗਿਆ ਵੀ ਕੋਈ ਨਾ ਕੋਈ ਪ੍ਰੋਬਲਮ ਹੈਗੀ ਅਤੇ ਕੁਛ ਨਾ ਕੁਛ ਮਤਲਬ ਟਾਈਮ ਬਾਅਦ ਸਰ ਪ੍ਰੋਬਲਮ ਆ ਹੀ ਜਾਂਦੀ ਹੈ ਸਰ ਇੱਥੇ ਰੀਜ਼ਨ ਕੀ ਹੈ ਬਿਕੋਜ਼ ਇੱਥੋਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਸਹੀ ਨਹੀਂ ਹੈ ਜਾਂ ਕੀ ਪ੍ਰੋਬਲਮ ਕੀ ਆ ਰਹੀ ਹੈ ਵੀ ਜਦੋਂ ਕੋਈ ਫਲੈਟ ਸੇਲ ਹੋ ਰਿਹਾ ਜਿਵੇਂ ਆਪਾਂ ਵੱਡੇ ਸ਼ਹਿਰ ਦੇਖਦੇ ਹਾਂ ਸਰ ਚੰਡੀਗੜ੍ਹ ਜਾਂ ਬੰਬੇ ਉਹ ਜਦੋਂ ਆਪਾਂ ਵੇਚਦੇ ਹਾਂ ਸਰ ਕਿਸੇ ਨੂੰ ਫਲੈਟ ਉਹ ਪਹਿਲਾਂ ਵੈਰੀਫਿਕੇਸ਼ਨ ਕਰਦੇ ਆ ਸਰ ਓਨਰ ਕੌਣ ਹੈ ਇੱਥੇ ਮੈਨੂੰ ਲੱਗ ਰਿਹਾ ਸਰ ਇੱਕ ਵਾਰ ਫਲੈਟ ਸੇਲ ਹੋ ਗਿਆ ਫਿਰ ਜਦੋਂ ਸੈਕਿੰਡ ਟਾਈਮ ਸੇਲ ਹੋ ਗਿਆ ਸਹੀ ਓਨਰਸ਼ਿਪ ਨਹੀਂ ਪਤਾ ਲੱਗ ਰਹੀ ਸਰ ਵੀ ਪ੍ਰੋਪਰ ਓਨਰਸ਼ਿਪ ਕਿਹੜੇ ਬੰਦੇ ਨੂੰ ਜਾ ਰਹੀ ਹੈ ਉਹ ਰੈਂਟ ਜਿਹੜਾ ਦੇ ਰਹੇ ਆ ਅੱਗੇ ਉਹਨਾਂ ਦੀ ਲੈ ਰਹੇ ਕਿ ਨਹੀਂ ਲੈ ਰਹੇ ਸਰ ਮੇਰੀ ਸਰ ਉਹ ਪ੍ਰੋਬਲਮ ਆ ਗਈ ਜਦੋਂ ਰੈਂਟ ਆਊਟ ਕਰਦੇ ਹੋ ਉਦੋਂ ਕੋਈ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਦੇਖੋ ਸਰ ਜਿਹੜਾ ਪੁਲਿਸ ਕਰ ਰਹੀ ਹੈ ਕਿ ਨਹੀਂ ਕਰ ਰਹੀ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਸਰ ਤਾਂ ਹੀ ਪ੍ਰੋਬਲਮ ਆ ਰਹੀ ਹੈ ਸਰ ਜਿਹੜੇ ਬ੍ਰੋਕਰਸ ਕਰਵਾਉਂਦੇ ਨੇ ਉਹ ਕੋਈ ਕਰਦੇ ਬ੍ਰੋਕਰ ਸਰ ਆਪਣੇ ਲੈਵਲ ਤੇ ਕਰਦੇ ਹੋਣਗੇ ਲੇਕਿਨ ਇਹ ਮੰਨ ਲਓ ਸਰ ਕਿਸੇ ਦੋ ਬੰਦਿਆਂ ਨੂੰ ਦਿੱਤਾ ਅੱਗੇ ਉਹ ਚਾਬੀ ਦੇ ਕੇ ਕਿਸੇ ਹੋਰ ਦੋ ਬੰਦਿਆਂ ਨੂੰ ਚਲੇ ਗਏ ਸਰ ਮੰਨ ਲਓ ਰੈਂਟ ਤੇ ਦਿੱਤਾ ਸਰ ਮੈਨੂੰ ਮੈਂ ਅੱਗੇ ਰੈਂਟ ਤੇ ਕਿਸੇ ਹੋਰ ਨੂੰ ਦੇ ਕੇ ਚਲਾ ਗਿਆ ਸਰ ਉਹ ਤਾਂ ਹੋਇਆ ਹੀ ਨਹੀਂ ਸਰ ਬਸ ਐਂ ਮੰਨ ਲਓ ਵੀ ਵਰਬਲੀ ਹੋ ਗਿਆ ਸਰ ਐਗਰੀਮੈਂਟ ਹਾਂਜੀ ਚਲੋ ਥੈਂਕ ਯੂ ਦੇਖੋ ਗੱਲ ਇਹੀ ਹੈ ਕਿ ਆਪਾਂ ਇਹ ਸਾਰੇ ਹੁਣ ਜੀ ਬਿਲਕੁਲ ਅੱਛੀ ਬਾਤ ਬਿਲਕੁਲ ਬਹੁਤ ਅੱਛੀ ਗੱਲ ਹੈ ਦੇਖੋ ਇਹੀ ਗੱਲ ਜਿਹੜੀ ਹੈ ਵੀ ਇਹ ਜਿਹੜੀਆਂ ਇੱਥੋਂ ਦੇ ਲੋਕਾਂ ਦੀਆਂ ਪ੍ਰੋਬਲਮਸ ਨੇ ਆਪਾਂ ਇਹੀ ਜਿਹੜਾ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਬਿਕੋਜ਼ ਤੁਹਾਨੂੰ ਪਤਾ ਲੱਗੇ ਹਨਾ ਇੱਥੋਂ ਦੀ ਹੁਣ ਤੁਸੀਂ ਦੇਖੋ ਸਾਡੀ ਇੱਕ ਛੋਟੀ ਭੈਣ ਹੈ ਇਸੇ ਤਰ੍ਹਾਂ ਇੱਕ ਰਾਤ ਨੂੰ ਵੀ ਰੇਡ ਪੈਂਦੀ ਰਹੇ ਨਾ ਤੇ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ ਵੀ ਇੱਥੇ ਕੀ ਕੁਛ ਹੋ ਰਿਹਾ ਹਾਂ ਮਾਈਕ ਪੇ ਸੁਣਾਈ ਨਹੀਂ ਦੇਗਾ ਪਲੀਜ਼ ਹਾਂ ਤੋ ਫਾਇਦਾ ਕੋਈ ਨਹੀਂ ਨਾ ਬਿਕੋਜ਼ ਇਹੀ ਜਦੋਂ ਸਾਡੀ ਛੋਟੀ ਭੈਣ ਨੇ ਇੱਕ ਗੱਲ ਕੀਤੀ ਵੀ ਜਾਂ ਸਾਡੇ ਭਾਜੀ ਹੋਰਾਂ ਨੇ ਗੱਲ ਕੀਤੀ ਵੀ ਜੇ ਅੱਜ ਦਿਨੇ ਹੁਣ ਇਹ ਸਾਰਾ ਕੁਛ ਹੋਇਆ ਜੇ ਇਹੀ ਪੁਲਿਸ ਰਾਤ ਨੂੰ ਆ ਕੇ ਇੱਥੇ ਚੈਕਿੰਗ ਕਰਨ ਫਿਰ ਪਤਾ ਲੱਗੇ ਵੀ ਉਦੋਂ ਕੀ ਹੈ ਨੋ ਡਾਊਟ ਦੇਖੋ ਜਿਹੜੇ ਲੋਕ ਨੇ ਜਿਹਨਾਂ ਨੂੰ ਲੱਗਦਾ ਵੀ ਯਾਰ ਵਾਕਈ ਇਹ ਗਲਤ ਹੋ ਰਿਹਾ ਟੈਨਸ਼ਨ ਹੁੰਦੀ ਹੈ ਛੋਟੇ ਛੋਟੇ ਬੱਚੇ ਲੇਡੀਜ਼ ਬੱਚੀਆਂ ਹੁਣ ਜਿਵੇਂ ਆਹ ਪਾਰਕ ਹੈ ਇਸ ਪਾਰਕ ਦੇ ਵਿੱਚ ਲੇਡੀਜ਼ ਨੇ ਸ਼ਾਮ ਨੂੰ ਆ ਜਾਣਾ ਬਜ਼ੁਰਗ ਲੇਡੀਜ਼ ਹੈ ਹਨਾ ਜਾਂ ਛੋਟੇ ਛੋਟੇ ਬੱਚੇ ਨੇ ਉਹਨਾਂ ਨੇ ਖੇਡਣ ਆਉਣਾ ਜਾਂ ਬੇਟਾ ਇੱਕ ਮਿੰਟ ਆਓ ਤੁਸੀਂ ਆ ਜਾਓ ਬੇਟਾ ਆ ਜਾਓ ਇੱਥੇ ਨਾ ਜਿਹੜੇ ਪਤਾ ਨਹੀਂ ਮੁੰਡਿਆਂ ਨੇ ਇਹ ਜਿਹਾ ਕੀ ਨਸ਼ਾ ਕੀਤਾ ਹੁੰਦਾ ਐਨੀ ਓਵਰ ਸਪੀਡ ਨਾਲ ਮੋਟਰਸਾਈਕਲ ਜਾਂਦੇ ਨੇ ਕਾਰਾਂ ਨਾਲ ਜਾਂਦੇ ਨੇ ਕੋਈ ਉਹਨਾਂ ਨੂੰ ਕਿਸੇ ਬਜ਼ੁਰਗ ਦੀ ਜਾਂ ਕਿਸੇ ਹਾਈਵੇ ਤਾਂ ਨਹੀਂ ਉਹੀ ਤਾਂ ਕਹਿ ਰਿਹਾ ਵੀ ਇਹ ਹਾਈਵੇ ਤਾਂ ਹੈ ਨਹੀਂ ਤੇ ਓਵਰ ਸਪੀਡ ਨਾਲ ਇੱਕਦਮ ਖਿੱਚ ਕੇ ਜਾਂਦੇ ਨੇ ਜਿਵੇਂ ਉਹਨਾਂ ਨੂੰ ਪਤਾ ਨਹੀਂ ਜੀਟੀ ਰੋਡ ਤੇ ਜਾ ਰਹੇ ਹੁੰਦੇ ਨੇ ਬੇਟਾ ਤੁਸੀਂ ਕੀ ਨਾਮ ਤੁਹਾਡਾ ਦੇਵਸ ਸੌਰੀ ਦੇਵਸ ਕਿੰਨੀ ਏਜ ਹੈ ਤੁਹਾਡੀ 14 ਹੱਸਣਾ ਨਹੀਂ ਪੁੱਤਰ ਇਹ ਬੜਾ ਸੀਰੀਅਸ ਰਹਿਣਾ ਹੈ ਨਾ ਐਕਚੁਅਲੀ ਮੈਨੂੰ ਪਤਾ ਨਹੀਂ ਹੈ ਨਾ ਮਤਲਬ ਕੀ ਗੱਲ ਕੀ ਹੋਈ ਹੈ ਪਹਿਲਾਂ ਦੱਸੋ ਯੈਸ ਤੁਹਾਨੂੰ ਗੱਲ ਮੈਂ ਦੱਸਦਾ ਜਿਸ ਤਰ੍ਹਾਂ ਸਿਸਟਰ ਹੁਣੀ ਦੱਸ ਰਹੇ ਤੁਹਾਡੇ ਵੀ ਇੱਥੇ ਜਿਹੜੀਆਂ ਗੱਲਾਂ ਹਾਂਜੀ ਆਪਾਂ ਇੱਧਰ ਛਾਵੇਂ ਆ ਜਾਈਏ ਬੇਟਾ ਹਨਾ ਵੀ ਜੋ ਇੱਥੇ ਹੁੰਦਾ ਜਿਹੜੀਆਂ ਪ੍ਰੋਬਲਮਸ ਨੂੰ ਤੁਸੀਂ ਫੇਸ ਕਰਦੇ ਹੋ ਬੇਟਾ ਉਹ ਦੱਸਣਾ ਹੱਸਣਾ ਚੰਗੀ ਗੱਲ ਹੈ ਪਰ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਬੇਟਾ ਉਹ ਪ੍ਰੋਬਲਮ ਨਹੀਂ ਪਤਾ ਨਾ ਤੁਸੀਂ ਦੱਸੋ ਇੱਕ ਵਾਰੀ ਅੱਛਾ ਮੈਂ ਥੋੜਾ ਦੱਸਣੀ ਆ ਪੁੱਤਰ ਮੈਂ ਤਾਂ ਤੁਹਾਡੀਆਂ ਪ੍ਰੋਬਲਮਸ ਸੁਣ ਆਇਆ ਵੀ ਜਿਹੜੀਆਂ ਤੁਹਾਡੇ ਸਿਸਟਰ ਕਹਿ ਰਹੇ ਨੇ ਨਾ ਅੱਛਾ ਸੌਰੀ ਇਹਦੇ ਲਈ ਵੀ ਮਾਫੀ ਚਲੋ ਮੇਰੀ ਭੈਣ ਹੈ ਮੈਂ ਕਹਿੰਦਾ ਮੇਰੀ ਭੈਣ ਤੈਨੂੰ ਦੱਸ ਰਹੀ ਹੈ ਵੀ ਕੀ ਦੱਸਣਾ ਬੇਟਾ ਜੋ ਜੋ ਪ੍ਰੋਬਲਮ ਤੁਹਾਡੇ ਮੰਮਾ ਨੇ ਪਹਿਲਾਂ ਦੱਸੀਆਂ ਉਹ ਤੁਸੀਂ ਦੱਸ ਦਿਓ ਵੀ ਇੱਥੇ ਕੀ ਕੀ ਪ੍ਰੋਬਲਮ ਦੇਖੋ ਜੀ ਮੁੰਡੇ ਬਹੁਤ ਨੇ ਐਕਚੁਅਲੀ ਪਹਿਲਾਂ ਫੈਮਿਲੀ ਸੀਗੀ ਫੈਮਿਲੀ ਹੁਣ ਹਟ ਗਈ ਪੀਜੀ ਤੇ ਦੇਣ ਲੱਗੇ ਲੋਕਾਂ ਨੂੰ ਫਲੈਟ ਠੀਕ ਹੈ ਤੇ ਖੱਪ ਵਗੈਰਾ ਬਹੁਤ ਪੈਣ ਲੱਗੀ ਇੱਥੇ ਰਾਤੀ 12-12 ਵਜੇ ਤੱਕ ਲੜਾਈਆਂ ਨਸ਼ਾ ਪੱਤਾ ਸਭ ਕੁਛ ਹੋਣ ਲੱਗ ਗਿਆ ਇੱਥੇ ਦੂਜਾ ਚੰਡੀਗੜ੍ਹ ਬਣ ਗਿਆ ਮਤਲਬ ਇਹੀ ਗੱਲ ਹੈ ਇਹੀ ਗੱਲ ਹੈ ਹੁਣ ਸਾਡੀਆਂ ਕੁਛ ਜੀ ਪਲੀਜ਼ ਭੈਣ ਜੀ ਸਤਿ ਸ਼੍ਰੀ ਅਕਾਲ ਬਹੁਤ ਗੰਗ ਪੈ ਰਿਹਾ ਸਾਨੂੰ ਬਹੁਤ ਤੰਗੀ ਹੈ ਸਾਡੇ ਬੱਚੇ ਬਰਾਬਰ ਦੇ ਹੋ ਰੱਖੇ ਆ ਅਸੀਂ ਦੇਖੋ ਆਮ ਨਾਰਮਲ ਫੈਮਿਲੀਆਂ ਚ ਉੱਠੇ ਆ ਹਨਾ ਆਪਦਾ ਮਸਾ ਇੰਨੀ ਇੰਨੀ ਜਗ੍ਹਾ ਲੱਤੀ ਹੈ ਬਹੁਤ ਜਦੋਂ ਬੱਚੇ ਹੁਣ ਗੁੜੀਆਂ ਆ ਵੱਡੀਆਂ ਉਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਸੀ ਆਪਦੇ ਘਰ ਚ ਸੇਫ ਆ ਅੰਦਰ ਤਾਂ ਵੀ ਥੋੜੀ ਦੇਰ ਵਾਸਤੇ ਸਾਨੂੰ ਡਰ ਲੱਗੇ ਹੀ ਰਹਿੰਦਾ ਵੀ ਕੋਈ ਹਾਦਸਾ ਨਾ ਹੋ ਜਾਏ ਇਹ ਵੱਡੀ ਪ੍ਰੋਬਲਮ ਹੈ ਛੋਟੀ ਜੋ ਗਰਲਸ ਹੈ ਨਾ ਉਨਕੇ ਵੀ ਲਿਫਟ ਮੇ ਹੱਥ ਪਕੜ ਕੇ ਖਿੱਚ ਲੈਤੇ ਹੈ ਨਸ਼ੇ ਮੇ ਰੜੇ ਰਹਤੇ ਹੈ ਬਰਥਡੇ ਕੇ ਨਾਮ ਪੇ ਗੰਦਗੀ ਔਰ ਮਤਲਬ ਲਿਟਰਲੀ ਅਗਰ ਹਮ ਸਟੈਪ ਉਠਾਤੇ ਹੈ ਨਾ ਨਹੀਂ ਲਿਫਟਾਂ ਚ ਹਮ ਗੰਦ ਲਿਖਾ ਹੁਆ ਹੈ ਔਰ ਕੋਲ ਗਰਲਸ ਆ ਰਹੀ ਹੈ ਕੋਲ ਗਰਲਸ ਕੋ ਅਗਰ ਹਮ ਯਹਾਂ ਪੇ ਲੇਡੀਜ਼ ਵੀ ਆਪਸ ਮੇ ਮੈਜੋਰਿਟੀ ਦਿਖਾ ਕੇ ਰੋਕਨੇ ਕੀ ਕੋਸ਼ਿਸ਼ ਕਰਤੇ ਹੈ ਤੋ ਵਹਾਂ ਪੇ ਧਮਕੀਆਂ ਕਿਆ ਮਿਲਤੀ ਹੈ ਆਪ ਸੇਫ ਰਹੋ
और वहाँ पे अपने लिंक्स बना रखे हैं उन्होंने ना सोसाइटी में रहने वालों के साथ ही, नहीं नहीं इसको अंदर आने दो। इवन की ओनर्स भी ये बोलते हैं कि हमें तो पैसों से मतलब है, हमें चाहे रेंट पीजी पे कमर्शियल वाले आ रहे हैं और जो भी हैं, जो आप समझ ही गए, कुछ भी चल रहा है धड़ल्ले से चल रहा है, पर हमें कोई मतलब नहीं है, हमें सिर्फ पैसे से मतलब है। उसके लिए चाहे हमारी यहाँ पे सेफ्टी खराब हो रही है, चाहे हमारी सिक्योरिटी कुछ नहीं है, जो माहौल यहाँ पे दो साल था ना 2016 के बाद 2018 तक, उसके बाद यहाँ का माहौल करप्ट हो चुका है। पूरे बठिंडा में फेमस है डीडी मित्तल टावर, इवन कि खुद भी हमारे गेट के भी बोलते हैं कि खेड़ा छुड़वाओ प्रॉपर, हम नाम नहीं ले सकते फ्लैट्स में, कि हमने 150 बंदा मोड़ा है एक हफ्ते में। तो आप ये देखो, डर बच्चे बराबर दे, कल कोई बांह फड़ लूगा, जे हो जूगा वो हो जूगा, मतलब सानू भी ऐ कह दें लोग, जेडे इथों दे रहन वाले भी बिचदे ही है सारे, मतलब इतनी गंदगी है ना, बस अंत नहीं है गंदगी। चलो देखो गल यही है भी गल थोड़ी कर लिए या बहुत ही कर लिए, गल एक ही है, सौ हथ रस्सा सिरे ते गंढ। असि यही गल करते डीएसपी साहब खड़े पहला तो उन्होंने आप गल करते भी वो जो चार मुंडे गए ने वो कौन किवें किस हालात च उन्होंने लेके गए हो, और उस बारे गल करते हैं भी क्यों सी कौन सी वो लोग। एक्सक्यूज मी सर, हुणे आप देखे भी थोड़ी गड्डी दे विच चार मुंडिया नूं लेके गए यंग्स नूं, काइंडली वो कौन किवें कुछ नहीं कोई किसी नूं भी अजे तक राउंड अप नहीं किया गया कि वेरीफिकेशन वगैरह लई जे वो असीं वेरीफाई जरूर कर रहे हैं। बिकॉज़ हुणे चार सीगे ना मुंडे कदों ਕਿਸੇ ਨੂੰ ਵੀ ਅਜੇ ਤੱਕ ਰਾਊਂਡ ਅਪ ਨਹੀਂ ਕੀਤਾ ਗਿਆ, ਜੇ ਅਸੀਂ ਰਾਊਂਡ ਅਪ ਕਰਾਂਗੇ ਜਾਂ ਕੋਈ ਕਾਰਵਾਈ ਕਰਾਂਗੇ ਤਾਂ ਅਸੀਂ ਜ਼ਰੂਰ ਮੀਡੀਆ ਨੂੰ ਦੱਸਾਂਗੇ। ਚਲੋ ਠੀਕ ਹੈ ਜੀ, ਜਿਸ ਤਰ੍ਹਾਂ ਸਰ ਉਹਨਾਂ ਨੇ ਗੱਲ ਕੀਤੀ, ਪਰ ਚਲੋ ਲਾਈਵ ਸਾਨੂੰ ਇਹ ਸੀਗਾ ਦਿਖਾਇਆ ਸੀ ਤੁਹਾਨੂੰ ਕਿ ਉੱਥੇ ਚਾਰ ਮੁੰਡੇ ਸੀਗੇ ਜਿਨ੍ਹਾਂ ਨੂੰ ਉੱਪਰੋਂ ਲਿਆਂਦਾ ਗਿਆ, ਹੋ ਸਕਦਾ ਇਹਨਾਂ ਦੇ ਇੱਥੋਂ ਹੈ ਨਾ ਇਹ ਸੀਗਾ, ਜਾਂ ਇੱਥੋਂ ਦੇ ਲੋਕ ਜਿਹੜੇ ਪਰੇਸ਼ਾਨ, ਤੁਸੀਂ ਇਹ ਦੇਖੋ ਵੀ ਕਿੰਨੇ ਪਰੇਸ਼ਾਨ ਨੇ ਉਹਨਾਂ ਨਾਲ, ਆਪਾਂ ਜਿਨ੍ਹਾਂ ਨਾਲ ਵੀ ਗੱਲ ਕਰ ਰਹੇ ਹਾਂ ਹਰੇਕ ਆਦਮੀ ਪਰੇਸ਼ਾਨ ਹੈ। ਹਾਂ ਜੀ ਜੀ, ਤੁਸੀਂ ਫੋਨ ਕੀਤਾ ਸੀ ਤਾਂ ਤੁਸੀਂ ਉੱਥੋਂ ਦੇ ਹਾਲਾਤ ਵੀ ਦੱਸ ਦਿਓ ਵੀ ਇੱਥੋਂ ਦੇ ਹਾਲਾਤ ਕੀ ਹੈ, ਕਿਉਂਕਿ ਦੇਖੋ ਪਰੇਸ਼ਾਨੀਆਂ ਨੋ ਡਾਊਟ ਨੇ। ਭਾਜੀ ਹੋਰਾਂ ਨੇ ਫੋਨ ਕੀਤਾ ਵੀ ਭਾਜੀ ਇੱਥੇ ਆਓ ਯਾਰ ਕੀ ਹੋ ਰਿਹਾ, ਪਰ ਮੇਰਾ ਮਕਸਦ ਕੀ ਹੈ, ਮੇਰਾ ਮਕਸਦ ਇਹ ਦਿਖਾਉਣਾ ਵੀ ਮੇਰੇ ਸ਼ਹਿਰ 'ਚ ਇੱਥੇ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ, ਚੰਗਾ ਕੰਮ ਕਰ ਰਹੀ ਹੈ, ਪਰ ਇੱਥੋਂ ਆਹ ਜਿਹੜਾ ਡੀਡੀ ਮਿੱਤਲ ਟਾਵਰ, ਇੱਥੋਂ ਦੇ ਲੋਕ ਪਰੇਸ਼ਾਨ ਬਹੁਤ ਨੇ। ਛੋਟੀਆਂ ਛੋਟੀਆਂ ਬੱਚੀਆਂ ਕਹਿੰਦੇ ਨੇ ਲਿਫਟਾਂ ਦੇ ਵਿੱਚ ਬੜਾ ਗੰਦ ਲਿਖਿਆ ਹੋਇਆ, ਕਹਿੰਦੇ ਨੇ ਲਿਫਟਾਂ ਦੇ ਵਿੱਚੋਂ ਬਾਹਾਂ ਫੜ ਕੇ ਅੰਦਰ ਖਿੱਚ ਲੈਂਦੇ ਨੇ, ਹਨਾ। ਸੋ ਇਸ ਕਰਕੇ ਨਹੀਂ ਸਮਝ ਆ ਰਿਹਾ, ਪਰ ਪੁਲਿਸ ਦੇਖੋ, ਮੈਂ ਡੀਐਸਪੀ ਸਾਹਿਬ ਨਾਲ ਗੱਲ ਕੀਤੀ, ਜੇ ਤੁਸੀਂ ਦੇਖੋਗੇ ਬੜੇ ਆਫੀਸਰਸ ਜਿਹੜੇ ਨੇ ਨਾ, ਇਹ ਦੇਖੋ ਹੋਰ ਵੀ ਨੇ ਜਾਂ ਉੱਪਰ ਜੋ ਹੈ ਨਾ ਉਹ ਚੱਲ ਰਿਹਾ, ਪੁਲਿਸ ਜਿਹੜੀ ਹੈ ਉਹ ਫਲੈਟਸ ਦੇ ਵਿੱਚ ਜਾ ਕੇ ਜਿੱਥੋਂ ਉਹਨਾਂ ਨੂੰ ਕਿਤੇ ਸ਼ੱਕ ਲੱਗਦਾ ਕੁਛ ਵੀ ਹੈ ਉਹ ਕਰ ਰਹੇ ਆਪਣਾ ਕੰਮ, ਪੁਲਿਸ ਬਾਖੂਬੀ ਦੇਖੋ ਹਲੇ ਤੱਕ ਫਰੈਂਕਲੀ ਸਪੀਕਿੰਗ ਅੱਛਾ ਕਰ ਰਹੀ ਹੈ। ਪਰ ਦੇਖੋ ਮੇਰਾ ਮਕਸਦ ਇਹੀ ਹੁੰਦਾ ਕਿ ਮੈਂ ਤੁਹਾਨੂੰ ਦਿਖਾਉਂਦਾ ਰਹਾਂ, ਦੇਖੋ ਹੋਰ ਪੁਲਿਸ ਵਾਲੇ ਭਰਾ ਵੀ ਜਿਹੜੇ ਨੇ ਉਹ ਸਾਡੇ ਆਏ ਨੇ, ਹਨਾ। ਬਿਕਾਜ਼ ਨੋ ਡਾਊਟ ਜਿੱਥੋਂ ਤੱਕ ਮੈਨੂੰ ਲੱਗਦਾ ਇਹਨਾਂ ਫਲੈਟਾਂ ਦੇ ਵਿੱਚ, ਹਨਾ, ਇਸ ਕਰਕੇ ਬਠਿੰਡਾ ਮੁਲਤਾਨੀਆ ਰੋਡ ਡੀਡੀ ਮਿੱਤਲ ਟਾਵਰ, ਬ੍ਰਦਰ ਜੇ ਤੁਸੀਂ ਐਕਸਕਿਊਜ਼ ਮੀ ਫੋਨ ਸੁਣ ਲਓ ਪਹਿਲਾਂ, ਚਲੋ ਇਹ ਵੀ ਜ਼ਰੂਰੀ ਹੈ। ਕਟਹਿਰੀ ਸਰ ਆਓ, ਦੋ ਮਿੰਟ ਆਪਾਂ ਗੱਲ ਕਰੀਏ, ਕੀ ਲੱਗਦਾ ਤੁਹਾਨੂੰ ਜਿਵੇਂ ਹੁਣ ਇੱਥੋਂ ਦਾ ਬੱਚੀਆਂ ਨੇ ਭੈਣਾਂ ਨੇ ਸਾਡੀਆਂ ਨੇ ਮਾਹੌਲ ਦੱਸਿਆ ਇੱਥੋਂ ਦਾ, ਹਨਾ। ਇਹ ਇਹਨਾਂ ਦੇ ਜਿਹਦੇ ਆਪਾਂ ਬਿਆਨ ਸੁਣਿਆ ਜਾਂ ਵਿਊ ਇਹਨਾਂ ਦੇ, ਲੱਗਦਾ ਜੇ ਅੱਕੇ ਹੋਏ ਆ ਲੋਕ ਤਾਂ ਹੀ ਕਹਿ ਰਹੇ ਆ, ਪੁੱਠੇ ਸਿੱਧੇ ਕੋਈ ਕੰਮ ਚੱਲਦੇ ਹੋਣੇ। ਇਹਨਾਂ ਨੇ ਕਹਿਣਾ ਹੈ ਕਿ ਪੁਲਿਸ ਆ ਜਿਹੜੀ ਵੈਰੀਫਿਕੇਸ਼ਨ ਕਰ ਰਹੀ ਹੈ, ਸਿਰਫ ਆਧਾਰ ਕਾਰਡ ਚੈੱਕ ਕਰਦੀ ਹੈ, ਇਹ ਨਹੀਂ ਦੇਖਦੇ ਵੀ ਬੰਦੇ ਦਾ ਬੈਕਗ੍ਰਾਊਂਡ ਕੀ ਹੈ, ਇਹ ਕਿਵੇਂ ਰਹਿ ਰਿਹਾ, ਇਹਨਾਂ ਦੇ ਨਾਂ 'ਤੇ ਫਲੈਟ ਹੈਗਾ ਨਹੀਂ ਹੈ, ਰੈਂਟ 'ਤੇ ਲਿੱਤਾ ਕਿਵੇਂ ਲਿੱਤਾ, ਕੋਈ ਲਿਖ ਪੜਤ ਕਰਾਈ ਹੈ ਨਹੀਂ ਕਰਾਈ। ਸਰ ਪੁਲਿਸ ਆਉਂਦੀ ਹੈ ਖਾਨਾ ਪੂਰਤੀ ਕਰਦੀ ਹੈ, ਜਿਸ ਹਿਸਾਬ ਨਾਲ ਇਹ ਕਹਿ ਰਹੇ ਹਾਂ ਲੋਕ ਇੱਦਾਂ ਦੇ ਰਹਿਣ ਵਾਲੇ ਵੀ ਲੋਕ ਨੇ ਜਿਹੜੇ ਅੱਕੇ ਹੋਏ ਨੇ। ਇਹ ਨਹੀਂ ਤੁਹਾਨੂੰ ਲੱਗਦਾ ਕਿ ਇਹ ਹੁਣ ਤੁਸੀਂ ਦੇਖੋ ਇਹ ਵੀਰ ਹੋਣੀ ਆਏ ਨੇ ਅਤੇ ਇਹ ਦੇਖੋ ਜੀ ਛੱਡ ਆਓ ਪਲੀਜ਼ ਛੱਡ ਆਓ, ਦੇਖੋ ਇਹੀ ਹੈ, ਇਹ ਹੁਣ ਇਹ ਲੋਕ ਇੱਥੇ ਆਏ ਨੇ। ਜਿੰਦਲ ਸਾਹਿਬ ਇੱਕ ਮਿੰਟ, ਅਮਿਤ ਜੀ ਇੱਕ ਮਿੰਟ ਆਓ ਮੇਰੇ ਕੋਲ, ਆਪਾਂ ਗੱਲ ਕਰੀਏ, ਆ ਜਾਓ ਪਲੀਜ਼, ਕਿਉਂਕਿ ਦੇਖੋ ਬੜਾ ਗੰਭੀਰ ਮੁੱਦਾ ਬਣ ਗਿਆ ਇਹ। ਹਾਂ ਮੈਂ ਆਪਾਂ ਇੱਕ ਵਾਰੀ ਇਹ ਦੇਖੋ ਇਹ ਮਿਸਟਰ ਅਮਿਤ ਨੇ ਜਾਂ ਇੱਕ ਦੋ ਜਣੇ ਹੋਰ ਨੇ ਇੱਥੇ ਉਹ ਇੱਕ ਕੰਮ ਕਰਦੇ ਨੇ, ਹੈ ਨਾ, ਚਲੋ ਠੀਕ ਹੈ ਅਗਲੇ ਨੇ ਆਪਣਾ ਕੰਮ ਕਰਨਾ,
ਰੈਂਟ ਆਊਟ ਕਰਦੇ ਨੇ ਹਨਾ ਵੀ ਜਿੰਨਾ ਵੀ ਹੁੰਦਾ ਤਾਂ ਕੰਮ ਹੈ ਅਗਲੇ ਦਾ ਪਰ ਜਿਹੜੀ ਇਹ ਗੱਲ ਹੈ ਵੀ ਕੀ ਇਹ ਕੀ ਵੈਰੀਫਿਕੇਸ਼ਨ ਕਰਦੇ ਨੇ ਹਨਾ ਆਪਾਂ ਇਹੀ ਦੇਖਦੇ ਹਾਂ ਅਮਿਤ ਜੀ ਇੱਕ ਮਿੰਟ ਪਲੀਜ਼ ਲਾਈਵ ਦੇਖੋ ਚੱਲ ਰਿਹਾ ਮੈਂ ਇਹ ਦੇਖੋ ਹੁਣੇ ਸਾਡੀਆਂ ਕੁਛ ਭੈਣਾਂ ਨੇ ਬੱਚਿਆਂ ਨੇ ਦੱਸਿਆ ਵੀ ਇੱਥੇ ਜਿਹੜੇ ਜਿਨ੍ਹਾਂ ਨੂੰ ਰੈਂਟ ਤੇ ਦਿੱਤਾ ਜਾਂਦਾ ਤੁਸੀਂ ਦੋ ਤਿੰਨ ਜਣੇ ਆਏ ਤੇ ਕਿਤੇ ਕਿੰਨੇ ਜਣੇ ਜਿਹੜੇ ਰੈਂਟ ਤੱਕ ਅਸੀਂ ਤਾਂ ਸਰ ਦੋ ਤਿੰਨ ਜਣੇ ਅਸੀਂ ਤਾਂ ਖੁਦ ਫੈਮਿਲੀ ਨਾਲ ਰਹਿੰਦੇ ਹਾਂ ਜੀ ਉਰੇ ਗਰ ਕਾ ਆਊਟਡੋਰ ਬਹੁਤ ਹੈ ਆਊਟਡੋਰ ਸ਼ਹਿਰ ਦੇ ਬ੍ਰੋਕਰ ਬਹੁਤ ਆ ਜਿਹੜੇ ਆ ਕੇ ਦੇ ਜਾਂਦੇ ਪਤਾ ਹੀ ਨਹੀਂ ਕਰਦੇ ਬਿਲਕੁਲ ਵੀ ਜਮੇ ਨਹੀਂ ਬੋਲਦੇ ਤੁਸੀਂ ਜਦੋਂ ਦਿੰਦੇ ਹੋ ਅਮਿਤ ਜਿੰਦਲ ਹੋਣੀ ਜਦੋਂ ਵੀ ਕਿਸੇ ਨੂੰ ਇੱਥੇ ਕੋਈ ਫਲੈਟ ਕਿਰਾਏ ਤੇ ਦਵਾਉਂਦੇ ਆ ਦਿੰਦੇ ਆ ਜਾਂ ਕੁਛ ਵੀ ਹੈ ਤੁਸੀਂ ਕੀ ਕੁਛ ਉਹਦਾ ਵੈਰੀਫਾਈ ਕਰਦੇ ਅਸੀਂ ਆਧਾਰ ਕਾਰਡ ਮੇਨ ਤਾਂ ਉਹਦਾ ਵੈਰੀਫਿਕੇਸ਼ਨ ਚੰਗੀ ਤਰ੍ਹਾਂ ਜਿੰਨੀ ਕੁ ਸਤੋਂ ਹੁੰਦੀ ਹੈ ਹੁਣ ਸਾਨੂੰ ਜਿਵੇਂ ਪੁਲਿਸ ਵਾਲੇ ਹੁਣ ਰਿਫਾਈਨਰੀ ਵਾਲਿਆਂ ਦੀ ਸਾਨੂੰ ਪੁਲਿਸ ਦੀ ਵੈਰੀਫਿਕੇਸ਼ਨ ਦੀ ਲੋੜ ਨਹੀਂ ਪੈਂਦੀ ਜਾਂ ਜਿਵੇਂ ਬੈਂਕ ਇੰਪਲਾਈਜ਼ ਦੀ ਜ਼ਰੂਰਤ ਨਹੀਂ ਪੈਂਦੀ ਮੇਨ ਤਾਂ ਜਦੋਂ ਕੋਈ ਅਨਨੋਨ ਸਰ ਉਹ ਆਉਂਦਾ ਕੁਛ ਤਾਂ ਅਸੀਂ ਉਹਨੂੰ ਵਾਪਸ ਹੀ ਕਰ ਦਿੰਦੇ ਹਾਂ ਜਾਂ ਸਾਨੂੰ ਐਂ ਲੱਗਦਾ ਸ਼ੱਕੀ ਹੈ ਫਿਰ ਅਸੀਂ ਉਹਦੀ ਆਪਦੇ ਲੈਵਲ ਤੇ ਕਰਵਾਉਂਦੇ ਹਾਂ ਜ਼ਰੂਰ ਹੈ ਇੱਕ ਵਾਰ ਕੀ ਕਰਵਾਉਂਦੇ ਹੋ ਤੁਸੀਂ ਸਾਨੂੰ ਐਂ ਪੁਲਿਸ ਤੋਂ ਕਰਵਾ ਲਈਏ ਜੀ ਇੱਕ ਵਾਰੀ ਆਧਾਰ ਕਾਰਡ ਲੈ ਕੇ ਪੁਲਿਸ ਉਹਦੀ ਕਢਾਈਏ ਵੀ ਉਹ ਇੰਟੀਮੇਸ਼ਨ ਕੀ ਹੈ ਉਹਦੀ ਕੀ ਰਿਕਾਰਡ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਫਿਰ ਇੰਨਾ ਕੁਝ ਚੱਲ ਰਿਹਾ ਰੀਜ਼ਨ ਸਰ ਇਲਾਜ ਨਹੀਂ ਸਿਕਿਉਰਿਟੀ ਵੀ ਕਿਹਾ ਜੀ ਕੀ ਚਾਹੀਦਾ ਸਿਕਿਉਰਿਟੀ ਨੂੰ ਕੀ ਕਰਨਾ ਚਾਹੀਦਾ ਸਿਕਿਉਰਿਟੀ ਸਰ ਗੇਟ ਤੇ ਪੁੱਛਦੇ ਨਹੀਂ ਕਿਸੇ ਨੂੰ ਪੁੱਛਦੇ ਇਹ ਤੁਹਾਡੇ ਸਾਡੇ ਹੁਣ ਮੋਟਰਸਾਈਕਲ ਚੋਰੀ ਹੋ ਗਏ ਸਰ ਪਿਛਲੇ ਡੇਢ ਮਹੀਨੇ ਚ ਦੋ ਬੁਲਟ ਮੋਟਰਸਾਈਕਲ ਚੱਕੇ ਇੱਕੋ ਹੀ ਬੰਦਾ ਚੱਕ ਕੇ ਲੈ ਕੇ ਜਾ ਰਿਹਾ ਹੈ ਹੀ ਨਹੀਂ ਕੋ ਪੁੱਛਣ ਵਾਲੇ ਨਹੀਂ ਜੀ ਤੁਸੀਂ ਫਿਰ ਮੈਨੂੰ ਦੱਸੋ ਮੈਂ ਪਿਛਲੀ ਵਾਰੀ ਵੀ ਜਦੋਂ ਇੱਥੇ ਇੱਕ ਆਪਾਂ ਕੀਤਾ ਸੀ ਇਹ ਪ੍ਰੋਗਰਾਮ ਤੇ ਉਦੋਂ ਕਿਉਂ ਨਹੀਂ ਉਦੋਂ ਵੀ ਤਾਂ ਇਹੀ ਗੱਲ ਹੋਈ ਸੀ ਨਾ ਵੀ ਸਿਕਿਉਰਿਟੀ ਵੀਕ ਹੈ ਕੀ ਗੱਲ ਹੈ ਸਿਕਿਉਰਿਟੀ ਵੱਲੋਂ ਧਿਆਨ ਨਹੀਂ ਦਿੰਦੇ ਨਹੀਂ ਦਿੰਦੇ ਸਰ ਬਿਲਕੁਲ ਜ਼ੀਰੋ ਇਹਨਾਂ ਦੀ ਫਿਰ ਸਿਕਿਉਰਿਟੀ ਦਾ ਫਾਇਦਾ ਕੀ ਅਸੀਂ ਕਰੀਏ ਸਾਡੇ ਕੀ ਸਾਰੇ ਆ ਇਹ ਤਾਂ ਹੁਣ ਬਿਲਡਰ ਦੇਖੂਗਾ ਬਿਲਡਰ ਨੇ ਸਾਡੇ ਉਹ ਕਹਿੰਦਾ ਵੀ ਐਡੀ ਉੱਚੀ ਬਿਲਡਿੰਗ ਬਣਾਤੀ ਸੱਪ ਲੋਕਾਂ ਦੇ ਗੱਲ ਚ ਪਾਤਾ ਲੋਕ ਭੁਗਤੀ ਜਾਂਦੇ ਆ ਮੈਂ ਕਰੀ ਆ ਬਿਲਕੁਲ ਚਲੋ ਉਹਨਾਂ ਨੇ ਤਾਂ ਕੋਈ ਮਾੜਾ ਕੰਮ ਨਹੀਂ ਕੀਤਾ ਫਲੈਟਸ ਬਣਾਤੇ ਲੋਕਾਂ ਨੂੰ ਦੇਤੇ ਚੰਗਾ ਕੀਤਾ ਮੈਨੇਜ ਤਾਂ ਕਰਨ ਨਾ ਫਿਰ ਮੈਨੇਜ ਕਰਨ ਪ੍ਰੋਪਰ ਮੇਨਟੇਨੈਂਸ ਬਤਾ ਦਨ ਮੈਨੇਜ ਤਾਂ ਕਰਨ ਉਹਨੂੰ ਸਿਕਿਉਰਿਟੀ ਰੱਖਣ ਜੇ ਕੁਝ ਅਸੀਂ ਮੇਨਟੇਨੈਂਸ ਦੇ ਹੀ ਰਹੇ ਆ ਸਾਰੇ ਜਣੇ ਕੋਈ ਤਾਂ ਨਹੀਂ ਮੇਨਟੇਨੈਂਸ ਨਹੀਂ ਦੇ ਰਹੇ ਤੁਸੀਂ ਦੇ ਰਹੇ ਹੋ ਤੁਸੀਂ ਮੇਰੀ ਗੱਲ ਨੂੰ ਅੰਡਰਸਟੈਂਡ ਕਰੋ ਸਿਕਿਉਰਿਟੀ ਤੁਸੀਂ ਆਪ ਕਹਿ ਰਹੇ ਹੋ ਸਾਰੇ ਜਣੇ ਕਹਿ ਰਹੇ ਸਿਕਿਉਰਿਟੀ ਵੀਕ ਹੈ ਤੇ ਸਿਕਿਉਰਿਟੀ ਪਿਛਲੀ ਵਾਰੀ ਵੀ ਜਦੋਂ ਗੱਲ ਹੋਈ ਸੀ ਉਦੋਂ ਵੀ ਵੀਕ ਸੀ ਸਿਕਿਉਰਿਟੀ ਹੁਣ ਵੀ ਵੀਕ ਹੈ ਸਿਕਿਉਰਿਟੀ ਤੇ ਕਿੰਨੇ ਇੱਕੋ ਗੇਟ ਹੈ ਦੇਖੋ ਜਾਂ ਤਾਂ ਹੁੰਦਾ ਪੰਜ ਸੱਤ ਗੇਟ ਹੈ ਇੱਕ ਗੇਟ ਹੈ ਜੀ ਬਸ ਉਹ ਬਹੁਤ ਵਧੀਆ ਉੱਥੇ ਸਿਕਿਉਰਿਟੀ ਕਿਉਂ ਨਹੀਂ ਟਾਈਟ ਕੀਤੀ ਜਾ ਸਕਦੀ ਨਹੀਂ ਸਰ ਇਹਨੇ ਇਹਦਾ ਐਕਚੁਅਲੀ ਮੈਨੇਜਮੈਂਟ ਦੇਖੇਗੀ ਨਾ ਜੀ ਆਪਾਂ ਹੀ ਕਰ ਸਕਦੇ ਸਰ ਆਪਾਂ ਤਾਂ ਬੈਠ ਵੀ ਨਹੀਂ ਸਕਦੇ ਜਾ ਕੇ ਉੱਥੇ ਨਾ ਕਿਸੇ ਨੂੰ ਬੋਲ ਸਕਦੇ ਆਪਾਂ ਜਾ ਕੇ ਅਗਲਾ ਕੋ ਤੂੰ ਕੌਣ ਲੱਗਦਾ ਹਾਂ ਸਿਕਿਉਰਿਟੀ ਤਾਂ ਕੰਪਨੀ ਦੀ ਦਿੱਕਤ ਹੈਗੀ ਹੈ ਸਰ ਇਸ ਗੱਲ ਦੀ ਕੰਪਨੀ ਥੋੜਾ ਜਿਹਾ ਇਸ ਗੱਲ 'ਚ ਚੀਪ ਹੈ ਸਿਕਿਉਰਿਟੀ ਇਹਨਾਂ ਦੀ ਸਾਰੀਆਂ ਕਲੋਨੀਆਂ 'ਚ ਹੀ ਬੁਰਾ ਹਾਲ ਹੈ ਗਣਪਤੀ ਲਾ ਲਓ ਸ਼ੀਸ਼ ਮਹਿਲ ਲਾ ਲਓ ਹਰੇਕ ਕਲੋਨੀ 'ਚ ਇਹਨਾਂ ਦਾ ਬੁਰਾ ਹਾਲ ਹੈ ਪਤਾ ਨਹੀਂ ਕਿਉਂ ਨਹੀਂ ਇਹਨਾਂ ਨੂੰ ਇਸ ਗੱਲ ਦਾ ਉਹ ਆ ਰਿਹਾ ਵੀ ਅਸੀਂ ਸਿਕਿਉਰਿਟੀ ਟਾਈਟ ਹੋ ਸਾਰਾ ਕੁਝ ਠੀਕ ਹੈ ਸਾਡੇ ਸਾਰਿਆਂ ਨਾਲੋਂ ਵੱਧ ਕਿਰਾਇਆ ਡੀ ਡੀ ਮਿੱਤਲ ਟਾਵਰ 'ਚ ਹੈ ਸਰ 15,000 ਰੁਪਇਆ ਕਿਰਾਇਆ ਦੇ ਰਿਹਾ ਡਬਲ ਬੈਡਰੂਮ ਦਾ ਅਸੀਂ ਚੁੱਪ ਕਰ ਜਾਂਦੇ ਸਾਨੂੰ ਆਪ ਮਰਨਾ ਪੈਂਦਾ ਜੀ ਫਿਰ ਜੇ ਕੋਈ ਦਿੱਕਤ ਆਉਂਦੀ ਅਸੀਂ ਜਾਂਦੇ ਹਾਂ ਹਾਂ ਹੁਣ ਮੋਟਰਸਾਈਕਲ ਚੋਰੀ ਹੋ ਗਏ ਉਹਨਾਂ ਵਿਚਾਰਿਆਂ ਦੇ ਮੈਨੂੰ ਮੁੰਡੇ ਆਏ ਸੀ ਉਹਨਾਂ ਨੂੰ ਬਕਾਇਦਾ ਇੱਕ ਮੁੰਡਾ ਡਾਕਟਰ ਸੀ ਉਹਨਾਂ ਦੇ ਹੋ ਗਏ ਮੈਨੂੰ ਜਾਣਾ ਪਿਆ ਜੀ ਮੇਰੇ ਪੱਲੇ ਵੀ ਕੁਛ ਨਹੀਂ ਪਿਆ ਮੈਂ ਕਿਹਾ ਵੀ ਮੇਰੇ ਹੱਥ ਖੜੇ ਆ ਮੇਰੇ ਕੀ ਸਾਰੇ ਆ ਤੇ ਫਿਰ ਇਹ ਚਾਰ ਦੀਵਾਰੀਆਂ ਕਰਨ ਦਾ ਇਹ ਸਿਕਿਉਰਿਟੀ ਬਿਠਾਉਂਦਾ ਫਾਇਦਾ ਕੀ ਕੋਈ ਫਾਇਦਾ ਨਹੀਂ ਜੀ ਡੰਮੀ ਹੈ ਸਾਰਾ ਕੁਝ ਇਹ ਇੱਥੋਂ ਦੇ ਵਸਨੀਕ ਨੇ ਮਿਸਟਰ ਜਿੰਦਲ ਅਮਿਤ ਜਿੰਦਲ ਇਹ ਦੱਸ ਰਹੇ ਨੇ ਵੀ ਇੱਥੋਂ ਦੀ ਸਿਕਿਉਰਿਟੀ ਇੰਨੀ ਜ਼ਿਆਦਾ ਵੀਕ ਹੈ ਇੱਥੋਂ ਦੀ ਸਿਕਿਉਰਿਟੀ ਡੰਮੀ ਹੈ ਇਸ ਕਰਕੇ ਤੁਸੀਂ ਇਹ ਵੇਖ ਲਓ ਵੀ ਇੱਥੋਂ ਦੇ ਹਾਲਾਤ ਕੀ ਹੈਗੇ ਹਨਾ ਲੋਕ ਉਹ ਦੇਖੋ ਉਹ ਲੇਡੀਜ਼ ਆਏ ਨੇ ਬਾਹਰ ਹਨਾ ਬਹੁਤ ਨੇ ਅਗਲਾ ਕਈ ਵਾਰੀ ਡਰਦਾ ਨਹੀਂ ਬੋਲਦਾ ਯਾਰ ਵੀ ਸਾਡੇ ਤੇ ਗੱਲ ਨਾ ਆ ਜੇ ਪਰ ਫਿਰ ਵੀ ਤੁਸੀਂ ਦੇਖੋ ਵੀ ਹਾਲ ਜਿਹੜਾ ਇਸ ਇੱਥੋਂ ਦਾ ਹਨਾ ਕਿੰਨਾ ਬੁਰਾ ਹਾਲ ਆ ਉਹ ਦੇਖੋ ਉਹ ਕੁਛ ਸਾਡੀਆਂ ਭੈਣਾਂ ਆਈਆਂ ਆਪਾਂ ਫਿਰ ਗੱਲ ਕਰਕੇ ਦੇਖਦੇ ਹਾਂ ਕਿਉਂਕਿ ਹਰ ਬੰਦਾ ਜਿਹੜਾ ਨਾ ਉਹਨਾਂ ਦੀ ਪ੍ਰੋਬਲਮ ਜਿਹੜੀਆਂ ਨੇ ਹਾਂ ਬਿਲਕੁਲ ਦੇਖੋ ਜੀ ਆਪਾਂ ਆ ਗਏ ਲੇਡੀਜ਼ ਆ ਗਏ ਸਾਰੇ ਭੈਣ ਜੀ ਲਾਈਵ ਚੱਲ ਰਿਹਾ ਜੀ ਹਾਂ ਬਿਲਕੁਲ ਤੁਸੀਂ ਗੱਲ ਕਰ ਲਓ ਕਿਉਂਕਿ ਉਹੀ ਸਾਰਿਆਂ ਦੇ ਜਿਹੜੇ ਮਸਲੇ ਨੇ ਨਾ ਉਹ ਸਾਰੇ ਇਹ ਨੇ ਕਿ ਯਾਰ ਕਿਸੇ ਫਲੋਰ ਤੇ ਰੌਲਾ ਪੈ ਰਿਹਾ ਕੋਈ ਕਹਿੰਦਾ ਕਿਸੇ ਫਲੋਰ ਤੇ ਰੌਲਾ ਪੈ ਰਿਹਾ ਦੇਖੋ ਬਰਥਡੇ ਕਿਸੇ ਨੇ ਸੈਲੀਬ੍ਰੇਟ ਕਰਨਾ ਹਰ ਬੰਦਾ ਕਰਦਾ ਪਰ ਉਹ ਇਹ ਹੁੰਦਾ ਵੀ ਬੰਦਾ ਆਪਣੇ ਆਪ ਚ ਕਰੇ ਹਨਾ ਆਪਣੇ ਫਲੈਟ ਦੇ ਵਿੱਚ ਆਵਾਜ਼ ਬਾਹਰ ਨਾ ਆਵੇ ਪਰ ਨੋ ਡਾਊਟ ਜਦੋਂ ਕਿਤੇ ਬਾਹਰ ਹੁੱਲੜਬਾਜ਼ੀ ਹੁੰਦੀ ਹੈ ਤਾਂ ਫੈਮਿਲੀਜ਼ ਪਰੇਸ਼ਾਨ ਹੁੰਦੀਆਂ ਹਨਾ ਇਸ ਕਰਕੇ ਜੀ 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 ਹੁਣ ਆਪਾਂ ਗੱਲ ਕਰ ਸਕਦੇ ਹਾਂ ਦੇਖੋ ਤੁਸੀਂ ਆਪਣੀਆਂ ਪਰਸਨਲ ਗੱਲਾਂ ਕਰਨੀਆਂ ਸੀ ਜਿਹੜੀਆਂ ਕਰ ਲਈਆਂ ਤੁਸੀਂ ਆਪਣੀਆਂ ਪਰਸਨਲ ਕੇ ਕਰਨੀਆਂ ਹਲੇ ਉਹ ਥੋੜਾ ਬਤਾਏਗੇ ਉਹ ਨਹੀਂ ਨਹੀਂ ਅਲੱਗ ਅਲੱਗ ਬਾਤ ਨਹੀਂ ਹੈ ਹੀ ਇਜ਼ ਆਲਸੋ ਜਰਨਲਿਸਟ ਯੂ ਨੋ ਹਨਾ ਦੈਟਸ ਵਾਈ ਨਹੀਂ 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 ਉਹ
ਦੇਵ ਜੀ ਕੀ ਕਹਿੰਦੇ ਨੇ ਤੁਹਾਨੂੰ? ਇਹ ਕਹਿੰਦੇ ਰਾਤ ਨੂੰ ਇੱਥੇ ਪ੍ਰੋਸਟੀਟਿਊਸ਼ਨ ਹੁੰਦਾ ਗਾ ਤੇ ਯਾਰ ਰੈਂਟ ਤੇ ਦਿੰਦੇ ਆ, ਇੱਥੇ ਕੋਈ ਪੁੱਛ ਗਿੱਛ ਨਹੀਂ ਤੇ ਸਾਡਾ ਇੱਥੇ ਜੀ ਰਹਿਣਾ ਔਖਾ ਹੋਇਆ ਇਹ ਕਹਿੰਦੇ। ਪਰ ਮੈਂ ਤੁਸੀਂ ਦੱਸ ਦਿਓ, ਦੇਖੋ ਜਦੋਂ ਤੁਸੀਂ ਖੜੇ ਹੋ ਤੁਹਾਡੀ ਗੱਲ ਸੁਣ ਲਈ, ਦੇਖੋ ਹਾਂਜੀ ਕੀ ਕਹਿਣਾ ਚਾਹੋਗੇ? ਬਸ ਏਦਾਂ ਹੀ ਕਹਿਣਾ ਚਾਹੁੰਦੀ, ਜਿਹੜੇ ਆਰਕੈਸਟਰਾ ਵਾਲੇ ਆ ਨਾ ਉਹਦੇ ਪਿੱਛੇ ਹੀ ਲੜਕੇ ਆ ਰਹੇ ਆ, ਰਾਤ ਨੂੰ ਵੀ ਉਹੀ ਹੰਗਾਮਾ ਹੋਇਆ। 18-18, 19-19 ਸਾਲ ਦੇ ਲੜਕੇ ਆ, ਉਹ ਕਹਿੰਦੇ ਅਸੀਂ ਐਂਟਰੀ ਕਰਵਾ ਕੇ ਆਏ ਆ। ਵੀ ਐਂਟਰੀ ਕਰਵਾ ਕੇ ਆਏ ਆ ਭਾਵੇਂ, ਤੇ ਪਰ ਉਹਨਾਂ ਨੂੰ ਆਉਣਾ ਤਾਂ ਨਹੀਂ ਚਾਹੀਦਾ ਨਾ ਇੱਕ ਫਿਫਥ ਫਲੋਰ ਤੇ। ਬਾਤ ਸਾਰੀ ਇਹ ਹੈ ਕਿ ਯਹਾਂ ਪੇ ਕਮਰਸ਼ੀਅਲ ਨਾ ਹੋ ਕੁਛ ਵੀ, ਹਮ ਯਹਾਂ ਫੈਮਿਲੀਜ਼ ਵਾਲੋਂ ਕੋ ਸਪੋਰਟ ਵਾਲੇ ਹੀ, ਮਤਲਬ ਕਿ ਅਸੀਂ ਹਮ ਬਾਰ ਬਾਰ ਯਹੀ ਬਾਤ ਕਰਤੇ ਹੈ ਕਿ ਅੱਛੀ ਪੋਸਟ ਪੇ ਹੋ ਵੋ ਜੋ ਸੁਬਹ ਜਾ ਰਹੇ ਸ਼ਾਮ ਕੋ ਆ ਰਹੇ, ਯਹਾਂ ਪੇ ਗੰਦਗੀ ਬਹੁਤ ਹੈ। ਔਰ ਕਿਸੀ ਵੀ ਹਮ ਯਹ ਨਹੀਂ ਬੋਲੇਂਗੇ ਆਪ ਕਿਸੀ ਇੱਕ ਫੇਵਰ ਮੇ ਕਿ ਯਾ ਕਿਸੀ ਔਰ ਪ੍ਰੋਪਰਟੀ ਡੀਲਰ ਕੇ ਅਗੇਂਸਟ, ਬਾਤ ਸਾਰੀ ਇਹ ਹਮ ਸਭ ਮਿਲਾ ਜੁਲਾ ਸਭ ਕੁਛ ਹੈ। ਜਦੋਂ ਏਦਾਂ ਦੀ ਗੱਲ ਹੁੰਦੀ ਨਾ ਤਾਂ ਕਿਸੇ ਦੀ ਫੇਵਰ ਹੁੰਦੀ ਨਾ ਕਿਸੇ ਦੇ ਅਗੇਂਸਟ, ਜੋ ਐਕਚੁਅਲ ਗੱਲ ਹੁੰਦੀ ਹੈ ਉਹ ਹਲ ਗੱਲ ਹੋਣੀ ਚਾਹੀਦੀ ਹੈ। ਕੋਈ ਵੀ ਹਮਾਰਾ ਕੋਈ ਹੱਲ ਨਹੀਂ ਹੈ ਯਹਾਂ ਪੇ, ਹਮ ਬਾਰ ਬਾਰ ਕਹਿ ਚੁੱਕੇ 3 ਸਾਲ ਸੇ ਮਾਥਾ ਮਾਰੇ, ਅਗਰ ਹਮ ਲੇਡੀਜ਼ ਹੋ ਕੇ ਮੈਜੋਰਿਟੀ ਦਿਖਾਤੇ ਹੈ ਕਿ ਇੱਕ ਫਲੈਟ ਮੇ ਜਾਤੇ ਹੈ ਤਬ ਵੀ ਹਮਾਰਾ ਮੂੰਹ ਬੰਦ ਹੈ। ਜਾਣੇ ਦੇਣੇ ਕੇ ਬਾਅਦ ਬੋਲਤੇ ਹਮ ਕਮੇਟੀ ਬਣਾ ਰਹੇ ਹਮ ਸੋਸਾਇਟੀ ਬਣਾ ਰਹੇ ਹੈ, ਉਸਕੇ ਬਾਅਦ ਸੋਸਾਇਟੀ ਬਣਤੀ ਨਹੀਂ ਹੈ ਕਿਉਂਕਿ ਮੁੱਦੇ ਹੋਤੇ ਹੀ ਨਹੀਂ ਹੈ ਸੋਰਟ ਆਊਟ। ਦਬਾ ਦਿੱਤੇ ਭਈਆ ਦਬਾ ਦਿੱਤੇ ਹੈ। ਫਿਫਥ ਫਲੋਰ ਤੇ ਇੰਨੇ ਲੜਕਿਆਂ ਨੇ ਹੰਗਾਮਾ ਕੀਤਾ ਰਾਤੀ, ਅਸੀਂ ਆਪ ਦੇਖਿਆ ਤਾਂ ਦੇਖ ਰਹੇ ਸੀ ਕਿੱਧਰ, ਫਿਰ ਉਹਨਾਂ ਨੇ ਕਰਟਨ ਹਟਾਤੇ ਉਧਰ ਫਿਫਥ ਫਲੋਰ ਤੇ ਸਾਹਮਣੇ, ਇੰਨਾ ਹੰਗਾਮਾ ਸੀ ਨਾ ਉਹਨਾਂ ਨੇ, ਇੰਨਾ ਸ਼ੋਰ ਕੀਤਾ ਬਹੁਤ ਜ਼ਿਆਦਾ, ਫਿਰ ਕਰਟਨ ਹਟਾਏ ਉਹਨਾਂ ਨੇ। ਆਪਾਂ ਮੇਰੀ ਇੱਕ ਮੈਨੂੰ ਤੁਸੀਂ ਦੂਰ ਨਾ ਜਾਇਆ ਕਰੋ, ਮਾਈਕ ਤੋਂ ਦੂਰ ਹੋਏ ਨੇ ਫਿਰ ਤੁਹਾਡੀ ਆਵਾਜ਼ ਪਿੱਛੇ ਨਾ ਜਾਓ, ਜ਼ਿੰਦਗੀ ਚ ਅਗਾਂਹ ਵਧਣ ਦੀ ਕੋਸ਼ਿਸ਼ ਕਰੋ। ਮੇਰੀ ਮੇਰੀ ਪਲੀਜ਼, ਮੇਰੀ ਆਵਾਜ਼ ਵੈਸੇ ਇਤਨੀ ਲਾਊਡ ਹੈ ਕਿ ਬਿਨਾਂ ਮਾਈਕ ਕੇ ਵੀ ਲੋਕਾਂ ਨੂੰ ਨਹੀਂ ਨਾ ਸੁਣੀ। ਮੇਰੀ ਇੱਕ ਗੱਲ ਸੁਣੋ, ਤੁਸੀਂ ਇਹ ਕਹਿ ਰਹੇ ਹੋ, ਸਾਰੀਆਂ ਭੈਣਾਂ ਸਾਡੀਆਂ ਕਹਿ ਰਹੀਆਂ ਵੀ ਇਹਨਾਂ ਨੂੰ ਦਬਾ ਦਿੱਤਾ ਜਾਂਦਾ, ਸਪੋਜ਼ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ, ਕੌਣ ਦਬਾਉਂਦਾ? ਕੌਣ ਦਬਾਉਂਦੇ ਵਾਲੀ ਬਾਤ ਨਹੀਂ ਹੈ ਯਹਾਂ ਪੇ, ਜੋ ਜੋ ਹਮ ਆਪਣੇ ਘਰ ਮੇ ਹੀ ਬੋਲ ਦਿੱਤੇ ਹੈ, ਹਮਾਰੇ ਏਜੰਟਸ ਕਹਿ ਦਿੱਤੇ ਹੈ, ਇੱਕ ਜਨਾ ਕਿਉਂ ਬੋਲ ਰਹੇ ਹੋ, ਆਪ ਕਿਉਂ ਬਾਹਰ ਆ ਰਹੇ ਹੋ, ਉਹ ਵੀ ਕਹਿ ਦਿੰਦੇ ਨੇ ਇਸ ਗੱਲ ਨੂੰ ਵੀ, ਮਤਲਬ ਸਾਡਾ ਫਲੈਟ ਹੈ ਅਸੀਂ ਪੈਸੇ ਲਾਏ ਨੇ। ਇੱਕ ਮਿੰਟ ਪੈਂਦੀ ਆਪਾਂ, ਇੱਕ ਬੰਦ ਸਿੰਘ ਸਾਹਿਬ ਆ ਜਾਓ, ਥੋੜਾ ਇੱਧਰ ਆ ਜਾਓ, ਆ ਜਾਓ ਇੱਧਰ ਛਾਵੇਂ ਆ ਜਾਓ ਸਰ, ਆ ਜਾਓ ਆ ਜਾਓ ਪਲੀਜ਼ ਇੱਧਰ ਆ ਜਾਓ। ਸਿੰਘ ਸਾਹਿਬ ਨੂੰ ਦੇਣੇ ਜ਼ਰੂਰਤ ਨਹੀਂ ਹੋਈ, ਅਗਰ ਇੱਕ ਕਰੋ ਤੇ ਜੋ ਆਪਣਾ ਇੱਥੇ ਫਲੈਟ ਦੇ ਮੈਂਬਰ ਹੈ ਜਾਂ ਫਲੈਟ ਦੀ ਕੰਪਨੀ ਹੈ ਇਹਨੂੰ ਅਲਾਟਮੈਂਟ ਕਰਨਾ ਵੀ, ਜੋ ਇੱਥੇ ਸਿੰਗਲ ਆਦਮੀ ਨਹੀਂ ਰਹੇਗਾ ਤੇ ਜੋ ਵੀ ਇਸ਼ੂ ਕਰਦਾ ਇੱਧਰ ਓਨਰ ਹੈ ਓਨਰ ਨੂੰ ਕੋਲ ਚਾਹੀਏ ਵੀ ਫਲੈਟ ਦੇਣਾ ਅਸੀਂ ਫੈਮਲੀ ਮੈਂਬਰ ਦੇਵਾਂਗੇ, ਇਹ ਚੀਜ਼ ਹੋਣੀ ਚਾਹੀਦੀ। ਜੇ ਤੇ ਦੇ ਦਿੰਦੇ ਆ ਉਦੋਂ ਬਾਅਦ ਉਹ ਕੁਆਟਰ ਦੇਖਦਾ ਪਹਿਲੇ ਇਸ਼ੂ ਕਰਕੇ ਚਲਾ ਜਾਂਦਾ ਵੀ ਕਿਰਾਏ ਤੇ, ਵਾਕ ਪ੍ਰੋਬਲਮ ਇਹਨਾਂ ਨੂੰ ਹੋ ਰਹੀ ਹੈ ਹੁਣ ਸਾਨੂੰ ਹੋ ਰਹੀ ਹੈ ਇਹ। ਚੜਨ ਲੱਗੇ ਐ ਕਰਕੇ ਕਹਿੰਦੇ ਆਪਾਂ ਉਧਰੋਂ ਨਿਕਲ ਜਾਂਗੇ, ਉਧਰੋਂ ਤਾਰਾਂ ਸੀ ਆਪਾਂ ਉਧਰੋਂ ਨਿਕਲ ਜਾਂਗੇ, ਨਿਕਲਦੇ ਇੱਧਰ ਆ ਕੇ ਕਾਰਾਂ ਵੱਲ ਦੇਖੀਗੇ। ਜਦੋਂ ਮੈਂ ਆਪਣੇ ਹਸਬੈਂਡ ਨੂੰ ਫੋਨ ਕੀਤਾ ਕਿ 4 ਮੁੰਡੇ ਕੋਈ ਅਣਜਾਣ ਹੈਗੇ ਤੁਸੀਂ ਗੇਟ ਬੰਦ ਕਰੋ, ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਸ਼ੱਕ ਪੈ ਗਿਆ, ਉਹ ਇੱਧਰੋਂ ਭੱਜ ਗਏ, 2 ਇੱਧਰ ਪਾਰਕ ਚ ਲੁਕ ਗਏ ਤੇ 2 ਐਵੇਂ, ਤੇ ਮੈਂ ਮਿਲੀ, ਮੈਂ ਕਿਹਾ ਵੀਰ ਤੁਸੀਂ 4 ਜਣੇ ਸੀ 2 ਕਿੱਥੇ ਹੋ? ਕਹਿੰਦਾ 2 ਤਾਂ ਅੱਗੇ ਬੈਠੇ। ਮੈਂ ਕਿਹਾ ਅੱਗੇ ਕਿੱਥੇ ਬੈਠੇ ਹੋ ਤੁਸੀਂ? ਕਿਹੜੇ ਫਲੈਟ ਚ ਜਾਣਾ? ਕਹਿੰਦਾ 1012 ਚ, ਤੇ ਮੈਂ ਕਿਹਾ ਉਹ ਤਾਂ ਇੱਥੇ ਹੈਗਾ ਤੇ ਤੁਸੀਂ ਆ ਕੀ ਕਰਦੇ ਪਏ ਹੋ? ਵੈਸੇ ਕੋਈ ਨਾਮ ਲੈਤਾ ਉਹਨਾਂ ਨੇ ਫਲੈਟ ਲੈ ਕੇ? ਇੱਕ ਮੈਨੂੰ ਇੱਕ ਗੱਲ ਕਲੀਅਰ ਕਰੋ, ਮੈਂ ਠੀਕ ਹੈ ਤੁਸੀਂ ਲੋਕ ਐਫਰਟਸ ਕਰ ਰਹੇ ਹੋ, ਮੈਨੂੰ ਭੈਣ ਮੇਰੀ ਇੱਕ ਗੱਲ ਦੱਸੋ ਵੀ ਤੁਹਾਡੀ ਸਿਕਿਉਰਿਟੀ ਕੀ ਕਰ ਰਹੀ ਹੈ? ਸਾਡੇ ਕੋਲ ਹੈ ਬਿਲਕੁਲ ਜੀ, ਸਾਡੀ ਜਿਹੜੀ ਸਿਕਿਉਰਿਟੀ ਹੈ ਉਹ BCL ਵਾਲਿਆਂ ਦੇ ਜ਼ਿੰਮੇਵਾਰੀ ਹੈ, ਮੇਨ ਗੇਟ ਤੇ ਹੈ। ਉੱਥੇ ਬੰਦਾ ਦੱਸਦਾ ਮੈਂ ਫਲਾਣੇ ਫਲੈਟ ਚੱਲਿਆ, ਅੱਧੇ ਉਹ ਨੋਟ ਕਰਦੇ ਆ, ਅੱਧੇ ਨੋਟ ਨਹੀਂ ਕਰਦੇ। ਅੰਦਰ ਆ ਕੇ ਬੰਦਾ ਕਿੱਥੇ ਘੁੰਮ ਰਿਹਾ, ਕਿਹਦੇ ਫਲੈਟ ਚ ਜਾ ਰਿਹਾ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਉੱਥੇ ਕਹਿੰਦਾ 500 ਕਿੰਨੇ ਚ ਜਾਣਾ, ਅੰਦਰ ਆ ਕੇ ਕੋਈ ਪੁੱਛਗਿੱਛ ਨਹੀਂ ਹੈ, ਨਾ ਉਹ ਇਨਵੈਸਟੀਗੇਸ਼ਨ ਕਰਦੇ, ਨਾ ਉਹ ਕਾਲ ਕਰਦੇ ਵੀ ਤੁਹਾਡੇ ਬੰਦਾ ਆਇਆ ਜਾਂ ਨਹੀਂ ਆਇਆ। ਉਹ ਆਪਣੇ ਆਪ ਅੰਦਰ ਆ ਕੇ ਜੋ ਮਰਜ਼ੀ ਐਕਟੀਵਿਟੀ ਕਰਕੇ ਬਾਹਰ ਜਾ ਰਿਹਾ, ਕੋਈ ਇਹ ਕੋਈ ਡੇਲੀ ਚੋਰੀਆਂ ਹੋ ਰਹੀਆਂ। ਚੋਰ ਕੀ ਕਰਦੇ ਆ? ਦੁਪਹਿਰੇ ਆਂਦੇ ਆ, ਨਹੀਂ ਦੁਪਹਿਰੇ ਆਂਦੇ ਆ, ਨੈਟ ਦਾ ਗੇਟ ਖੋਲਦੇ ਆ, ਨੈਟ ਦੇ ਗੇਟ ਚ ਖੋਲ ਨਹੀਂ ਖੁੱਲਿਆ ਹੈ ਤੇ ਫਿਰ ਦੂਜਾ ਲੋਕ ਖੋਲਣ ਦੀ ਕੋਸ਼ਿਸ਼ ਕਰਦੇ। ਅੱਜ ਅਸੀਂ ਬੱਚੇ ਦੀ PTM ਚ ਗਏ, ਲੋਬੀ ਦੀ ਲਾਈਟ ਜਗਾ ਕੇ ਗਏ, ਲੋਕਾਂ ਨੂੰ ਐ ਲੱਗਿਆ ਅਸੀਂ ਘਰੇ ਹੈਗੇ ਆ, ਐ ਡਰਦੇ ਪਏ ਅਸੀਂ, ਲੋਕ ਲਾ ਕੇ ਕੁੰਡੀਆਂ ਲਾ ਕੇ ਰਹਿੰਦੇ ਆ ਘਰੇ ਲੇਡੀਜ਼ ਅਸੀਂ। ਤੁਹਾਨੂੰ ਵੀ ਪਤਾ ਜੇ ਇੱਥੇ ਇਹ ਪ੍ਰੋਬਲਮ ਚੱਲ ਰਹੀ ਹੈ ਤਾਂ ਹੀ ਸਰਕਾਰ ਨੂੰ ਵੀ ਸ਼ੱਕ ਹੋਇਆ, ਤਾਂ ਹੀ ਉਹਨਾਂ ਨੇ ਅੱਜ ਪੁਲਿਸ ਆਈ ਹੈ, ਵਰਨਾ ਇਹੋ ਜੀ ਹੋਰ ਕਿਤੇ ਨਹੀਂ ਤੁਹਾਨੂੰ ਲੱਗਿਆ ਇੱਥੋਂ? ਸਰ ਪਤਾ ਕੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਵੇਂ ਇੱਥੇ
ਹਾਰਡਲੀ 10% ਜਿਹੜੇ ਓਨਰਸ ਹੈ, 90% ਜਿਹੜੇ ਉਹ ਟੈਨੈਂਟਸ ਹੈ, ਤੇ ਉਹ ਕੀ ਹੈ ਇੱਕ ਲੜਕਾ ਰੈਂਟ ਤੇ ਲੈ ਲੈਂਦਾ ਗਾ ਤੇ ਉੱਥੇ 8 ਲੜਕੇ ਰਹਿੰਦੇ ਆ। ਅਸੀਂ ਬਹੁਤ ਵਾਰੀ ਕੰਪਲੇਂਟਸ ਵੀ ਕੀਤੀਆਂ, ਅਸੀਂ ਪੁਲਿਸ ਸਟੇਸ਼ਨ ਵੀ ਗਏ, ਪੁਲਿਸ ਸਟੇਸ਼ਨ ਵਾਲੇ ਕਹਿੰਦੇ ਵੀ ਸਾਡੇ ਕੋਲ ਹੁਣ ਸਿੱਧਾ ਸਿੱਧਾ ਲੀਗਲ ਅਥਾਰਟੀ ਤਾਂ ਹੈ ਨਹੀਂ ਕਿ ਅਸੀਂ ਰੇਡ ਕਰੀਏ ਰੈਜੀਡੈਂਸ਼ਲ ਏਰੀਆ ਦੇ ਵਿੱਚ। ਫਿਰ ਹੋਰ ਕੀ ਹੈ ਇੱਥੇ ਸਭ ਤੋਂ ਵੱਡੀ ਦਿੱਕਤ ਇਹ ਹੈ ਵੀ ਜਿਹੜੀ ਚੋਰੀਆਂ ਹੋ ਰਹੀਆਂ, ਰੈਗੂਲਰ ਚੋਰੀਆਂ ਹੋ ਰਹੀਆਂ ਇੱਥੋਂ। ਮੇਰੇ ਹਿਸਾਬ ਨਾਲ ਪਿਛਲੇ 6 ਮਹੀਨਿਆਂ 'ਚ 6-7 ਮੋਟਰਸਾਈਕਲਾਂ ਦੀ ਸ਼ਾਇਦ FIR ਵੀ ਦਰਜ ਹੋਈ ਹੈ। ਕੁਛ ਮਿਲੇ ਕੁਛ ਨਹੀਂ ਮਿਲੇ ਹੋਏ, ਸਾਈਕਲ ਜਾਂ ਕੋਈ ਵੀ ਸਮਾਨ ਤੁਸੀਂ ਬਾਹਰ ਰੱਖੋ ਚੋਰ ਹੋ ਜਾਏ। ਚੋਰ ਈਵਨ ਅਸੀਂ CCTV ਕੈਮਰਾ 'ਚ ਲੱਗੇ ਹੈ, ਉਹਦੇ 'ਚ ਵੀ ਅਸੀਂ ਉਹਨੂੰ ਫੋਟੋ ਦਿਖਾ ਦਿੰਦੇ ਹਾਂ ਵੀ ਆਹ ਚੋਰ ਹੈ। ਆਹ ਪਿਛਲੇ ਸ਼ਾਇਦ 3 ਹਫ਼ਤੇ ਪਹਿਲਾਂ ਇੱਕ ਬੁਲਟ ਚੋਰੀ ਹੋਇਆ ਇੱਥੋਂ, ਅਤੇ ਇਹ ਰੈਗੂਲਰ ਮਤਲਬ ਪਿਛਲੇ 1 ਸਾਲ ਤੋਂ ਤਾਂ ਬਹੁਤ ਜ਼ਿਆਦਾ ਹੋ ਰਿਹਾ। ਅੱਛਾ, ਘਰ ਦੀਆਂ ਚੋਰੀਆਂ ਵੀ ਬਹੁਤ ਜ਼ਿਆਦਾ ਹੋ ਰਹੀਆਂ, ਰਾਤ ਜਿਵੇਂ ਕੋਈ ਲੋਕ ਰਹਿੰਦੇ ਆ ਇੱਥੇ, ਠੀਕ ਹੈ, ਅਤੇ ਜਿਹੜੇ ਕਿਰਾਏਦਾਰ ਰਹਿੰਦੇ ਉਹਨਾਂ ਦੀਆਂ ਵੀ ਚੋਰੀਆਂ ਹੋ ਰਹੀਆਂ, ਮਾਲਕ ਵੀ ਰਹੇ। ਅਤੇ ਸਭ ਤੋਂ ਵੱਡੀ ਪ੍ਰੋਬਲਮ ਤਾਂ ਇੱਥੇ ਹੈ ਕਿ ਜਿਹੜੇ ਇੱਕ ਲੜਕਾ ਲੈ ਕੇ, ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਕਿ ਜਿਹੜਾ ਇੱਕ ਲੜਕਾ ਰੈਂਟ 'ਤੇ ਲੈ ਲੈਂਦਾ। ਦੇਖੋ ਇੱਥੇ ਥੋੜ੍ਹੀ ਜਿਹੀ ਸੋਸ਼ਲ ਰਿਸਪੋਂਸੀਬਿਲਿਟੀ ਤਾਂ ਉਹਨਾਂ ਲੋਕਾਂ ਦੀ ਵੀ ਬਣਦੀ ਹੈ ਜਿਨ੍ਹਾਂ ਨੇ ਰੈਂਟ 'ਤੇ ਦਿੱਤਾ ਵਾ। ਇਹਨਾਂ ਨੇ ਲੋਕਾਂ ਨੇ ਜਿਵੇਂ 4-4 ਫਲੈਟ ਲਏ ਹੋਏ ਆ, ਉਹ ਰੈਂਟ ਦੇ ਲਾਲਚ 'ਚ ਕੋਈ, ਕਿਉਂਕਿ 4 ਮੁੰਡੇ ਰਹਿ ਰਹੇ ਤਾਂ ਓਬੀਅਸਲੀ ਉਹ 16,000 ਵੀ ਰੈਂਟ ਦੇ ਦੇਣਗੇ। ਐਸੇ ਕਰਕੇ ਉਹ ਸਿੰਗਲ ਬੰਦਿਆਂ ਨੂੰ ਰੈਂਟ 'ਤੇ ਦਿੰਦੇ ਆ। ਅਸੀਂ ਤਾਂ ਇਹ ਇਸ਼ੂ ਜਿਹੜਾ ਸਭ ਤੋਂ ਵੱਡਾ ਉੱਠਦਾ ਗਾ ਵੀ ਇਹ ਤਾਂ ਜੇ ਪਹਿਲੀ ਮਤਲਬ ਇਹ ਵੀ ਪੈਸੇ ਦੇ ਲਾਲਚ 'ਚ ਜ਼ਮੀਰ ਮਰ ਚੁੱਕੇ ਆ। बोला गया भी आप अपने बच्चे की सुपारी चली जाएगी, आप रहने दो, क्योंकि हम पहले बहुत ही अपने ना बैठने नहीं देते थे। उसके बाद हमारे यहाँ पे ना डीडी मित्तल में मर्डरर गैंगस्टर सब कुछ है यहाँ पे। कमर्शियल उड़ानी रहेगी, ये बिल्डिंग उड़ानी रहेगी। असला लेके लोग आंदे ने, मुंडे आंदे ने जेबां च टंगिया होया है, की करोगे तुसी? बोलोगे तो अगले कल थोड़े छोटे ਫੈਮਿਲੀ ਵਾਲਿਆਂ ਤੁਹਾਡੇ ਤੇ ਬਾਹਰ ਨੂੰ ਆ ਕੇ ਤੁਹਾਨੂੰ ਫੜ ਲੈਣਗੇ, ਤੁਸੀਂ ਕੀ ਕਰੋਗੇ? ਮੇਰੇ ਨਾਲ ਇੰਸੀਡੈਂਟ ਹੋਇਆ ਜੀ ਅੱਜ ਤੋਂ 1 ਸਾਲ ਪਹਿਲਾਂ। ਮੈਂ ਦੱਸਦਾ ਜੀ ਤੁਹਾਨੂੰ, ਇੱਥੇ ਮੈਂ 2 ਲੜਕੇ ਸੀਗੇ, ਉਹ ਹੁੜਦੰਗ ਮਚਾ ਰਹੇ ਸੀਗੇ ਰਾਤ ਨੂੰ 11 ਵਜੇ। ਮੈਂ ਕੀ ਕਰਦਾ ਹੁਣ, ਮੈਂ ਚੱਲ ਥੱਲੇ ਆਇਆ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਇੱਥੇ ਪਤਾ ਨਹੀਂ ਕੌਣ ਸੀ 4 ਲੜਕੇ ਸੀਗੇ, ਤੇ ਮੈਂ ਉਹਨੂੰ ਕਿਹਾ ਜੀ ਤੁਸੀਂ ਦੇਖੋ 11 ਵਜੇ ਦਾ ਟਾਈਮ ਹੋ ਰਿਹਾ, ਫੈਮਿਲੀ ਵਾਲੇ ਸੋ ਰਹੇ, ਅਸੀਂ ਡਿਊਟੀ ਤੇ ਜਾਣਾ ਹੁੰਦਾ। ਉਹ 4 ਲੜਕੇ ਮੇਰੇ ਨਾਲ ਗੱਲ ਪੈ ਗਏ। ਹੁਣ ਮੇਰੀ ਗੱਲ ਸੁਣੋ, ਮੈਂ ਇੱਕ ਬੰਦਾ, ਉਹਨਾਂ 4 ਵਾਲਾ ਕਿਵੇਂ ਲੜਾਂ? ਅੱਜ ਵੀ ਮੇਰਾ ਤਾਂ ਸ਼ਾਇਦ ਉਹ ਇੱਥੇ ਰਹਿੰਦੇ ਆ ਉਹ ਮੁੰਡੇ, ਠੀਕ ਹੈ, ਤੇ ਉਹ ਹੁੜਦੰਗਬਾਜ਼ ਇੱਥੇ ਇੰਨੇ ਜ਼ਿਆਦਾ ਰਹਿੰਦੇ ਆ ਜੀ, ਇੰਨੇ ਜ਼ਿਆਦਾ ਰਹਿੰਦੇ ਆ। ਤੁਸੀਂ ਰਾਤ ਨੂੰ 2 ਵਜੇ ਦੇਖ ਲਓ, ਆਹ ਉੱਪਰ ਫਲੈਟ 'ਚੋਂ ਅਸੀਂ ਜਿਹੜਾ ਓਨਰ ਜਾ ਉਹ ਕੈਨੇਡਾ ਰਹਿੰਦਾ ਗਾ, ਅਸੀਂ ਕੈਨੇਡਾ ਦਾ ਉਹਦਾ ਨੰਬਰ ਟਰੇਸ ਕਰਕੇ ਉਸ ਨੂੰ ਪਿਛਲੇ ਹਫ਼ਤੇ ਫੋਨ ਕੀਤਾ। ਅਸੀਂ ਕਿਹਾ ਜੀ ਤੁਸੀਂ ਕੈਨੇਡਾ ਰਹਿੰਦੇ ਹੋ, ਤੁਸੀਂ ਇੱਥੇ ਆਪਦਾ ਫਲੈਟ ਸਿਰਫ 5-4 ਹਜ਼ਾਰ ਦੇ ਲਾਲਚ 'ਚ ਤੁਸੀਂ ਫੈਮਿਲੀ ਵਾਲੇ ਨੂੰ ਦਿਓ, ਘੱਟੋ ਘੱਟ ਡਿਸਿਪਲਿਨ ਨਾਲ ਤਾਂ ਰਹੇ ਸੋਸਾਇਟੀ ਦੇ ਵਿੱਚ। ਤੇ ਉਹਨਾਂ ਨੇ ਕੀ ਕੀਤਾ, 8 ਲੜਕੇ ਰਹਿੰਦੇ, 800 ਸ਼ਾਇਦ ਪਤਾ ਨਹੀਂ ਕਿੰਨੇ ਨੰਬਰ ਫਲੈਟ ਜੋ ਵੀ ਹੈਗਾ, ਠੀਕ ਹੈ ਠੀਕ ਹੈ। ਅੱਛਾ, ਉਸ ਨੂੰ ਅਸੀਂ ਉੱਥੇ ਰਿਪੋਰਟ ਕੀਤਾ, ਉਹ ਕੈਨੇਡਾ 'ਚ ਰਹਿੰਦਾ ਗਾ ਮਾਲਕ, ਤੇ ਉਸ ਨੂੰ ਵੀ ਇੰਨਾ ਚਾਹੀਦਾ ਕਿ ਅਸੀਂ ਸੋਸਾਇਟੀ 'ਚ ਰਹਿੰਦੇ ਆ ਵੀ ਸਾਡੀ ਵੀ ਕੋਈ ਮੋਰਲ ਰਿਸਪੋਂਸੀਬਿਲਟੀ ਹੈਗੀ ਹੈ। ਜੇ ਮੈਂ ਫਲੈਟ ਕਿਸੇ ਨੂੰ ਦਿੰਦਾ ਗਾ ਤੇ ਮੇਰੀ ਮੋਰਲ ਰਿਸਪੋਂਸੀਬਿਲਟੀ ਬਣਦੀ ਹੈ ਵੀ ਇੱਕ ਜੈਨੂਅਨ ਬੰਦੇ ਨੂੰ ਦਵਾਂ, ਇੱਕ ਜੈਂਟਲਮੈਨ ਹੋਵੇ ਜਿਹੜਾ ਸਹੀ ਰਹੇ, ਆਸ ਪੜੋਸ 'ਚ ਕੋਈ ਦਿੱਕਤ ਨਾ ਹੋਵੇ ਉਸ ਨੂੰ। ਅਗਰ ਠੀਕ ਹੈ ਉਹਦੀ ਇੱਕ ਆਪਣੀ ਇੰਡੀਵਿਜੁਅਲ ਪ੍ਰੋਬਲਮ ਕੋਈ ਹੁੰਦੀ ਹੈ, ਉਹ ਅਲੱਗ ਚੀਜ਼ ਹੈ। ਦੇਖੋ ਜੀ ਗੱਲ ਦੇਖੋ, ਕੁੱਲ ਮਿਲਾ ਕੇ ਇਹ ਕੁਛ ਪੈਣਾ ਸਾਡੀਆਂ ਇੱਥੇ ਖੜੀਆਂ ਨੇ। ਅੱਛਾ, ਦੇਖੋ ਗੱਲ ਆਪਾਂ ਜੇ ਦੇਖੀਏ, ਦਿਨੇ 11 ਵਜੇ ਚੱਕਿਆ ਗਿਆ ਮੋਟਰਸਾਈਕਲ ਬੁਲਟ ਇਹਨਾਂ ਦਾ, 11 ਵਜੇ 2 ਦਿਨ ਪਹਿਲਾਂ ਠੀਕ ਕਰਵਾਇਆ ਮੁੰਡੇ ਨੇ, 20,000 ਲਾ ਕੇ ਆਇਆ, ਬੁਲਟ ਮੁੜ ਕੇ ਮਿਲੇ ਹੀ ਨੀ। ਸ਼ਰੇਆਮ ਕੈਮਰੇ 'ਚ ਫੋਟੋ ਆ ਰਹੀ ਹੈ, ਕੋਈ ਮਤਲਬ ਨੀ। ਫਿਰ ਸਾਡੀ ਸੇਫਟੀ ਕਿੱਥੇ ਹੈ? ਕਿਸ ਚੀਜ਼ ਦੇ ਅਸੀਂ ਪੈਸੇ ਭਰ ਰਹੇ ਹਾਂ ਇਹਨਾਂ ਨੂੰ? ਕਦੀ ਜਿਹੜੀ ਹਾਇਰ ਅਥਾਰਟੀ ਉਹਨਾਂ ਨਾਲ ਗੱਲ ਕੀਤੀ? ਜਿਹੜੇ ਵੀ ਉਹ ਕਹਿੰਦਾ ਕੀ ਹੈ 100-200 ਰੁਪਏ ਦੀ ਚੀਜ਼, ਮੈਂ ਦਰਵਾਜ਼ੇ ਅੱਗੋਂ ਗਮਲੇ ਚੱਕੇ ਗਏ, ਮੈਨੂੰ ਕਹਿੰਦਾ 100 ਰੁਪਏ ਦੀ ਚੀਜ਼ ਹੈ, ਕੀ ਗੱਲ ਹੈ, ਫਿਰ ਕੀ ਹੋ ਗਈ? ਚਲੋ ਮੈਂ ਕਿਹਾ ਸਰ 100 ਦੀ ਚੱਕੀ ਗਈ, ਕੱਲ 10,000 ਦੀ ਵੀ ਚੱਕੀ ਜਾ ਸਕਦੀ ਹੈ। ਚੋਰੀਆਂ ਸ਼ਰਮ 4-4 ਲੱਖ ਦੀ ਚੋਰੀਆਂ ਹੋਈ ਹੈ, ਕਾਂ ਵੀ ਲਾਸਟ ਟਾਈਮ ਵੀ ਚੋਰੀ ਹੋਈ ਹੈ, ਪਿੱਛੇ ਵੀ ਹੋਈ ਹੈ ਚੋਰੀਆਂ ਵੀ ਹੋਈਆਂ ਯਾ ਹੋਆ ਕਿਆ ਆਰਕੈਸਟਰਲ ਨਾਲ ਤਾਂ ਖੁਦ ਇੱਥੋਂ ਦੇ ਮਤਲਬ ਜਿਹੜੇ ਜੈਂਟਸ ਹੈ ਗੱਲਾਂ ਬਾਤਾਂ ਕਰਦੇ ਆ ਜਾਂ ਹੋਰ ਕਰਦੇ ਜਦੋਂ ਉਹੀ ਉਹਨਾਂ ਨੂੰ ਬੁਲਾ ਰਿਸ਼ਿਪ ਤੋਂ ਨਾਰਮਲ ਹੈ ਔਰ ਉਹੀ ਲੀਗਲ ਬੋਲਤ
ਵੈਰੀਫਿਕੇਸ਼ਨ ਹੋਈ ਹੈ ਪ੍ਰਸ਼ਾਸਨ ਨੂੰ ਚਾਹੀਦੀ ਕਿ ਉਹਦੇ ਰੇਡ ਮਾਰੇ ਜਿਨ੍ਹਾਂ ਨੇ ਦਵਾਈ ਪ੍ਰਸ਼ਾਸਨ ਨੂੰ ਨਹੀਂ ਪਤਾ ਨਾ ਤੁਸੀਂ ਗੱਲ ਨੂੰ ਦੱਸੋ ਪ੍ਰਸ਼ਾਸਨ ਨੂੰ ਕੀ ਪਤਾ ਪ੍ਰਸ਼ਾਸਨ ਨੂੰ ਕਹਿ ਕੇ ਆਏ ਸੀ
कि एक एक बंदे दी वेरिफिकेशन होनी चाहिए है, इवन रिटर्न च दिता मित्तल साहब कोल जाके आए हैं, मित्तल साहब नू कह के आए हैं इत्थे ऑफिस च, इन्हां नू लैटर दिता है कि एक एक बंदे दी वेरिफिकेशन की जाए, पर साड़ी कोई गल नहीं सुनता जी। ये गल एक बार नहीं, दो बार नहीं, हरेक बार एक बार मुद्दा चको, दो बार मुद्दा चको, हर बार ठंडा क्यों पै जांदा है? ऑफिस वाले कहंदे ने सानू तां पता नहीं जी। देखो ऑफिस फैमिली में रहने वाले भी है, एक्शन उनका है ही नहीं। अभी अपनी सोसाइटी बन रही थी, वो कहाँ ठप होगी, सारी कमेटी के मेंबर्स बन रहे थे। हाँ देखो कुल मिला के जे तुसी जिन्ने लोग भी देख रहे हो, तुहानू ए तां पता लग रहा है भी इथों दे ए लोग ने जेड़े ए किन्ने त्रस्त ने, किन्ने परेशान ने, किन्ने मतलब बंदा ना ऐदा दे फ्लैट्स दे विच, ऐदा दे कलोनियां दे विच पैसे ज्यादा तां पे करदा कि साडी इक सेफ्टी होएगी, है ना। छोटे छोटे बच्चे वीरे, बड़ी बराबर दी बेटी हो रही है, तुसीं ऐं देखो असीं नीचे नहीं भेजदे कल्ली नूं, मैं खुद लैन आनी आ, खुद चीज लैन जानी आ, क्योंकि ना जाने किसी दस मुंडे खड़े हो गए, मैं मेरी बच्ची की करूगी। ईवन के घर तक वापस बराबर आ जांदे लोक, जे बच्चा थले आ गया ना लिफ्ट तो ए नहीं पता लिफ्ट च वड़ के बराबर आ जाना, की करांगे फिर असीं। कुछ नहीं है, गंदे कमेंट्स करते हैं, हाँ? कोई व्याईवरी नहीं देखते, कोई हमारे जैसे नहीं देखते, कोई छोटी बच्चे नहीं देखते, बहुत गंदा माहौल है, बहुत लिटरली ना गम लिखा हुआ है ना, तुसी गालियां देख लो, बस मैं तुम दस लिखी हुई है गालियां, और लड़के पता है कैसे देखते, जैसे स्कैनिंग कर रहे हो प्रोपर। दिल दे विच ना लिख के कोई प्यार ज्यादा नहीं बढ़ जाना, ते ना ही प्यार मिल जाना। 12 बजे इत्थे बैठे हुंदे आ लड़के लड़कियां एक दूजे दी बाहां च, तुसी असीं बच्चियां नूं दसो कि बाहर कढ़ांगे, बाहर क्या मेरे, अब मैं अब क्या बोलूं, सामने आमने गंदा माहौल है बिल्कुल, और हम लिटरली बोलते पर्दे हटा के यहाँ पे गंद पा रहे हैं। फिफ्थ फ्लोर पे कुछ करिए, फिफ्थ फ्लोर पे जो सुसाइड हुई थी वहाँ पे। सबसे एक रिक्वेस्ट है, किसी फ्लैट का नंबर नहीं लोगे आप, जो प्रॉब्लम्स है वो शेयर करो, मतलब फ्लोर पे ही सामने जो भी हुई, पीछे एक डेथ हुई थी, तो हमने लास्ट बार 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 बोला कि आप हटाओ, यहाँ पे गंदगी है, गंदगी हो रही है, नहीं सुना, लास्ट में वो सुसाइड ही हुई वहाँ फ्लैट में। प्लीज सत श्री अकाल, मेन गल है भाजी, देखो इतने सारिया फैमिलीज रहिंदियां है ना, जो आप बॉयज नू दिने उन्हां नू रहण दा एटिकेट तो आना चाहिए ना, हुण कल्ले बच्चे जिहड़े कल्लियां लड़कियां लिफ्ट दे विच आउंदे जांदे, मेरी बेटी इत्थे अंदर शॉप है जां बाहर शॉप है, बच्चा जांदा है, कोई सिक्योरिटी नहीं, असीं सोचदे कि अंदर सिक्योरिटी है, पर अंदर सब तो ज्यादा अनसेफ माहौल होया पिया हुण, मतलब किन्ना दिने तो चलो अपने कमां ते जांदे, पता नहीं सुते रहिंदे की करदे, रात नू उन्हां दा 11 बजे डीजे शुरू हो जांदा, मतलब उची उची म्यूजिक, हुण सारिया ने जॉब वाले, सारे बच्चे पढ़न वाले, किसी का कोई टेस्ट है ना, तो मुश्किल बहुत होंदी है। कल रात नू कोई ना बहुत उची उची गंदी गंदी गालां कढ़ रहे सी, और डीजे चल रहे सी, असी नीचे सैर कर रहे सी, 10:30 दा टाइम सी, ते असी देखिया किते कोई लड़ाई होगी या कोई पता नहीं की गल होगी, ते असी खड़े रहे थोड़ी देर देखते रहे, बहुत गंदी गंदी गालां दी आवाज आ रही सी, उची उची नच रहे सी, गंदी गंदी गालां कढ़ रहे सी, बहुत कुछ बोल रहे सी, मतलब कहंदा भी इत्थे सोसाइटी च ना बंदा थोड़ा रिलैक्स फील नहीं कर सकदा, ना ही सेफ्टी फील कर सकदा, जे ओही किसे नूं कहने आ ते फिर अगला साडे वैर पैंदा सारिया दे, ना लोग डरदे हुए बोलना भी नहीं चाहुंदे, पर सारे सेफ नहीं हैगे, बहुत दुखी हैं सारे। लिखिया बैचलर आर नॉट अलाउड, पर मोस्टली ज्यादा बैचलर ही रहंदे है, साडा 11 बजे दिन दिहाड़े बुलट चक्या गया, ऑफिस च गए असी कारवाई करदे आ, 15 दिन दियो सानू, अज महीना डेढ़ हो गया बुलट नहीं मिलिया साडा, 2.25 लाख का बुलट है, कौन जिम्मेवार है दसो। मेनू तुहाडियां सारिया गल्लां तो यही नहीं समझ आ रही, सिक्योरिटी की है फिर इत्थे तुहाडी, ओही तां 3 महीनिया दे जेहड़े पैसे लैंदे आ, इह कोई फायदा नहीं इन्हां नूं देण दा, पैसे लैंदे 7500 रुपया 3 महीनिया दा लैंदे आ, किन्ना 1200 रुपया महीना लैंदे सर, मेंटेनेंस नहीं 1200 रुपया महीना लैंदे आ, जिवें असीं 3 महीने दा 3500 भरदे आ, इक ओ यार नहीं तैनूं पता, हाँ, 1200 रुपया नहीं लिया सर,
ਹਰੇਕ ਬਲਾਕ ਤੇ ਘੱਟੋ ਘੱਟ ਦੋ ਦੋ ਸਿਕਿਉਰਿਟੀ ਗਾਰਡ ਜ਼ਰੂਰ ਹੋਣ, ਜਿਨ੍ਹਾਂ ਨੂੰ ਪਤਾ ਹੋਵੇ ਵੀ ਸਾਡੀ ਆਹ ਗੱਡੀਆਂ ਆਹ ਬਲਾਕ ਵਾਲੇ ਦੀ ਆਹ ਗੱਡੀਆਂ, ਤਾਂ ਉਹਨਾਂ ਨੂੰ ਨੌਲੇਜ ਹੋਵੇ ਜਦੋਂ ਵੀ ਗੱਡੀ ਬਾਹਰ ਜਾਵੇ ਚਾਹੇ ਅੰਦਰ ਆਏ ਪਤਾ ਹੋਵੇ ਵੀ ਆਹ ਬਲਾਕ ਵਾਲੇ ਦੀ ਗੱਡੀ ਆਈਏ, ਤਾਂ ਕਿ ਕੋਈ ਲੋਕ ਜਿਹੜੇ ਇੱਥੇ ਅੰਦਰ ਮੂੰਹ ਢੱਕ ਕੇ ਆਉਂਦੇ ਆ ਉਹਨਾਂ ਦਾ ਉੱਥੇ ਹੀ ਮੂੰਹ ਤੋਂ ਪਰਦਾ ਲਵਾ ਕੇ ਉਹਨਾਂ ਦੀ ਜ਼ਰੂਰ ਕੈਮਰੇ 'ਚ ਉਹਦੀ ਫੋਟੋ ਆਵੇ ਵੀ ਉੱਥੋਂ ਹੀ ਕੈਮਰੇ 'ਚ ਪਹਿਲਾਂ ਜਦੋਂ ਇਹ ਜਿਵੇਂ ਹੁਣ ਚੰਡੀਗੜ੍ਹ ਚੱਲਦਾ ਹੈ, ਚੰਡੀਗੜ੍ਹ ਆਪਾਂ ਜਾਂਦੇ ਹਾਂ ਉੱਥੇ ਕੈਮਰੇ 'ਚ ਤੁਹਾਡੀ ਫੋਟੋ ਆਊਗੀ, ਤੁਹਾਡੇ ਪੇਰੈਂਟ ਜਿੱਥੇ ਤੁਸੀਂ ਜਾਣਾ ਉਸ ਬੰਦੇ ਨਾਲ ਗੱਲ ਕਰਾਈ ਜਾਏਗੀ, ਫਿਰ ਉਹਦੇ ਮੂੰਹ ਤੋਂ ਮਾਸਕ ਉਤਾਰਿਆ ਜਾਵੇ ਵੀ ਬੰਦੇ ਨੂੰ ਕਹੇ ਮਾਸਕ ਉਤਾਰੋ, ਨੰਬਰ ਲਿਖਵਾਓ, ਆਧਾਰ ਕਾਰਡ ਲਓ, ਤਾਂ ਥੋੜੀ ਸੇਫਟੀ ਹੋ ਜੂਗੀ, ਇੰਨੇ ਨਾਲ ਬਹੁਤ ਫਰਕ ਪੈ ਜਾਏਗਾ ਸਰ। ਕਾਰ ਤੇ ਲਗਾਉਣ ਵਾਸਤੇ ਸਪੈਸ਼ਲ ਸਟਿੱਕਰ ਵੀ ਦਿੱਤੇ ਗਏ, ਅਲਾਊਡ ਕੀਤੇ ਗਏ ਆ, ਪਰ ਇੱਥੇ ਲੋਕ ਲਗਾਉਣਾ ਹੀ ਨਹੀਂ ਚਾਹੁੰਦੇ, ਜਦਕਿ ਸਾਨੂੰ ਉਹਨਾਂ ਨੇ ਸਪੈਸ਼ਲ ਕਿਹਾ ਆਫਿਸ 'ਚ ਵੀ ਆਪਦੇ ਆਪਦੇ ਲੈ ਕੇ ਜਾਓ ਸਟਿੱਕਰ ਆਪਦੀ ਗੱਡੀਆਂ ਤੇ ਲਗਾਓ, ਤੇ ਲੋਕ ਲਗਾਉਣਾ ਨਹੀਂ ਚਾਹੁੰਦੇ। ਕਿਉਂ ਨਹੀਂ ਲਗਾਉਣਾ ਚਾਹੁੰਦੇ? ਕਿਉਂਕਿ ਇੱਥੇ 2 ਨੰਬਰ ਦੇ ਲੋਕ ਰਹਿੰਦੇ ਆ, ਉਹ ਚਾਹੁੰਦੇ ਜੇ ਸਾਡਾ ਸਿਕਿਉਰਿਟੀ ਤੇ ਸਾਡਾ ਕੋਈ ਸਟਿੱਕਰ ਲੱਗ ਗਿਆ, ਕੱਲ ਨੂੰ ਅਸੀਂ ਐਂਟਰ ਕਰਾਂਗੇ ਤੇ ਸਾਡਾ ਅਸੀਂ ਜਾ ਨਹੀਂ ਸਕਾਂਗੇ। ਸੋਸਾਇਟੀ ਇੰਨੀ ਕੋ ਬਦਨਾਮ ਹੈ, ਮੇਰੇ ਹਸਬੈਂਡ ਮੰਡੀ 'ਚ ਕੰਮ ਕਰਦੇ ਆ ਤੇ ਮੰਡੀ ਵਾਲੇ ਮਜ਼ਾਕ ਉਡਾਉਂਦੇ ਆ ਵੀ ਤੁਸੀਂ ਕਿਹੜੀ ਸੋਸਾਇਟੀ ਦੇ ਵਿੱਚ ਰਹਿ ਰਹੇ ਹੋ, ਕਿਸੇ ਨੂੰ ਦੱਸਣ ਜੋਗੇ ਨਹੀਂ, ਅਸੀਂ ਟੀਟੀ ਮਿੱਤਲ ਟਾਵਰ 'ਚ ਰਹਿ ਰਹੇ ਹਾਂ, ਇੰਨੀ ਸ਼ਰਮ ਆਉਂਦੀ ਹੈ ਸਾਨੂੰ ਇੱਥੇ ਰਹਿਣ ਲੱਗਿਆ। ਜੇ ਮੈਂ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਕੰਟੀਨਿਊ ਰੱਖਾਂ ਤਾਂ ਮੈਨੂੰ ਇਹ ਲੱਗਦਾ ਵੀ ਸ਼ਾਮ ਹੋ ਜਾਣੀ ਹੈ, ਪਰ ਇਹਨਾਂ ਦੀਆਂ ਇਹ ਦੁੱਖ ਤਕਲੀਫਾਂ ਇਹ ਖਤਮ ਨਹੀਂ ਹੋਣੀਆਂ, ਹਨਾ। ਅੱਜ ਕੁਝ ਭੈਣਾਂ ਸਾਡੀਆਂ 5-7 ਭੈਣਾਂ ਨੇ ਇਹ ਖੜੀਆਂ, ਕੁਝ ਭਰਾ ਸਾਡੇ ਖੜੇ ਨੇ, ਇਹ ਇਦਾਂ ਹੀ ਕਰਦੇ 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 ਹੋਰ ਲੋਕ ਆਣਗੇ, ਫਿਰ ਉਹਨਾਂ ਦੀਆਂ ਹੋਰ ਉਹ ਪ੍ਰੋਬਲਮਸ, ਮੇਰੇ ਨਾਲ ਆ ਹੋਇਆ, ਮੇਰੇ ਨਾਲ ਆ ਹੋਇਆ, ਕੁੱਲ ਮਿਲਾ ਕੇ ਸਾਰੀ ਗੱਲ ਫਿਰ ਉਹੀ ਆਉਂਦੀ ਹੈ ਸਿਕਿਉਰਿਟੀ। ਜੇ ਸਿਕਿਉਰਿਟੀ ਥੋੜੀ ਟਾਈਟ ਹੋ ਜਾਵੇ, ਸੈਕਿੰਡਲੀ ਜਿਹੜਾ ਰੈਂਟ ਆਊਟ ਕੀਤੇ ਜਾਂਦੇ ਨੇ ਫਲੈਟਸ, ਹਾਂਜੀ ਅਨਮੈਰਿਡ ਨੂੰ ਦਿੱਤੀ ਨਾ ਜਾਵੇ ਇੱਥੇ ਕੋਈ ਵੀ ਫਲੈਟ, ਜਿਹੜਾ ਅਨਮੈਰਿਡ ਹੈ ਉਹਨੂੰ ਦਿੱਤਾ ਜਾਵੇ, ਕੋਈ ਜੋਬ ਵਾਲੇ ਨੂੰ ਦਿੱਤਾ ਜਾਵੇ, ਮਤਲਬ ਇਹ ਤਾਂ ਨਹੀਂ ਹੈਗਾ ਕਿ ਕਿਸੇ ਨੂੰ ਵੀ ਦੇ ਦੋ, ਓਨਰ ਦੀ ਵੀ ਰਿਸਪੋਨਸੀਬਿਲਟੀ ਬਣਦੀ ਹੈਗੀ ਕਿ ਦੇਣ ਤੋਂ ਪਹਿਲਾਂ ਇਹ ਤਾਂ ਵੈਰੀਫਾਈ ਕਰੇ ਕਿ ਉਹ ਸਹੀ ਹੈਗਾ ਬੰਦਾ ਕਿ ਨਹੀਂ ਹੈਗਾ। ਪੌੜੀਆਂ ਦੇ ਵਿੱਚ ਮੁੰਡੇ ਝੋਲੀਆਂ ਚ ਕੁੜੀਆਂ ਨੂੰ ਬਿਠਾ ਕੇ ਬੈਠੇ ਹੁੰਦੇ ਆ, ਸਾਨੂੰ ਦੇਖ ਕੇ ਸ਼ਰਮ ਆਉਂਦੀ, ਅਸੀਂ ਮੂੰਹ ਨੀਚੇ ਕਰਕੇ ਆਨੇ ਆ, ਜਦੋਂ ਸਾਡੇ ਨਾਲ ਫੈਮਿਲੀ ਹੁੰਦੀ ਹੈ ਸਾਨੂੰ ਸ਼ਰਮ ਆਉਣ ਲੱਗ ਜਾਂਦੀ ਹੈ, ਕਹਿੰਦੇ ਤੁਸੀਂ ਇੰਨੇ ਗੰਦ ਚ ਰਹਿ ਰਹੇ ਹੋ ਇੱਥੇ, ਇੰਨੀ ਵਧੀਆ ਫੈਮਿਲੀ ਹੋ ਕੇ ਇੱਥੇ ਜਾ ਸਕਦੇ ਨਾ, ਅਸੀਂ ਕਿਸੇ ਹੋਰ ਲੈ ਸਕਦੇ ਹਾਂ, ਇੰਨੀ ਕੁ ਪਾਕਟ ਮਨੀ ਸੀ ਜਿੰਨੀ ਕੋਲ ਲਗਾ ਚੁੱਕੇ, ਹੁਣ ਇੰਨਾ ਕਿੱਥੋਂ ਪੈਸਾ ਲੈ ਕੇ ਵੀ ਕਿਤੇ ਹੋਰ ਚਲੇ ਜਾਈਏ ਅਸੀਂ। ਇੱਕ ਸ਼ਰਮ ਹੀ ਹੁੰਦੀ ਹੈ, ਇੱਕ ਪਰਦਾ ਹੁੰਦਾ, ਉਹਦੇ ਸਾਰੇ ਸਾਰੀ ਦੁਨੀਆਂ ਤਿਰਦੀ ਹੈ ਨਾ, ਜਦੋਂ ਉਹ ਪਰਦਾ ਚੁੱਕਿਆ ਜਾਂਦਾ ਫਿਰ ਬੰਦੇ ਪੱਲੇ ਕੱਖ ਨਹੀਂ ਰਹਿੰਦਾ। ਹੁਣ ਇੱਥੇ ਜਿਹੜਾ ਇਹਨਾਂ ਦੀਆਂ ਗੱਲਾਂ ਤੋਂ ਇਹ ਲੱਗਦਾ ਵੀ ਕਈ ਲੋਕਾਂ ਤੋਂ ਇਹ ਪਰਦਾ ਜਿਹੜਾ ਉਹ ਚੁੱਕਿਆ ਗਿਆ ਹਨਾ, ਤੇ ਉਹਦੇ ਚ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਯੈਸ, ਇਹ ਕਹਿੰਦੇ ਨੇ ਵੀ ਜ਼ਿੰਮੇਵਾਰ ਇੱਥੋਂ ਦੇ ਲੋਕ ਨੇ, ਕਿਉਂਕਿ ਜੇ ਸਿਕਿਉਰਿਟੀ ਟਾਈਟ ਕੀਤੀ ਜਾਵੇ, ਜੇ ਪਤਾ ਲੱਗੇ, ਦੇਖੋ ਮੈਂ ਜਿਹੜੀ ਇੱਕ ਪਹਿਲਾਂ ਗੱਲ ਕੀਤੀ ਸੀ ਵੀ ਯਾਰ ਇੱਥੇ ਕੀ ਕਹਿੰਦੇ ਹੁੰਦੇ ਉਹਨੂੰ ਯਾਰ ਇੰਟਰਕੌਮ ਹੋ ਜੇ, ਚਲੋ ਇੰਨੇ ਕੈਮਰਾਜ਼ ਹਰ ਫਲੈਟ ਚ ਨਹੀਂ ਲੱਗਦਾ, ਮੰਨ ਲੈਂਦੇ ਆ ਇੰਟਰਕੌਮ ਲੱਗ ਸਕਦੇ ਆ, ਇਹ ਲੋਕ ਪੇ ਵੀ ਕਰ ਸਕਦੇ ਆ, ਆਈ ਥਿੰਕ ਸੋ ਹਨਾ। ਕੈਮਰਾਜ਼ ਕੇ ਲਈ ਵੀ ਪੇ ਕੀਏ ਥੇ, ਅਗਰ ਹਮ 150 ਪੇ ਕਰ ਰਹੇ, ਹਮ 500 ਵੀ ਪਰ ਫੈਮਿਲੀ ਪੇ ਕਰ ਸਕਤੇ ਥੇ, ਪਰ ਵੋ ਕੈਮਰਾ ਨਾ ਵੋ ਬਾਤ ਹੀ ਰਹਿ ਗਈ ਹੈ, ਵੋ ਕੈਮਰੇ ਹੋਏ ਨਹੀਂ ਹਮਾਰੇ। ਮੈਂ ਕਿਆ ਬਾਤ ਕਰ ਰਹਾ ਹੂੰ, ਮੈਂ ਇਹ ਬਾਤ ਬੋਲ ਰਹਾ ਹੂੰ ਕਿ ਭਈਆ ਐਸਾ ਹੋ ਕਿ ਇੱਕ ਯਹਾਂ ਪੇ ਇੰਟਰਕੌਮ ਲਗਾ ਹੋ ਆਫਿਸ ਮੇ, ਔਰ ਹਰ ਫਲੈਟ ਮੇ ਹੋਣੇ ਚਾਹੀਏ, ਜਬ ਵੀ ਕਿਸੀ ਵੀ ਫਲੈਟ ਕਾ ਕੋਈ ਵੀ ਗੈਸਟ ਆਤਾ ਤੋ ਰਿਸੈਪਸ਼ਨ ਸੇ ਪੁੱਛਾ ਜਾਏ ਕਿ ਭਈਆ ਹਮ ਲੋਗ ਯਹਾਂ ਪੇ ਯੇ ਆਏ ਹੈਂ ਆਪਸੇ ਮਿਲਨੇ, ਤੋ ਕਿਆ ਭੇਜੇ ਇਨਕੋ, ਤੋ ਵੋ ਫੋਨ ਹੋ ਜਾਏ ਤਬ ਠੀਕ ਹੈ। ਉਹਨੂੰ ਸਾਡੀ ਮੇਰੀ ਫਰੈਂਡ ਹੈ, ਉਹ ਸਕੂਲ ਗਈ ਹੋਈ ਹੈ, ਉਹਨੂੰ ਸਪੈਸ਼ਲ ਫੋਨ ਕਰਕੇ ਬੰਦੇ ਨੇ ਪੁੱਛਿਆ ਵੀ ਤੁਸੀਂ ਕੌਣ ਹੁੰਦੇ ਹੋ, ਦੱਸੋ ਅਸੀਂ ਕੀ ਜਵਾਬ ਦਈਏ। ਕਿਹੜੇ ਬੰਦੇ ਨੇ ਪੁੱਛਿਆ? ਕਿਸੇ ਦਾ ਫਲੈਟ ਸੀ, ਹੁਣ ਉਹ ਨਾਮ ਤਾਂ ਆਪਾਂ ਲੈ ਨਹੀਂ ਸਕਦੇ। ਅਭੀ 4 ਦਿਨ ਪਹਿਲੇ ਨਾ ਇਹ ਮੁੱਦਾ ਉਠਾਇਆ ਥਾ ਕਿ ਯਹਾਂ ਪੇ ਬਹੁਤ ਜ਼ਿਆਦਾ ਗੰਦਗੀ ਹੋ ਗਈ ਥੀ, ਤੋ ਹਮਨੇ ਮਤਲਬ ਨਾਰਮਲ ਹਮ ਬੱਚੇ ਆਪ ਕੌਨ ਸੇ ਫਲੈਟ ਮੇ ਹੋ, ਹਮ ਇਮੀਗ੍ਰੇਸ਼ਨ ਡਿਪਾਰਟਮੈਂਟ ਸੇ, ਹਮਾਰੇ ਸਰ ਹਮਾਰੇ ਸਾਥ ਹੈ, ਹਮਾਰੇ ਸਰ ਮੈਨੇ ਕਹਾ ਬੇਟਾ ਕੋਈ ਬਾਤ ਨਹੀਂ ਆਪ ਜਾਓ ਕੱਲ ਕੋ ਦੇਖੇਂਗੇ ਹਮ, ਦੋ ਲੜਕੀਆਂ ਪਰ ਫੇਥ ਲਾਇਕ ਕੋਈ ਵੀ ਨਹੀਂ ਹੈ ਯਹਾਂ ਪੇ। ਨੈਕਸਟ ਉਸੀ ਰਾਤ ਹਮਾਰੇ ਸਿਕਿਉਰਿਟੀ ਗਾਰਡ ਸੇ ਮੇਰੇ ਲਈ ਪਰਸਨਲੀ ਮੇਰੇ ਲਈ ਪੁੱਛਾ ਕਿ ਵੋ ਲੇਡੀ ਕੌਨ ਥੀ, ਜਬਕਿ ਮੈਂ ਉਸਸੇ ਬੇਟੇ ਬੇਟੇ ਕਰਕੇ ਬਾਤ ਕਰ ਰਹੀ ਹੂੰ, ਤੋ ਉਸਕੇ ਸਰ ਜੋ ਸੋ ਕੋਲਡ ਸਰ ਬੋਲ ਰਹਾ ਥਾ ਨਾ ਜਿਸਕਾ ਨਾਮ ਵੋ ਆਇਆ, ਬੋਲੇ ਹਮਕੋ ਉਨਸੇ ਬਾਤ ਕਰਨੀ ਹੈ, ਤੋ ਆਪ ਯੇ ਦੇਖੋ ਕਿਆ ਸੇਫਟੀ ਹੈ, ਹਮ ਨਾਰਮਲ ਤਰੀਕੇ ਸੇ ਪੁੱਛ ਰਹੇ, ਬਾਅਦ ਮੇ ਹਮਾਰੀ ਵੈਰੀਫਿਕੇਸ਼ਨ ਲੀ ਜਾ ਰਹੀ ਹੈ ਜੋ ਯਹਾਂ ਪੇ ਰੈਜ਼ੀਡੈਂਸ਼ੀਅਲ ਹੈ, ਲੇ ਕੌਣ ਰਹਾ ਜੋ ਰੈਂਟ ਪੇ ਬੈਠੇ ਹੈ। ਰਿਕੁਐਸਟ ਹੈ ਰਜਿੰਦਰ ਮਿੱਤਲ ਜੀ ਨੂੰ, ਜਿਨ੍ਹਾਂ ਨੇ ਸਾਨੂੰ ਇਹ ਸਾਰੇ ਫਲੈਟ ਪ੍ਰੋਵਾਈਡ ਕਰਾਏ ਨੇ, ਕਿ ਇੱਥੇ ਤਾਂ ਸਿਕਿਉਰਿਟੀ ਵਧਾਈ ਜਾਵੇ ਠੀਕ ਹੈ, ਔਰ ਜਿਹੜੇ ਲੋਕ ਇੱਥੇ ਅਨਮੈਰਿਡ ਨੇ ਜਾਂ ਮੁੰਡੇ ਕੁੜੀਆਂ ਜੋ ਵੀ ਰਹਿ ਰਹੇ ਆ ਹਨਾ, ਉਹਨਾਂ ਨੂੰ ਥੋੜਾ ਜਿਹਾ ਮੂਵ ਔਨ ਕੀਤਾ ਜਾਏ, ਔਰ ਪੂਰੀ ਸਿਕਿਉਰਿਟੀ ਦੇ ਆਧਾਰ ਤੇ ਸਾਨੂੰ ਥੋੜਾ ਜਿਹਾ ਐਸ ਵੱਲੋਂ ਕੰਫੀਡੈਂਸ ਦਿੱਤਾ ਜਾਵੇ।
ਉੱਥੇ ਵੀ ਕਿਸੇ ਦਾ ਕੋਈ ਸਿਸਟਮ ਨਹੀਂ, ਜਦ ਕਿ ਆਫਿਸ ਬਾਹਰ ਹੋਣਾ ਚਾਹੀਦਾ। ਨੀਚੇ ਕੋਈ ਵੀ, ਹੁਣ ਕਈ ਗੈਸਟ ਆਉਂਦੇ, ਕਿਸੇ ਦੇ ਕੁਛ ਆਉਂਦੇ ਆ, ਉਹ ਭਾਨਾ ਲਾ ਦਿੰਦੇ ਜੀ ਅਸੀਂ ਉੱਪਰ ਵਾਸ਼ਰੂਮ ਚੱਲੇ ਸੀ, ਮੁੰਡੇ ਕਹਿੰਦੇ ਅਸੀਂ ਉੱਥੇ ਟੋਇਲਟ ਚੱਲੇ ਸੀ, ਜਦ ਕਿ ਨੀਚੇ ਸਭ ਕੁਛ ਹੋਣਾ ਚਾਹੀਦਾ, ਪ੍ਰੋਵਾਈਡ ਕਰਨਾ ਚਾਹੀਦਾ, ਔਰ ਸਪੈਸ਼ਲ ਆਫਿਸ ਵੀ ਨੀਚੇ ਹੀ ਲੈ ਕੇ ਆਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਮਿਲਣਾ ਸੌਖਾ ਹੋਵੇ। ਹੁਣ ਕਹਿ ਦੇਣਗੇ ਬਾਹਰੋਂ ਆਉਣਗੇ ਮੁੰਡੇ ਜੀ ਅਸੀਂ ਤਾਂ ਆਫਿਸ ਚੱਲੇ ਹਾਂ, ਹੁਣ ਆਫਿਸ ਹੈਗਾ ਸਾਡਾ 12ਵੀਂ ਮੰਜ਼ਿਲ ਤੇ, ਹੁਣ ਸਾਨੂੰ ਕੀ ਪਤਾ ਉਹ ਕਿਹੜੀ ਮੰਜ਼ਿਲ ਤੇ ਚਲੇ ਗਏ। ਸਾਨੂੰ ਤਾਂ ਘਰੋਂ ਇੱਥੋਂ ਕਹਿ ਕੇ ਗਏ ਆ ਕਿ ਅਸੀਂ ਆਫਿਸ ਜਾ ਰਹੇ ਹਾਂ, 12ਵੀਂ ਮੰਜ਼ਿਲ ਤੇ ਆਫਿਸ ਹੈ, ਹੁਣ ਇੱਥੋਂ ਕਹਿ ਕੇ ਅਗਲਾ 12ਵੀਂ ਮੰਜ਼ਿਲ ਤੇ ਨਹੀਂ ਗਿਆ ਕਿ ਤਾਂ ਕਿਹੜੀ ਮੰਜ਼ਿਲ ਚਲਾ ਗਿਆ, ਉੱਥੇ ਵੀ ਸੇਫਟੀ ਨਹੀਂ ਹੈਗੀ। ਇਸ ਕਰਕੇ ਸਾਡੀ ਸਾਰਿਆਂ ਰਿਕੁਐਸਟ ਹੈ ਕਿ ਆਫਿਸ ਨੀਚੇ ਲਿਆਇਆ ਜਾਵੇ ਜਿਵੇਂ ਪਹਿਲਾਂ ਸੀ, ਜਿਵੇਂ ਗੇਟ ਦੇ ਅੱਗੇ, ਔਰ ਇੱਥੇ ਸਿਕਿਉਰਿਟੀ ਗਾਰਡ ਵਧਾਏ ਜਾਣ। ਸਾਡੀ ਸਾਰੇ ਜਿੰਨੇ ਵੀ ਸਾਡੇ ਡੀ ਡੀ ਮਿੱਤਲ ਵਾਲੇ ਨੇ, ਸਭ ਦੀ ਰਿਕੁਐਸਟ ਹੈ ਕਿ ਇੱਥੇ ਰਜਿੰਦਰ ਮਿੱਤਲ ਜੀ ਨੂੰ ਸਪੈਸ਼ਲ ਸਾਡੇ ਵੱਲੋਂ ਰਿਕੁਐਸਟ ਹੈ ਕਿ ਇੱਥੇ ਸਿਕਿਉਰਿਟੀ ਗਾਰਡ ਵਧਾਉਣ, ਸਾਡੀ ਪੂਰੀ ਸਿਕਿਉਰਿਟੀ ਦੇਣ, ਔਰ ਜਿਹੜੇ ਵੀ ਕੋਈ ਅਨਮੈਰਿਡ ਬੱਚੇ ਹੈ, ਕੁੜੀਆਂ ਚਾਹੇ ਮੁੰਡੇ ਹੈ, ਉਹਨਾਂ ਨੂੰ ਇੱਥੇ ਨਾ ਰੈਂਟ ਤੇ ਦਿੱਤੇ ਜਾਣ, ਹੈ ਨਾ, ਉਹਨਾਂ ਦੀ ਪੂਰੀ ਕਲੈਰੀਫਿਕੇਸ਼ਨ ਹੋਵੇ, ਆਧਾਰ ਕਾਰਡ ਸਭ ਕੁਛ, ਔਰ ਜਿੰਨੀਆਂ ਵੀ ਗੱਡੀਆਂ ਸਾਡੀਆਂ ਇੱਥੇ ਖੜਦੀਆਂ ਸਭ ਤੇ ਸਟਿੱਕਰ ਹੋਣ, ਔਰ ਸੈਂਸਰ ਲੱਗੇ ਹੋਣ ਤਾਂ ਕਿ ਪਤਾ ਲੱਗੇ ਐਂਟਰ ਹੋਣ ਲੱਗੇ ਵੀ ਸਾਡੇ ਡੀ ਡੀ ਮਿੱਤਲ ਟਾਵਰ ਦੀ ਗੱਡੀ ਜਾਂ ਬਾਹਰੋਂ ਆਈ ਹੈ, ਤਾਂ ਪੂਰੀ ਇਨਕੁਆਇਰੀ ਦੇ ਨਾਲ ਪੂਰੀ ਸੇਫਟੀ ਦੇ ਨਾਲ ਸਾਨੂੰ ਸਾਰਿਆਂ ਨੂੰ ਸਿਕਿਉਰ ਕੀਤਾ ਜਾਵੇ। ਥੈਂਕ ਯੂ ਸਰ। ਜਿਨ੍ਹਾਂ ਦਾ ਨਾ ਕੋਈ ਬੇਲੀ ਹੈ ਨਾ ਬਾਰਸ ਹੈ, ਪਤਾ ਨੀ ਕਿੰਨੇ ਕਿੰਨੇ ਸਾਲਾਂ ਤੋਂ ਖੜੀਆਂ ਨੇ, ਪਤਾ ਨੀ ਕਿਹਦੀਆਂ ਨੇ, ਕੌਣ ਮਾਲਕ ਹੈ, ਆਹ ਦੇਖੋ ਬਾਹਰਲੇ ਦੁਕਾਨਦਾਰ ਆ ਕੇ, ਬਾਹਰ ਪਿੱਛੋਂ ਮਹੱਲੇ ਵਾਲੇ ਲੋਕ ਆ ਕੇ ਇੱਥੇ ਸਾਡੇ ਗੱਡੀਆਂ ਖੜੀਆਂ ਕਰਦੇ ਆ, ਠੀਕ ਹੈ, ਔਰ ਇੱਥੇ ਸੈਰ ਕਰਨੀ ਪੈਂਦੀ ਹੈ, ਇੱਥੇ ਆ ਕੇ ਸਪੈਸ਼ਲ ਵੀਡੀਓ ਬਣਾਉਂਦੇ ਆ ਵੀ ਡੀ ਡੀ ਮਿੱਤਲ, ਦੇਖੋ ਇਹ ਕੋਈ ਫਿਲਮ ਸਿਟੀ ਤਾਂ ਹੈ ਨੀ, ਇੱਥੇ ਵੀਡੀਓ ਬਣਾਏ ਜੇ, ਸਾਰੇ ਰੈਜੀਡੈਂਸਲ ਲੋਕ ਆ, ਸਾਰੀ ਫੈਮਿਲੀਜ਼ ਵਾਲੇ ਆ, ਤਾਂ ਅਸੀਂ ਲੋਕ ਇਸ ਚੀਜ਼ ਨੂੰ ਫੀਲ ਕਰਦੇ ਹਾਂ ਕਿ ਬਾਹਰੋਂ ਆ ਕੇ ਲੋਕ ਸਾਡੀ ਵੀਡੀਓ ਬਣਾ ਰਹੇ ਆ ਜਾਂ ਸਾਡੇ ਨਾਲ, ਮਤਲਬ ਸਿੱਧੀ ਜੀ ਗੱਲ ਹੈ ਕਿ ਗਲਤ ਤਰ੍ਹਾਂ ਦੇ ਲੋਕ ਆ ਰਹੇ ਆ, ਅਸੀਂ ਸਾਰੇ ਇਹ ਲੋਕ ਬਹੁਤ ਜ਼ਿਆਦਾ ਫੀਲ ਕਰਦੇ ਹਾਂ। ਅਸੀਂ ਚਾਹੁੰਦੇ ਕਿ ਇਹ ਚੀਜ਼ਾਂ ਬੰਦ ਹੋਣ, ਔਰ ਜਿਹੜੀ ਵੀ ਗੱਡੀਆਂ ਬਾਹਰੋਂ ਆਈਆਂ ਨੇ ਜਿਹੜੀ ਇੱਥੇ ਡੀ ਡੀ ਮਿੱਤਲ ਟਾਵਰ ਦੇ ਨਹੀਂ ਹੈ, ਇਹਨਾਂ ਨੂੰ ਬਾਹਰ ਕੱਢਿਆ ਜਾਵੇ, ਸਾਨੂੰ ਪਾਰਕਿੰਗ ਦੀ ਪ੍ਰੋਬਲਮ ਵੀ ਨਾ ਆਵੇ, ਸਾਨੂੰ ਮਾਸਕ ਲਗਾ ਕੇ ਆਤੀ ਹੈ ਗਰਲਸ ਬਾਹਰ ਸੇ, ਹਮਨੇ ਯਹੀ ਬਾਤ ਬੋਲੀ ਥੀ ਸਿਕਿਉਰਿਟੀ ਗਾਰਡਸ ਕੋ ਵੀ ਇਨਕੇ ਮਾਸਕ ਔਰ ਯੇ ਜੋ ਚੁੰਨੀ ਬਾਂਧ ਕੇ ਆਤੀ ਹੈ ਨਾ, ਰਾਤ ਹੋ ਚਾਹੇ ਦਿਨ ਹੋ, ਇਨਕੋ ਆਪ ਨਾ ਪ੍ਰੋਪਰ ਕੈਮਰਾ ਲਗਾ ਹੁਆ ਹੈ, ਯੇ ਮਾਸਕ ਕੇ ਲਈ ਹਮਾਰੀ ਕੋਈ ਸੁਣਵਾਈ ਨਹੀਂ ਹੈ ਕਿ ਕੌਣ ਆ ਰਹੀ ਹੈ ਬਾਹਰ ਸੇ, ਹਮੇ ਨਹੀਂ ਪਤਾ ਚਲਤਾ। ਇੱਕ ਕੰਮ ਤਾਂ ਸਟਾਰਟ ਤਾਂ ਕਿਥੋਂ ਕਰਨਾ ਪਏਗਾ ਨਾ, ਸਟਾਰਟ ਤਾਂ ਇਹ ਵੀ ਹੋ ਸਕਦਾ ਵੀ ਜਿੰਨੀਆਂ ਇੱਥੇ ਗੱਡੀਆਂ ਖੜੀਆਂ ਕੀ ਪ੍ਰਸ਼ਾਸਨ ਇਹ ਚੈੱਕ ਨਹੀਂ ਕਰ ਸਕਦਾ ਵੀ ਕਿੰਨੀਆਂ ਪੁਰਾਣੀਆਂ ਖੜੀਆਂ, ਕਿਹਦੀਆਂ ਕਿਹਦੀਆਂ ਖੜੀਆਂ, ਇਹ ਤਾਂ ਛੋਟੀ ਗੱਲ ਹੈ, 500 ਇੱਥੇ ਫਲੈਟ ਨੇ, 500 ਲੋਕ ਰਹਿੰਦੇ ਨੇ, 500 ਗੱਡੀਆਂ ਹੋਣਗੀਆਂ ਵੱਧ ਤੋਂ ਵੱਧ, ਤੇ ਚੈੱਕ ਕਰ ਲਓ ਵੀ ਬਾਈ ਜੀ ਕਿਹਦੀ ਕਿਹਦੀ ਗੱਡੀ ਹੈ, ਜਿਹਦੀ ਨਹੀਂ ਹੈਗੀ ਹੈ ਉਹਨੂੰ ਤੁਸੀਂ ਦੇਖੋ ਕੀ ਕਰਨਾ। ਦੇਖੋ ਜਿੰਨੀ ਹੁਣ ਤੱਕ ਗੱਲ ਹੋਈ ਹੈ, ਬਹਿਸ ਇੰਨੀ ਗੱਲ ਹੋਈ ਹੈ, ਸਾਰਿਆਂ ਨੇ ਆਪਣੇ ਦੁੱਖ ਦਰਦ ਰੋਏ ਨੇ, ਹਨਾ, ਕੋਈ ਰੋਣੋ ਰਹਿ ਗਏ ਬਸ, ਬਾਕੀ ਕੋਈ ਕਸਰ ਬਾਕੀ ਬਚੀ ਨਹੀਂ। ਪਰ ਮੈਂ ਇਹ ਕਹਿੰਦਾ ਵੀ ਸਰ ਜੇ ਸਿਕਿਉਰਿਟੀ ਟਾਈਟ ਹੋ ਜਾਏ ਬਸ, ਦੇਖੋ ਇਹ ਸਾਰੇ ਲੋਕ ਸੁਖੀ ਹੋ ਜਾਣ। ਬਾਕੀ ਜਿਹੜੇ ਇੱਥੋਂ ਦੇ ਬ੍ਰੋਕਰ ਨੇ, ਹਨਾ, ਉਹਨਾਂ ਨੂੰ ਮੇਰੀ ਰਿਕੁਐਸਟ, ਹਾਂ ਅਮਿਤ ਹੁਣੀ ਪਿੱਛੋਂ ਖੜੇ ਕਰੇ ਵੀ ਮੈਂ ਪਹਿਲਾਂ ਹੀ ਕਹਿ ਰਿਹਾ ਅਮਿਤ ਦੇਖੋ ਫਰੈਂਕਲੀ ਸਪੀਕਿੰਗ ਗੱਲ ਕੀ ਹੁੰਦੀ ਹੈ ਵੀ ਮੈਂ ਨਹੀਂ ਕਹਿ ਰਿਹਾ ਵੀ ਅਮਿਤ ਹੁਣੀ ਕਰ ਰਹੇ ਨੇ, ਜਿੰਨੇ ਵੀ ਬ੍ਰੋਕਰ ਹੈ ਸਾਰਿਆਂ ਨੂੰ ਐਂ ਕਹਿ ਲਓ ਵੀ ਹੱਥ ਜੋੜ ਕੇ ਬੇਨਤੀ ਕਰ ਦਿੰਦੇ ਆ ਵੀ ਭਰਾ ਤੁਸੀਂ ਯਾਰ ਇਸ ਗੱਲ ਦਾ ਧਿਆਨ ਦਿਓ ਵੀ ਜਿਹੜੇ ਲੋਕ ਇੱਥੇ ਰਹਿੰਦੇ ਨੇ ਜਾਂ ਜਿਹਨਾਂ ਨੂੰ ਤੁਸੀਂ ਰੈਂਟ ਆਊਟ ਕਰ ਰਹੇ ਹੋ, ਕਮ ਸੇ ਕਮ ਜਿਹਨੂੰ ਰੈਂਟ ਤੇ ਦੇਣਾ ਯਾਰ ਕੋਸ਼ਿਸ਼ ਕਰ ਲਓ ਵੀ ਫੈਮਲੀਆਂ ਨੂੰ ਦੇਲੋ। ਮੈਂ ਇਹ ਨਹੀਂ ਕਹਿੰਦਾ ਜਿਸ ਤਰ੍ਹਾਂ ਇਹਨਾਂ ਨੇ ਬੀਬਾ ਜੀ ਨੇ ਗੱਲ ਕੀਤੀ ਹੈ, ਇਹ ਦੇਖ ਲਓ ਜੀ ਇੰਨੇ ਫਲੈਟ ਇਹਨਾਂ ਦੇ ਕੋਲ ਨੇ, ਇਹ ਹੁਣ ਦੇਣ ਵਾਲੇ ਨੇ ਕਿਰਾਏ ਤੇ, ਅੱਛਾ ਦਿੱਤੇ ਹੋਏ ਆ, ਚਲੋ ਉਹਨੇ ਦਿੱਕਤ ਆਊਗੀ। ਹੁਣ ਗੱਲ ਤਾਂ ਫਿਰ ਉੱਥੇ ਆਉਂਦੀ ਹੈ ਨਾ ਸਰ, ਜੇ ਅਸੀਂ ਇਸ ਗੱਲ ਦਾ ਪਹਿਲਾਂ ਹੀ ਧਿਆਨ ਕਰ ਲਈਏ, ਪਹਿਲਾਂ ਅਗਲੇ ਦੇ ਹੱਥ ਵਢਾ ਲਈਏ, ਹਨਾ, ਵੀ ਯਾਰ ਉਹਨਾਂ ਨੂੰ ਲਿਖਾ ਲਈਏ ਵੀ ਹਾਂਜੀ ਜੇ ਅਸੀਂ ਇੱਦਾਂ ਦੀ ਕੋਈ ਹਰਕਤ ਕਰਦੇ ਹਾਂ ਜਾਂ ਸਾਡੇ ਇੱਦਾਂ ਦੇ ਜੀ ਨਹੀਂ ਆਉਣਗੇ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਇੱਥੇ ਜਿਹੜੇ ਬੈਚਲਰਸ ਨੇ ਉਹ ਜ਼ਿਆਦਾ ਰਹਿੰਦੇ, ਸਰ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਬੈਚਲਰ ਮਾੜੇ ਹੁੰਦੇ ਆ, ਕਿਤੇ ਵੀ ਕੋਈ ਮੈਂ ਹੀ ਕਹਿੰਦਾ ਬਹੁਤ ਮੁੰਡੇ ਇਹਨਾਂ 'ਚ ਅੱਛੇ ਵੀ ਹੋਣਗੇ, ਬਹੁਤ ਕੁੜੀਆਂ ਇੱਥੇ ਅੱਛੀਆਂ ਵੀ ਹੋਣਗੀਆਂ, ਹਨਾ, ਹਰ ਪ੍ਰੋਫੈਸ਼ਨ 'ਚ ਮਾੜਾ ਬੰਦਾ ਵੀ ਹੁੰਦਾ, ਹਰ ਪ੍ਰੋਫੈਸ਼ਨ 'ਚ ਚੰਗਾ ਬੰਦਾ ਵੀ ਹੁੰਦਾ, ਦੁਨੀਆਂ 'ਚ ਹਰ ਤਰੀਕੇ ਦੇ ਬੰਦੇ ਨੇ, ਪਰ ਇਹਨਾਂ ਦੀਆਂ ਗੱਲਾਂ ਤੋਂ ਇਹ ਪਤਾ ਲੱਗਦਾ ਵੀ ਇੱਥੇ ਤਾਦਾਦ ਜਿਹੜੀ ਹੈ ਉਹ ਬੁਰੇ ਲੋਕਾਂ ਦੀ ਜ਼ਿਆਦਾ ਹੋ ਗਈ। ਇਸ ਕਰਕੇ ਹੁਣ ਉਹਦਾ ਧਿਆਨ ਕਿਹਨੇ ਦੇਣਾ, ਜਿਨ੍ਹਾਂ ਨੇ ਇਹ ਵਸਾਇਆ ਨਗਰ, ਜਿਨ੍ਹਾਂ ਨੇ ਇੱਥੇ ਬੰਦੇ ਬਿਠਾਏ ਵੀ ਸਾਡੀ ਰਿਸਪੋਂਸਿਬਿਲਿਟੀ ਹੈ, ਉਹਨਾਂ ਨੇ ਦੇਖਣਾ ਵੀ ਇਹਨਾਂ ਦੀ ਸੇਫਟੀ ਕਿਸ ਤਰੀਕੇ ਨਾਲ, ਬਿਕੋਜ਼ ਚਾਰੋਂ ਪਾਸਿਓਂ ਕੰਧਾਂ ਹੋਈਆਂ ਹੋਈਆਂ, ਇੱਕੋ ਹੀ ਗੇਟ ਹੈ, ਉਹੀ ਐਂਟਰੈਂਸ ਹੈ, ਉਹੀ ਐਗਜ਼ਿਟ ਹੈ, ਤੇ ਕਿੱਡੀ ਕੋ ਗੱਲ ਹੈ, ਕੋਈ ਵੱਡਾ ਇਸ਼ੂ ਨਹੀਂ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਸੀ ਭੈਣ ਜੀ ਹੋਰਾਂ ਨੇ ਵੀ ਸਾਰਿਆਂ ਨੂੰ ਜਿਹੜੇ ਦਿੱਤੇ ਹੋਏ ਨੇ ਸਟੀਕਰ ਦਿੱਤੇ ਨੇ
ਇਸ ਕਰਕੇ ਬਹੁਤ ਕੁਛ ਹੋ ਸਕਦਾ ਜੇ ਅਸੀਂ ਚਾਹੀਏ। ਚਾਣਾ ਕਿੰਨੇ ਹੈ? ਜਦ ਤੱਕ ਕਰਨਲ ਸਾਹਿਬ ਸੀ ਸਾਡੇ ਇੱਥੇ, ਜਦੋਂ ਆਫਿਸ ਨੀਚੇ ਸੀ ਸਾਡੇ, ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਬਹੁਤ ਸਿਕਿਉਰਿਟੀ ਸੀ, ਹਰ ਚੀਜ਼ ਫੈਸਿਲਿਟੀ ਸਭ ਕੁਛ ਮਿਲਦਾ ਸੀ, ਅਸੀਂ ਸਾਰੇ ਸਿਕਿਉਰ ਸੀ। ਜਦੋਂ ਦੇ ਕਰਨਲ ਸਾਹਿਬ ਚਲੇ ਗਏ ਔਰ ਆਫਿਸ ਉੱਥੋਂ ਮੂਵ ਆਨ ਹੋ ਗਿਆ, 12ਵੀਂ ਮੰਜ਼ਿਲ ਚਲਾ ਗਿਆ, ਉਸ ਤੋਂ ਬਾਅਦ ਸਭ ਨੂੰ ਪ੍ਰੋਬਲਮਸ ਆ ਰਹੀਆਂ। ਜੇ ਆਫਿਸ ਐਂਟਰੈਂਸ ਦੇ ਨਾਲ ਹੀ ਹੋਵੇ ਤਾਂ ਲੋਕ ਸ਼ਾਇਦ ਡਰ ਕੇ ਅੰਦਰ ਆਣਗੇ ਵੀ ਇੱਥੇ ਸਿਕਿਉਰਿਟੀ ਪਹਿਲਾਂ ਹੀ ਬੈਠੀ ਹੈ ਔਰ ਆਫਿਸ ਵਾਲੇ ਮੇਨ ਵੀ ਬੈਠੇ। ਹੁਣ ਕੀ ਹੈ, ਸਿਕਿਉਰਿਟੀ ਨਾ ਹੋਣ ਕਰਕੇ ਸਿਕਿਉਰਿਟੀ ਵਾਲੇ ਵੀ ਡਰਦੇ ਆ। ਉਹ ਕਹਿੰਦੇ ਮੈਮ ਜੀ ਅਸੀਂ ਕਹਿ ਦਿੰਦੇ ਵੀ ਇੱਥੇ ਰੁਕ ਜਾਓ ਤਾਂ ਸਾਨੂੰ ਫੋਨ ਆ ਜਾਂਦਾ ਉੱਥੋਂ ਫਲੈਟ ਚੋਂ, ਤੁਸੀਂ ਕੌਣ ਹੁੰਦੇ ਹੋ ਜੀ ਰੋਕਣ ਵਾਲੇ? ਤੇ ਕਹਿੰਦੇ ਅਸੀਂ ਵੀ ਡਰਦੇ ਆ ਕੱਲ ਨੂੰ ਮੁੰਡੇ ਕੋਈ ਸਾਡੇ ਮਗਰ ਨਾ ਪੈ ਜਾਣ, ਕੋਈ ਗੱਲਬਾਤ ਨਾ ਹੋ ਜੇ। ਸੀ ਐਕਟੀਵਿਟੀਜ਼ ਕਰ ਰਹੇ ਥੇ ਤੋ ਸਿਕਿਉਰਿਟੀ ਗਾਰਡਸ ਕੋ ਵੀ ਨਹੀਂ ਹਮ ਬੋਲੇਂਗੇ, ਸਿਕਿਉਰਿਟੀ ਗਾਰਡ ਨੇ ਉਨਕੋ ਪਕੜ ਕੇ ਦੀਆ ਹੈ ਪਰ ਕੰਪਨੀ ਵਾਲੋ ਨੇ ਉਨਕੋ ਛੋੜ ਦਿਆ ਉਪਰ ਕੀ ਜਾਓ, ਉਸਕੇ ਬਾਅਦ ਉਨ੍ਹਾਂ ਨੇ ਲੀਵ ਇਟ ਕਰ ਦਿਆ ਮੁੱਦਾ। ਕੋਈ ਗੱਲ ਨੀ, ਜਾਣ ਦੋ, ਇਹ ਮੇਰਾ ਬੰਦਾ, ਦੱਸੋ ਕੀ ਕਰੋਗੇ ਜੀ? ਉਹ ਦੇਖੋ ਸਾਹਮਣੇ ਤਿੰਨ ਗੱਡੀਆਂ ਲੱਗੀਆਂ ਪਈਆਂ ਨੇ, ਮੇਰੀ ਪਾਰਕਿੰਗ ਸਾਹਮਣੇ ਹੈ, ਮੈਂ ਗੱਡੀ ਕੱਢਣੀ ਹੋਵੇ ਮੈਂ ਕਿੱਥੇ ਭਾਲਦਾ ਫਿਰੂੰਗਾ ਇਹਨਾਂ ਤਿੰਨਾਂ ਬੰਦਿਆਂ ਨੂੰ? ਇਹ ਤਿੰਨੋਂ ਬੰਦੇ ਇੱਥੇ ਦੇ ਨੇ, ਮੈਂ ਇੱਥੇ ਪਾਰਕਿੰਗ ਲਈ ਹੋਈ ਹੈ ਪੈਸੇ ਦੇ ਕੇ, ਮੈਂ ਉੱਥੇ ਗੱਡੀ ਨਹੀਂ ਲਾ ਸਕਦਾ, ਗੱਡੀ ਉੱਥੇ ਹੋਰ ਲੱਗਦੀ ਹੈ, ਨਾਲ ਮੈਨੂੰ ਧਮਕੀ ਆਉਂਦੀ ਹੈ। ਚਲੋ ਮੈਂ ਹੁਣੇ ਦਿਖਾ ਦਿੰਦਾ ਉੱਥੇ ਗੱਡੀ ਲੱਗੀ ਹੋ। ਤੁਹਾਨੂੰ ਕੀ ਧਮਕੀ? ਧਮਕੀ ਕਹਿੰਦੇ ਇੱਥੋਂ ਮੈਨੂੰ, ਹਾਂ ਦੱਸੋ, ਤੇ ਮੈਨੂੰ ਪਤਾ ਬ੍ਰੋਕਰ ਨੇ ਕਿਹਾ, ਕਹਿੰਦਾ ਕਿਉਂ ਪੰਗਾ ਲੈਂਦਾ ਇਹਨਾਂ ਨਾਲ, ਇਹਨਾਂ ਨੂੰ ਲਾਣ ਦੇ ਇੱਥੇ ਗੱਡੀ, ਕਿਉਂ ਮੈਂ ਪੈਸੇ ਨਹੀਂ ਦਿੱਤੇ? ਬ੍ਰੋਕਰ ਨੇ ਮੈਨੂੰ ਕਿਹਾ, ਜਿਹਨੇ ਫਲੈਟ ਦਿੱਤਾ ਸੀ ਉਹਨੇ ਕਿਹਾ ਕਿਉਂ ਇਹਨਾਂ ਨਾਲ ਪੰਗਾ ਲੈਂਦਾ? ਹਾਂ ਬ੍ਰੋਕਰ ਕਿਹੜਾ ਸੀ? ਅਮਿਤ, ਅਮਿਤ ਜਿੰਦਾ ਸਾਹਮਣੇ ਜਿੰਦਾ ਸਾਹਿਬ, ਕੀ ਚੱਕਰ ਸੀ? ਪਤਾ ਕੀ ਗੱਲ ਹੈ ਜੀ, ਜਿਹੜੇ ਸ਼ਰਾਬ ਸ਼ਾਮ ਨੂੰ ਸ਼ਰਾਰਤੀ ਅੰਸਰ ਦਾਰੂ ਪੀ ਕੇ ਆਉਂਦੇ ਆ ਨਾ, ਜਦੋਂ ਅਸੀਂ ਜਿਹੜੇ ਫੈਮਿਲੀ ਵਾਲੇ ਅਸੀਂ ਕਹਿੰਦੇ ਯਾਰ ਇਹਨਾਂ ਨਾਲ ਝਗੜਾ ਕਿਵੇਂ ਕਰਾਂਗੇ ਆਪਾਂ, ਜਾਂ ਤਾਂ ਆਪਣੇ ਨਾਲ ਸਿਕਿਉਰਿਟੀ ਹੋਵੇ ਜਾਂ ਇੱਕ ਦਫ਼ਤਰ ਹੋਵੇ, ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਵੀ ਭਾਈ ਉਰੇ ਨਾ ਲਾਓ, ਸਵੇਰੇ ਕਹਾਂਗੇ ਸ਼ਾਮ ਨੂੰ ਕਹਾਂਗੇ, ਜਾਂ ਸਿਕਿਉਰਿਟੀ ਵਾਲੇ ਅੱਗੇ ਹਟਾਉਣ, ਜੇ ਆਪਾਂ ਪਰਸਨਲੀ ਕਿਸੇ ਨੂੰ ਹਿੱਟ ਕਰਾਂਗੇ ਸਰ ਫਿਰ ਤਾਂ ਉਹ ਦਰਦ ਡੱਕੇ ਹੈ, ਚੱਕਰ ਤਾਂ ਉੱਥੇ ਹੈ ਜੀ, ਮੇਨ ਤਾਂ ਸਿਕਿਉਰਿਟੀ ਦਾ ਪ੍ਰੋਬਲਮ ਹੈ। ਚਲੋ ਜੀ, ਗੱਡੀਆਂ ਖੜਦੀਆਂ ਲੋਕਾਂ ਦੀਆਂ ਜਿਨ੍ਹਾਂ ਨੇ ਪਾਰਕਿੰਗ ਨਹੀਂ ਲਿੱਤੀ ਹੋਈ, ਸਭ ਨੂੰ ਰਿਕੁਐਸਟ ਹੈ ਕਿ ਆਪਦੀ ਆਪਦੀ ਪਾਰਕਿੰਗ ਜ਼ਰੂਰ ਲੈਣ, ਹੈ ਨਾ, ਔਰ ਜੇ ਬਿਨਾਂ ਪਾਰਕਿੰਗ ਦੇ ਗੱਡੀਆਂ ਖੜਦੀਆਂ ਤਾਂ ਉਹਨਾਂ ਸਾਰਿਆਂ ਤੋਂ ਪਾਰਕਿੰਗ ਚਾਰਜ ਜ਼ਰੂਰ ਲਿੱਤੇ ਜਾਣ ਤਾਂ ਕਿ ਲੋਕ ਪੈਸੇ। ਰਾਤ ਨੂੰ 12 ਵਜੇ ਮੈਂ ਆਦੇਸ਼ ਲੈ ਕੇ ਗਿਆ, ਗੱਡੀ ਕੱਢਣ ਲੱਗਿਆ, ਗੱਡੀ ਨਹੀਂ ਨਿਕਲੀ, ਦੱਸੋ ਮੈਂ ਕਿਹਨੂੰ ਕਹਿੰਦਾ? ਕੁੱਲ ਮਿਲਾ ਕੇ ਨਾਨਕ ਦੁਖੀਆ ਸਭ ਸੰਸਾਰ, ਆਪਾਂ ਇਹ ਕਹਿ ਦਈਏ ਵੀ ਇਹ ਡੀ ਡੀ ਮਿੱਤਲ ਟਾਵਰ ਦੇ ਜਿੰਨੇ ਵਸਨੀਕ ਨੇ, ਕਾਫੀ ਇੱਥੇ ਖੜੇ ਨੇ, ਇਹ ਸਭ ਦੁਖੀ ਨੇ, ਇਹ ਸਭ ਦੁਖੀ ਨੇ, ਇਹਨਾਂ ਦਾ ਕੋਈ ਸੁਣਦਾ ਨੀ। ਤਾਲੀਆਂ ਨੀ, ਬਹੁਤ ਦੁਖੀ ਆ, ਇਹਨਾਂ ਨੂੰ ਅੱਜ ਵੀ ਕਿਹਾ ਜੀ ਘਰ ਕੋਈ ਲੱਭੋ, ਨਿਕਲੇ ਤੇ ਬੇਇੱਜ਼ਤੀ ਹੁੰਦੀ ਆ, ਵੀ ਰਹਿੰਦੇ ਡੀ ਡੀ ਮਿੱਤਲ ਟਾਵਰ ਚ ਅਸੀਂ ਬਾਜ਼ਾਰ ਚ ਅਸੀਂ ਜਾਈਏ ਕਿੱਥੇ ਰਹਿੰਦੇ ਹੋ ਡੀ ਡੀ ਮਿੱਤਲ? ਕਹਿੰਦੇ ਯਾਰ ਉੱਥੇ ਤਾਂ ਗਲਤ ਕੰਮ ਹੀ ਬੜੇ ਹੁੰਦੇ ਨੇ, ਆਸ਼ਕੀਆਂ ਹੁੰਦੀਆਂ ਉੱਥੇ ਤਾਂ ਕੁੜੀਆਂ ਲੈ ਕੇ ਜਾਂਦੇ ਆ, ਬੇਇੱਜ਼ਤੀ ਹੋਣ ਲੱਗ ਪਈ। ਹੁਣ ਮੈਨੂੰ ਲੱਗਦਾ ਇਹ ਪ੍ਰੋਗਰਾਮ ਇੰਨਾ ਜ਼ਿਆਦਾ ਲੰਬਾ ਹੋ ਚੁੱਕਿਆ ਹੈ, ਜਿੰਨੀਆਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਵੀ ਜਿੰਨੀਆਂ ਆਪਾਂ ਜਿੰਨੇ ਦੇ ਸਾਹਮਣੇ ਮਾਈਕ ਕਰਾਂਗੇ ਇੱਕ ਨਵੀਂ ਗੱਲ ਸੁਣਨ ਨੂੰ ਮਿਲਣੀ ਹੈ, ਤੇ ਸ਼ਾਮ ਹੋ ਜਾਣੀ, ਸ਼ਾਮ ਹੋ ਜਾਂਦਾ, ਸ਼ਾਮ ਤੋਂ ਬਾਅਦ ਫਿਰ ਸਵੇਰ, ਸਵੇਰ ਤੋਂ ਬਾਅਦ ਫਿਰ ਸ਼ਾਮ, ਇਹ ਗੱਲਾਂ ਇਸੇ ਤਰੀਕੇ ਨਾਲ ਚੱਲਦੀਆਂ ਰਹਿਣੀਆਂ। ਮੇਰੀ ਬੇਨਤੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ, ਇੱਥੋਂ ਦੇ ਜਿਹੜੇ ਲੋਕ ਨੇ, ਜਿਹੜਾ ਇੱਥੋਂ ਦਾ ਸਾਰਾ ਕੀ ਕਹਿੰਦੇ ਹੁੰਦਾ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇੱਥੋਂ ਦੀ, ਉਹਨਾਂ ਨੂੰ ਬੇਨਤੀ ਹੈ ਵੀ ਪਲੀਜ਼ ਯਾਰ ਛੋਟੀਆਂ ਛੋਟੀਆਂ ਗੱਲਾਂ ਵੱਲ ਜੇ ਧਿਆਨ ਦੇ ਲਓਗੇ, ਇਹ ਲੋਕ ਵੀ ਸੁਖੀ ਹੋ ਜਾਣਗੇ ਵੀ ਸ਼ੁਕਰ ਹੈ ਯਾਰ ਕਿਸੇ ਅਸੀਂ ਚੰਗੀ ਜਗ੍ਹਾ ਤੇ ਲਿਆ। ਜਿਹਨੂੰ ਨਾ ਫਰੋਲੋ ਉਹੀ ਸੌਖਾ, ਬਸ ਜਿਹਨੂੰ ਫਰੋਲੋ। ਪ੍ਰਸ਼ਾਸਨ ਨੇ 572 ਫਲੈਟਾਂ ਦੀ, ਇੱਕ ਇੱਕ ਫਲੈਟ ਦੀ ਵੈਰੀਫਿਕੇਸ਼ਨ ਕਰਵਾਈ ਹੈ ਇਹ ਹੁਣੇ ਪਿਛਲੇ ਮਹੀਨੇ, ਮੈਂ ਉਹਦੀ ਤੁਹਾਨੂੰ ਸਾਰੀ ਡਿਟੇਲ ਦੇ ਦਿੰਦਾ। ਮੈਂ ਪ੍ਰਸ਼ਾਸਨ ਨੂੰ ਇਹ ਵੀ ਰਿਕੁਐਸਟ ਕਰ ਚੁੱਕਿਆ ਕਿ ਇੱਥੇ ਇੱਕ ਇੱਕ ਫਲੈਟ ਦੀ ਵੈਰੀਫਿਕੇਸ਼ਨ ਕੀਤੀ ਜਾਵੇ, ਜਿਹੜਾ ਵੀ ਕਿਰਾਏ ਤੇ ਰਹਿੰਦਾ ਹੈ ਆਪਣਾ ਬਿਰਵਾ ਦੱਸੇ, ਕਾਹਦੇ ਲਈ ਰਹਿੰਦਾ, ਕੀ ਕਰਦਾ, ਸਭ ਪਤਾ ਲੱਗ ਜਾਏਗਾ, ਕਿਤੇ ਨਹੀਂ ਜਾਣ ਦੀ ਲੋੜ, ਸਭ ਇੱਥੇ ਹੀ ਆ ਜਾਊਗਾ ਸਾਹਮਣੇ। ਲਓ ਜੀ, ਇਹ ਸਾਰੀਆਂ ਗੱਲਾਂ ਦੇਖੋ ਸਭ ਲੋਕ ਇਹ ਸੁਣ ਲਿਆ। ਪਹਿਲੀ ਗੱਲ ਫਿਰ ਲਾਸਟ ਤੇ ਮੈਂ ਆਉਣਾ ਇਹੀ ਹੈ ਵੀ ਸਿਕਿਉਰਿਟੀ ਜੇ ਇੱਥੋਂ ਦੀ ਟਾਈਟ ਹੋ ਜਾਵੇ, ਥੋੜਾ ਜਿਹਾ ਪ੍ਰਸ਼ਾਸਨ ਧਿਆਨ ਦੇਵੇ, ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦੀ ਐਡਮਿਨਿਸਟ੍ਰੇਸ਼ਨ, ਤੇ ਇਸ ਕਰਕੇ ਨਹੀਂ ਕਨਾਲ ਕਾਨੂੰਨੀ ਤਾਂ ਬਾਅਦ ਦੀ ਗੱਲ ਹੈ, ਜਿਹੜੇ ਇੱਥੋਂ ਦੇ ਐਡਮਿਨਿਸਟ੍ਰੇਸ਼ਨ ਸੰਭਾਲ ਰਹੇ ਨੇ, ਠੀਕ ਹੈ, ਉਹ ਹਾਂਜੀ ਚਲੋ ਕਾਇੰਡਲੀ ਉਹਨਾਂ ਨੂੰ ਰਿਕੁਐਸਟ ਹੈ। ਗੱਡੀ ਦੇ ਇੰਜਨ ਮੂਹਰੇ ਲੱਗਿਆ ਹੁੰਦਾ ਹੈ, ਹੁੰਦਾ ਕਿ ਫਿਰ ਗੱਡੀ ਚੱਲਦੀ ਹੈ, ਇਹਨਾਂ ਨੇ ਇੰਜਨ ਪਿੱਛੇ ਲਾ ਰੱਖਿਆ, 12ਵੀਂ ਮੰਜ਼ਿਲ ਤੇ ਬਿਠਾ ਰੱਖਿਆ ਉਹ।
ਸਿਕਿਉਰਿਟੀ ਗਾਰਡ ਵਧਾਏ ਜਾਣ ਔਰ ਆਫਿਸ ਵਾਲੇ ਬੰਦੇ ਵੀ ਹੁਣ ਦੇਖੋ ਜੇ ਲੋੜ ਹੈ ਆਫਿਸ ਦਾ ਕੋਈ ਬੰਦਾ ਸਾਡਾ ਨੀਚੇ ਨੀ ਆਊਗਾ ਜਦੋਂ ਵੀ ਜਾਣੇ ਦੋ ਹੁੰਦੇ ਆ ਲੋਕ ਸ਼ਿਕਾਇਤਾਂ ਕਰਦੇ ਰਹਿੰਦੇ ਆ ਪਰ ਕੋਈ ਸੁਣਦਾ ਨੀ ਕਿਸੇ ਸਲਾਬ ਆ ਰਹੀ ਹੈ ਕਿਸੇ ਦੇ ਪਾਣੀ ਚੋਰ ਰਿਹਾ ਕਿਸੇ ਹੋਰ ਬਹੁਤ ਸਾਰੀ ਸ਼ਿਕਾਇਤਾਂ ਸਰ ਪਰ ਮੇਨ ਜਿਹੜਾ ਅੱਜ ਮੁੱਦਾ ਹੈ ਸਿਕਿਉਰਿਟੀ ਦਾ ਅਸੀਂ ਉਸ ਨੂੰ ਲੈ ਕੇ ਆਏ ਹਾਂ ਪਹਿਲਾਂ ਸਾਡੀ ਸਿਕਿਉਰਿਟੀ ਹੀ ਮਜ਼ਬੂਤ ਕੀਤੀ ਜਾਵੇ ਹੋਰ ਕੋਈ ਕਸਰ ਮੈਨੂੰ ਵੈਰੀਫਿਕੇਸ਼ਨ ਹੈ ਹਰ ਫਲੈਟ ਦੀ ਹੋਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਵੀ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ